ਸਵਾਗਤ ਜੀ ਤੁਹਾਡਾ ਇੱਕ ਵਾਰਾਂ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਅਸੀਂ ਇੱਕ ਵਾਰਾਂ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਤੇ ਨਾਲ ਆਪਣੇ ਵੀਰ ਪਰਮੀ ਰਬਾਟੂਰੀ ਹੋਰ ਬਾਟ ਸਾਹਿਬ ਚੜਦੀ ਕਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਸੇਤਾ ਕਿਦਾਂ ਸੇਤਾ ਠੀਕ ਨੇ ਮਰਾ ਠੀਕ ਠਾਕ ਹੁੰਦੀਆਂ ਨੇ ਸੇਤਾ ਦਾ ਕੀ ਆ ਹੁਣ ਐਸ ਉਮਰੇ ਸੇਤਾ ਕੀ ਆ ਜੀ ਚੱਲੀ ਜਾਣ ਬਸ ਇਦਾਂ ਬੰਦਾ ਲੰਗਰ ਪਾਣੀ ਛਕਦਾ ਰਹੇ ਹੂੰ ਹੂੰ ਖੰਦ ਨੂੰ ਫੜ ਕੇ ਤੁਰ ਲਈਦਾ ਅੱਛਾ ਤੁਹਾਡੇ ਵਰਗੇ ਬੰਦੇ ਚਮਚੇ ਨਾਲ ਪਾਣੀ ਤਾਂ ਨਹੀਂ ਪੀਉਂਦੇ ਜੀ ਨਹੀਂ ਨਹੀਂ ਚਮਚੇ ਨਾਲ ਪਾਣੀ ਕਿਉਂਕਿ ਤੁਹਾਡੇ ਵਰਗੇ ਬੰਦੇ ਤਾਂ ਸਾਰਾ ਲੈ ਕੀ ਪਤਾ ਕਦੋਂ ਸਿੱਟ ਦੇਣੇ ਆਹ ਕਾਂਦਰੇ ਉੱਪਰ ਕੇ ਤੁਰ ਲਈ ਐ ਚਲੋ ਰੱਬ ਸੁੱਖ ਰੱਖੇ ਲਓ ਜੀ ਗੱਲ ਇਹ ਆ ਵੀ ਸਾਰਾ ਕੁਝ ਵਧੀਆ ਚੱਲੀ ਜਾਂਦਾ ਦੂਜੀ ਗੱਲ ਇਹ ਆ ਵੀ ਜਿਹੜੇ ਸ਼ਹਿਰ ਚ ਆਪਾਂ ਇਸ ਵੇਲੇ ਆਂ ਜੀ ਉਹਦੇ ਬਾਰੇ ਅੱਜ 5-4 ਬੰਦਿਆਂ ਨੇ ਕਿਹਾ ਕੀ ਉਹ ਕਹਿੰਦੇ ਹਾਏ ਗਰਮੀ ਗਈ ਹਫ਼ਤਾਗ ਰਹਿ ਗਿਆ ਹੋਰ ਪਤਾ ਨਹੀਂ ਕਿਉਂ ਮਤਲਬ ਆਪਾਂ ਦਾ ਜੇ ਚੰਗੀ ਤਰ੍ਹਾਂ ਵੇਖਣੀ ਹੈ ਉਥੋਂ ਦੀ ਠੰਡ ਪਰ ਜਿਨ੍ਹਾਂ ਨੇ ਵੇਖੀ ਹੈ ਠੰਡ -40 -45 ਉਹ ਕਹਿੰਦੇ ਵੀ ਮਤਲਬ ਸਬਰ ਸਬਰ ਹੁੰਦੀ ਆ ਪਰ ਹੁਣ ਸਬਰ ਮੁੱਕ ਚਲੀ ਆ ਦੇਖੋ ਸੰਧਾਲਿਆ ਸਭ ਦੋ ਤਿੰਨ ਚੀਜ਼ਾਂ ਤਾਂ ਬੜੀਆਂ ਕਲੀਅਰ ਨੇ ਹੁਣ ਆਪਾਂ ਦੇਖਦੇ ਆ ਆਪਣੇ ਪੰਜਾਬੀ ਭਾਈਚਾਰੇ ਚੋ ਬਜ਼ੁਰਗ ਬਾਬੇ ਬੀਬੀਆਂ ਸੈਰ ਕਰਦੇ ਆ ਪਾਰਕਾਂ ਦੇ ਵਿੱਚ ਕੁਰਸੀਆਂ ਢਾਕੇ ਬੈਠੇ ਆ ਗੱਲਾਂ ਬਾਤਾਂ ਢਿੱਡ ਹੌਲਾ 20 ਚੀਜ਼ਾਂ ਹਮ ਨਿਆਣੇ ਕਹਿੰਦੇ ਜੀ ਸਾਨੂੰ ਪਾਰਕ ਲੈ ਜਾਓ ਘਰੇ ਖੇਡਦੇ ਫਿਰਦੇ ਆ ਸਾਈਕਲ ਚਲਾਉਂਦੇ ਫਿਰਦੇ ਆ ਤੇ ਜਦੋਂ ਬਰਫ਼ ਦੀਆਂ ਢੇਰੀਆਂ ਲੱਗ ਗਈਆਂ ਬੀਬੀਆਂ ਵੀ ਅੰਦਰ ਹੀ ਬਾਬੇ ਵੀ ਅੰਦਰ ਹੀ ਨਿਆਣੇ ਵੀ ਅੰਦਰ ਹੀ ਤਾਂ ਨਿਆਣਿਆਂ ਨੇ ਫਿਰ ਛਈਆਂ ਲੈ ਲੈ ਕਰਦਿਆਂ ਨੂੰ ਪਹਿਣਾ ਕਿ ਹੁਣ ਦੱਸੋ ਕਰੀਏ ਕੀ ਨਾ ਜਾਨੀ ਕਿ ਉਹਦਾ ਨਾ ਹੁਣ ਦੱਸੋ ਫਿਰ ਅਸੀਂ ਕੀ ਕਰੀਏ ਤਾਂ ਫਿਰ ਘਰ ਦੇ ਕੀ ਕਹਿਣ ਭਾਈ ਕੀ ਕਰੋ ਫਿਰ ਉਹ ਇਸ ਕਰਕੇ ਸਿਆਲ ਦਾ ਤਾਂ ਗਰਮੀ ਦਾ ਫਰਕ ਤਾਂ ਹੈਗਾ ਗਰਮੀਆਂ ਇੱਥੇ ਸਵਰਗ ਵਰਗੀਆਂ ਭਾਈ ਤੇ ਸਿਆਲ ਤਾਂ ਫਿਰ ਚਲੋ ਸਿਆਲ ਹੀ ਨੇ ਆ ਨਹੀਂ ਇਹਦਾ ਮਤਲਬ ਵੀ ਜੇ ਉਹ ਮਤਲਬ ਹਾਈ ਗਰਮੀ ਗਈ ਹਾਈ ਇੱਕ ਹਫਤਾ ਰਹਿ ਗਿਆ ਇਦਾਂ ਕਰਦੇ ਤਾਂ ਮਤਲਬ ਸਹੀ ਕਰਦੇ ਇਹ ਇਹਨਾਂ ਡਰ ਨੂੰ ਉਦਾਂ ਲੱਗਾ ਜਦਾਂ ਆਮ ਤੌਰ ਤੇ ਜਵਾਕ ਡਾਕਟਰ ਨੂੰ ਵੇਖ ਕੇ ਨਹੀਂ ਡੈਲਦਾ ਅਜਿਹਾ ਟੀਕਾ ਲਾਇਆ ਨਹੀਂ ਹੁੰਦਾ ਇਹ ਕਹਿੰਦਾ ਨਾ ਹਰਾਜਾ ਪਰਦਾ ਹਰੇ ਦੇ ਪਰਦੇ ਦੇ ਦੂਸਰੇ ਪਾਸੇ ਖੜਾਕ ਜਾ ਹੁੰਦਾ ਹੁੰਦਾ ਹੈ ਨਾ ਉਦੋਂ ਇਧਰਲੇ ਪਾਸੇ ਸੁਣਦਾ ਹੁੰਦਾ ਵੀ ਜਿਹੜਾ ਖੜਾਕ ਹੁੰਦਾ ਇਹ ਕਿਸੇ ਚੀਜ਼ ਦਾ ਹੁੰਦਾ ਹੈ ਆ ਵੀ ਡਾਕਟਰ ਨੇ ਬੋਲ ਲਾਤੇ ਖਾਜ ਕੀਤੀ ਉਹ ਵੀ ਝੁੱਕੇ ਉਹਨੇ ਕਹਿੰਦਾ ਟੀਕਾ ਚੱਕ ਲਈ ਟੀਕਾ ਚੱਕ ਲਈ ਹੈ ਨਾ ਇਹਨੇ ਹੁਣ ਮੇਰੇ ਲਾ ਦੇਣਾ ਸੋ ਉਦਾਂ ਦਾ ਇਸ ਵਕਤ ਡਰ ਜਾ ਡਹਿਲ ਜਾ ਹੈਗਾ ਇਹ ਚਲੋ ਖੈਰ ਲੱਗਦਾ ਵੀ ਕੱਲੇ ਇੱਥੋਂ ਦਾ ਨਹੀਂ ਤਾਂ ਆ ਵੈਨਕੂਵਰ ਵਾਲਾ ਏਰੀਆ ਆਪਾਂ ਛੱਡ ਲਈਏ ਤੇ ਉਦੋਂ ਬਾਅਦ ਲਗਭਗ ਸਾਰੇ ਕੈਨੇਡਾ ਚ ਇਹੋ ਕੁਛ ਹੀ ਆ। ਦੇਖੋ 2-3 ਹਜ਼ਾਰ ਫਿਰ ਪੱਕਈ ਆ। ਹਮ ਬਰਫ਼ ਚ ਪਾਉਣ ਵਾਲਾ ਕੋਟ, ਬਰਫ਼ ਚ ਪਾਉਣ ਵਾਲੇ ਬੂਟ, ਏਕੋ ਬੇਲ ਚਾਜਿਆ। ਹਾਂ। ਬਰਫ਼ਰੇ ਕਰਨ ਵਾਲਾ ਕੰਮ। ਆਹ ਇਹ ਤਾਂ ਗੱਲ ਆ। ਉਹ ਉਹ ਤੋਂ ਬਿਨਾ ਜ਼ਿੰਦਗੀ ਨਹੀਂ ਚੱਲਦੀ। ਖੈਰ ਚਲੋ। ਮੈਂ ਇੱਕ ਬੇਨਤੀ ਤੁਹਾਨੂੰ ਕਰਨੀ। ਨਹੀਂ ਤੁਸੀਂ ਦੋ ਕਰੋ ਭਾਵੇਂ ਮੈਂ ਤੇ ਕੁਛ ਕਹਿ। ਸਰਦਾਰ ਸਾਹਿਬ ਮੈਂ ਅੱਜ ਇੱਕ ਹੱਥ ਜੋੜੇ ਤੁਹਾਡੇ ਅੱਗੇ। ਉਹਨੂੰ ਐਮਐਲਏ ਨਹੀਂ ਬਣਾਉਣਾ। ਉਹਦਾ ਇੱਕ ਕਾਰਨ ਆ। ਹਮ ਤੁਹਾਨੂੰ ਐਮਐਲਏ ਬਣਾ ਦੋ ਤੁਸੀਂ ਟਾਈਮ ਨਹੀਂ ਵਿਗ ਜਾਣਾ ਨਹੀਂ ਪਰ ਮੈਂ ਬੜਾ ਹੈਰਾਨ ਆ ਵੀ ਮਤਲਬ ਤੁਸੀਂ ਦੇਖੋ ਮੈਂ ਇੱਕ ਹੋਰ ਬੇਨਤੀ ਕਰਨੀ ਆਮ ਤੌਰ ਤੇ ਜਿਹੜੇ ਲੀਡਰ ਹੁੰਦੇ ਨਾ ਉਹਨਾਂ ਨੂੰ ਕਹਿੰਦੇ ਸਿੱਕਿਆਂ ਨਾਲ ਤੋਲਿਆ ਲੱਡੂਆਂ ਨਾਲ ਤੋਲਿਆ ਐਸੀ ਨਾਲ ਤੋਲਿਆ ਪਰ ਅੱਜ ਬਿਕਣ ਵੇਹੇ ਭਾਰ ਦੇ ਹਿਸਾਬ ਨਾਲ ਪੈਸੇ ਲਿਓ ਇਹ ਨਹੀਂ ਉਹ ਭਾਰ ਦੇ ਹਿਸਾਬ ਨਾਲ ਪੈਸੇ ਵੀ ਲਵਾਂਗੇ ਪਰ ਮੈਂ ਇਹ ਗੱਲ ਬੜੀ ਸੋਚ ਕੇ ਹੈਰਾਨ ਆ ਪੀ ਜਿੱਦਾਂ ਆਉਂਦਾ ਨਾ ਵੀ ਹਰੇਕ ਚੀਜ਼ ਦਾ ਟਾਈਮ ਆਉਂਦਾ ਜਦੋਂ ਪਹਿਲਾਂ ਪ੍ਰਾਪਰਟੀ ਦਾ ਬੂਮ ਆ ਗਿਆ ਸੀ ਉਹ ਕਹਿੰਦੇ ਓਏ ਹੋਏ ਹੋਏ ਭਾਈ ਸਾਹਿਬ ਰੂੜੀਆਂ ਵਾਲਾ ਥਾਂ ਵੀ ਅਗਲੇ ਐ ਬਿਆਨੇ ਦੇ ਵੇਚ ਗਏ ਜੀ ਫਿਰ ਸਮਾਂ ਆਉਂਦਾ ਉਹ ਕਹਿੰਦੇ ਯਾਰ ਇੰਨੀ ਮਤਲਬ ਟਿਕਾਣੇ ਵਾਲੀ ਪ੍ਰਾਪਰਟੀ ਇਹਦਾ ਵੀ ਕੋ ਪਾ ਨਹੀਂ ਲੱਗਦਾ ਫਿਰ ਜਿਹੜਾ ਆਪਾਂ ਪਹਿਲੇ ਐਮਐਲਏ ਸਾਹਿਬਾਨਾਂ ਦੀ ਗੱਲ ਕਰੀ ਜਿਹੜੇ ਪਹਿਲਾਂ ਰਾਜਨੀਤੀ ਚਾਏ ਸੀ ਲੋਕ ਉਹ ਕਹਿੰਦੇ ਯਾਰ ਮਤਲਬ ਉਦੋਂ ਤੇ バス ਚ ਹੀ ਸਫਰ ਕਰ ਲੀਦਾ ਸੀ ਹਨਾ ਹੁਣ ਤਾਂ ਮੇਰੇ ਖਿਆਲ ਨਾਲ ਮੈਨੂੰ ਨਹੀਂ ਲੱਗਦਾ ਕਿ ਇਹ バス ਚ ਵੀ ਲਿਖੇ ਹੀ ਰਹਿ ਗਈ ਹੋਵੇ ਲਾਈਨ ਵੀ 1 2 3 ਸੀਟਾਂ ਜਿਹੜ ਇਉਂ ਤੋਂ ਸ਼ੁਰੂ ਹੋਏ ਬੰਦੇ ਅੱਜ ਦੀ ਡੇਟ ਦੇ ਵਿੱਚ ਜੇ ਆਮ ਵਿਧਾਇਕ ਜਿਹਨੂੰ ਆਪਾਂ ਕਹਿ ਦਿੰਦੇ ਆਂ ਭੀ ਉਹਦਾ ਰੇਟ ਉਹਦਾ ਮੁੱਲ ਭਾਈ ਸਾਹਿਬ 20 ਕਰੋੜ 25 ਕਰੋੜ ਉਹ ਵੀ ਕਰਨਾ ਕੁਛ ਨਹੀਂ ਐਮਐਲਏ ਨੇ ਐਮਐਲਏ ਰਹਿਣਾ ਹੂੰ ਹੂੰ ਕੁਰਸੀ ਵੀ ਰਹਿਣੀ ਆ ਬੱਤੀ ਵਾਲੀ ਕਾਰ ਵੀ ਰਹਿਣੀ ਆ ਜਿੱਥੇ ਜਾਣਾ ਉਥੇ ਮਾਨ ਸਤਕਾਰ ਵੀ ਜ਼ਿਆਦਾ ਮਿਲਣਾ ਪੈਸੇ ਵੱਖਰੇ ਜੇਬ 'ਚ ਪਾਏ ਨੇ ਮਤਲਬ ਇਹਦੇ ਨਾਲ ਦਾ ਸੌਦਾ ਹੀ ਨਹੀਂ ਕੋਈ ਭਾਈ ਨਹੀਂ ਸੰਧਾਲੀਆ ਸਭ ਖਬਰ ਤਾਂ ਆਪਾਂ ਬਾਅਦ 'ਚ ਕਲੀਅਰ ਕਰਾਂਗੇ ਕਿ ਕਿਹਨੇ ਕਿਹਨੂੰ 25 ਕਰੋੜ ਦੇਣ ਦੀ ਕੋਸ਼ਿਸ਼ ਕੀਤੀ 20 ਕਰੋੜ ਦੇਣ ਦੀ ਕੋਸ਼ਿਸ਼ ਕੀਤੀ ਮੈਨੂੰ ਦੱਸੋ 10 ਕਰੋੜ ਦੀ ਰੇਟ ਰੱਖ ਲਿਆ ਆਪਾਂ ਸੂਬਾ ਛੋਟਾ ਮੰਨ ਲਓ 10 ਨਹੀਂ 10 15 ਕਰਤਾ ਚਲੋ ਮੰਨ ਲਓ 15 ਹੀ ਫੇ ਚਲੋ ਮਾਰੇ 20 ਤੋਂ ਗਾਂ ਦੇਖੋ ਆ ਗੱਲ ਮੁੱਕੀ ਮੇਰਾ ਭਰਾ 20 ਤੋਂ ਤੇ ਮੈਂ ਦੋ ਵਿੱਚੋਂ ਮਾਰਨਾ ਛੜਾ ਲੈਣਾ ਆ ਚਲੋ ਵੇ ਠੀਕ ਆ ਆ ਕਰ ਲੈਨੇ ਆ ਮੈਨੂੰ ਇਹ ਦੱਸੋ ਕਿ 20 ਕਰੋੜ ਰੁਪਈਆ ਮੰਨ ਲਓ ਕਿਸੇ ਐਮਐਲਏ ਨੂੰ ਦਿੰਦੇ ਆ ਕਿ ਤੂੰ ਵਿਖ ਜਾ ਤੂੰ ਆਪਣਾ ਮੁੱਲ ਪਾ ਲਾ ਤੂੰ 20 ਕਰੋੜ ਉਹ ਦਿਖਾਉਂਦਾ ਕਿੱਥੇ ਆ ਮੁੜ ਕੇ ਖਰਚਦਾ ਕਿੱਥੇ ਆ ਜਣੀ ਉਹ 20 ਕਰੋੜ ਬੈਂਕ ਖਾਤੇ ਹੀ ਤਾਂ ਆਉਂਦਾ ਨਹੀਂ ਹੂੰ 20 ਕਰੋੜ 21 ਵਾਲੀ ਪਲਾਟ ਤਾਂ ਉਹ ਲੈਂਦਾ ਨਹੀਂ ਯਾਨੀ ਉਹ 20 ਕਰੋੜ ਰੁਪਏ ਉਹਨੂੰ ਕੈਸ਼ ਮਿਲਦਾ ਹੋਊਗਾ ਜੇ ਕੈਸ਼ ਮਿਲਦਾ ਹੋਊਗਾ ਤਾਂ ਰੱਖਦਾ ਕਿੱਥੇ ਹੋਊਗਾ ਚੌਂਕੀ ਦਾ ਰਤ ਫਿਰ ਆਪ ਹੀ ਕਰਨਾ ਪੈਂਦਾ ਹੋਊਗਾ ਫਿਰ ਉਹਦੇ ਵਿੱਚੋਂ ਮੰਨ ਲਓ ਕਾਰ ਖਰੀਦਣ ਜਾਣਾ ਉਹਨੂੰ ਜੀ ਕਿਹਾ ਮੈਂ 20 ਕਰੋੜ ਆਪਈ ਮੈਂ 50 ਲੱਖ ਦੀ ਕਾਰ ਲੈਣੀ ਹੈ ਹੂੰ ਉਹਦੇ 50 ਲੱਖ ਦੇ ਨੋਟ ਜਣ ਕੇ ਤਾਂ ਨਹੀਂ ਲੈ ਆ ਸਕਦਾ ਯਾਨੀ ਕਿ ਉਹ ਸਾਨੂੰ ਆਮ ਲੋਕਾਂ ਨੂੰ ਕੋ ਢੰਗ ਤਰੀਕਾ ਦੱਸ ਦਿਓ ਇੱਥੇ ਆਮ ਬੰਦਾ 200 ਰੁਪਏ ਦੀ ਰਿਸ਼ਵਤ ਲੈਿੰਦਾ ਫੜ ਹੋ ਜਾਂਦਾ ਆਮ ਬੰਦਾ ਜਣੀ ਅਸੀਂ ਚਾਹੇ 20 ਨੋਟ ਦੇਣੇ ਹੋਈਏ ਇੱਕ ਵਿੱਚ ਪਾਟਾ ਨੋਟ ਫਸਾ ਦਈਏ ਸਾਡਾ ਉਹ ਵੀ ਫਸ ਜਾਂਦਾ ਕਿ ਭਾਈ ਇਹ ਪਾਟਾ ਨੋਟ ਫਲਾਣਾ ਦੀ ਕਿਹੜੀ ਅਗਲੇ ਦੂਜੇ ਦਿਨ ਸੁਨੇਹਾ ਭੇਜਦੇ ਤੁਹਾਡਾ ਨੋਟ ਪਾਟਾ ਚੱਲਿਆ ਨੀਗਾ ਲੈ ਕੇ ਜਾਓ ਜਿਹੜੀ ਤੁਹਾਡਾ 20 ਕਰੋੜ ਰੁਪਈਆ ਤੁਸੀਂ ਖਪਾ ਕਿੱਥੇ ਲੈਨੇ ਆ ਥੋੜਾ ਜਿਹਾ ਸਮਝਾ ਦਿਓ ਬਹੁਤਾ ਨਹੀਂ ਤਾਂ ਕੋਈ ਗੱਲ ਆ ਵੀ ਇਹ ਸਾਰੀਆਂ ਗੱਲਾਂ ਉਹ ਜੀ ਇੱਥੇ ਦੱਸ ਜੀਦਾ ਨੂੰ ਟੈਲੀਵਿਜ਼ਨ ਤੇ ਸਵੇਰ ਨੂੰ ਤੁਸੀਂ ਆ ਜਾਓ ਵੀ ਐਵੇਂ ਲੀਡਰ ਬਣ ਇੰਦਾ ਥੋੜਾ ਦਾ ਕੁਝ ਯੂ نو ਇਹਨੂੰ ਕਹਿੰਦੇ ਟਰੇਡ ਸੀਕਰੇਟਸ ਪਰ ਇਹ ਟਰੇਡ ਸੀਕਰੇਟਸ ਵੱਲ ਜਾਣ ਤੋਂ ਪਹਿਲਾਂ ਵੀ ਇੱਕ ਹੋਰ ਸਾਬ ਕਰੀਏ ਮੈਂ ਇਹ ਤੁਹਾਨੂੰ ਮੇਰੇ ਇੱਕ ਡਿਸਕਲੇਮਰ ਦੇ ਦਈਏ ਵੀ ਕਮਜ਼ੋਰ ਦਿਲ ਵਾਲੇ ਇਹਨੂੰ ਧਿਆਨ ਨਾਲ ਸੁਣਨ ਹੈ ਨਾ ਆਪਾਂ ਜਸਟ ਇੱਕ ਹਿਸਾਬ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਦੇਖੋ ਵੀ ਆਪਾਂ ਤਾਂ ਐਂ ਕਿਹਾ ਦਾ 20 ਕਰੋੜ ਤੁਸੀਂ 10 ਵੀ ਕਿਹਾ ਮੈਂ ਇਹ ਹਿਸਾਬ ਲਾਉਣਾ ਵੀ 12 ਮਹੀਨੇ ਹੁੰਦੇ ਸਾਲ 'ਚ ਇੱਕ ਸਾਲ 'ਚ 12 ਮਹੀਨੇ ਤੇ ਜੇ 5 ਲੱਖ ਵੀ ਆਪਾਂ ਮਹੀਨੇ ਦਾ ਲਾ ਲਈਏ ਵੀ ਆਮ ਤੌਰ ਤੇ ਜੇ 5 ਲੱਖ ਮਹੀਨੇ ਦੀ ਆਮਦਨ ਜਾਂ ਕਿਹੇ ਵਿੱਚ 5 ਲੱਖ ਮਹੀਨੇ ਦਾ ਹੋਵੇ ਨਾ ਤੇ ਉਹ ਕਹਿੰਦਾ ਵੀ ਵੀਰ ਮੇਰੇ ਨਾਲ ਦਾ ਰਾਜਾ ਕੋਈ ਨਹੀਂ ਨਹੀਂ ਉਹ ਸਾਰੇ ਪਿੰਡ ਦੇ ਲੱਤਾਂ ਮਾਰਦਾ ਹੈ ਨਾ ਹਾਂ ਤੁਸੀਂ ਦੇਖੋ ਵੀ ਤਾਂ ਵੀ 60 ਲੱਖ ਸਾਲ ਦਾ ਖਰਚਾ ਜੇ ਨਾ 40 ਫੇਰ ਬਚ ਜਾਣਾ ਹੂੰ ਹੂੰ ਕਿ ਮੈਂ 1 ਸਾਲ ਕੱਢਦਾ ਹੁਣ ਜੇ ਤੁਸੀਂ ਇਦਾਂ ਦਾ ਵੀ ਲਾ ਲਓ ਵੀ ਜੇ 60 60 ਲੱਖ ਵੀ ਉਹਦਾ ਸਾਲ ਦਾ ਲੱਗਦਾ ਤੇ 20 ਸਾਲ ਤਾਂ ਉਹਦੇ ਲੰਘੇ ਜੀ ਤੇ ਹਰੇਕ ਸਾਲ ਦਾ 40-40 ਲੱਖ ਉਹਦਾ ਫਿਰ ਬਚ ਗਿਆ ਤੇ ਪੈਨਸ਼ਨ ਵਖਰੀ ਪੈਨਸ਼ਨ ਵਖਰੀ ਹਾਂ ਮੈਨੂੰ ਜ਼ਰੂਰ ਨਹੀਂ ਲੱਗੀ ਵੀ ਜੇ 20 ਕਰੋੜ ਮਿਲਦਾ ਉਹਦੇ ਬਾਅਦ ਯਾਰ ਤੂੰ ਐਮਐਲਏ ਕਾਹ ਨੂੰ ਰਹਿਣਾ ਵੀਰ ਛੱਡ ਖੜਾ ਨਿਆਰੇ ਲੈ ਉਹ ਕਹਿੰਦਾ ਮੈਂ ਵੀ ਰਿਟਾਇਰ ਹੋਇਆ ਅਜ ਤੋਂ ਬਾਅਦ ਮੈਂ ਕਿਸੇ ਪਾਰਟੀ ਫਿਟੇਟ ਵੀ ਤੁਸੀਂ ਮੈਨੂੰ 20 ਕਰੋੜ ਦੇਓ ਇੱਥੋਂ ਟਿਕਟ ਆਪਣੇ ਮੁੰਡੇ ਨੂੰ ਦਿਓ ਆ ਸੌਦਾ ਠੀਕ ਨਹੀਂ ਨਹੀਂ ਮੈਂ 40 ਸਾਲ ਦਾ ਤੁਹਾਡਾ ਕੰਮ ਲੰਘ ਤੱਕੀ ਤੁਸੀਂ ਇਹ ਦੇਖੋ ਵੀ ਇੰਨੀ ਕੀ ਉਮਰ ਹੁੰਦੀ ਜਿਸ ਕੋ ਉਮਰ ਤੇ ਐਮਐਲਏ ਸਹਿਬਾਨ ਜਾ ਕੇ ਸੌਦਾ ਸੌਦਾ ਇਹ ਕਰਦੇ ਆ ਉਹ ਤੁਸੀਂ ਦੇ ਵੀ 60 ਸਾਲਾਂ ਦੇ ਐਮਐਲਏ ਸਾਹਿਬ 20 ਸਾਲਾਂ ਦਾ ਹਿਸਾਬ ਆਪਾਂ ਹੋਣ ਲੱਗਾ ਤਾਂ ਉਹਦੇ باوجود ਵੀ ਉਹਦੇ ਕੋਲੇ ਜਾਦਾ ਨਹੀਂ ਤੇ 8-9 ਕਰੋੜ ਬਚਿਆ ਹੋਣਾ ਜੀ 8-9 ਕਰੋੜ ਲੈ ਕੇ 80 ਸਾਲ ਦਾ ਹੋ ਗਿਆ ਐਮਐਲਏ ਉਹਦੇ باوجود ਵੀ ਉਹਦੇ ਅਕਾਊਂਟ 'ਚ ਇੰਨੇ ਪੈਸੇ ਹੈਗੇ ਉਹਨੇ ਕੀ ਲੈਣਾ ਹੈ ਨੀਤੀ ਚ ਇਹ ਹੋ ਗਈ ਆਮ ਬੰਦੇ ਦੀ ਸੋਚ ਮੈਂ ਤਾਂ ਬੇਨਤੀ ਕਰ ਰਿਹਾ ਨਹੀਂ ਠੀਕ ਹੈ ਪਰ ਇੱਕ ਮੇਰਾ ਇੱਥੇ ਸਵਾਲ ਹੋਰ ਵੀ ਹੈ ਮੰਨ ਲਓ ਅਸੀਂ ਕਿਸੇ ਨੂੰ ਦੋ ਬੁਰੀਆਂ ਕਣਕ ਦੀਆਂ ਵੇਚੀਏ ਕਟਾ ਵੇਚੀ ਆ ਆਪਣਾ ਜਮਲ ਨਹੀਂ ਨਹੀਂ ਮੇਰੀ ਬੇਨਤੀ ਤਾਂ ਸੁਣ ਲਓ ਬੰਦਾ ਯਾਰ ਕਿਦਾਂ ਦਾ ਬੰਦਾ ਨਾਲ ਬਿਠਾਇਆ ਕਰੋੜਾਂ ਦੀ ਗੱਲ ਨਹੀਂ ਉਹ ਗੱਲਾਂ ਕੱਟੇ ਨਹੀਂ ਏਹ ਤਾਂ ਟੀਵੀ ਚਾਹਦਾ ਨਹੀਂ ਤੇ ਲੱਤਾਂ ਮਾਰਨੀਆਂ ਸੀ ਮੇਰੇ ਨੂੰ ਦੋ ਪੂਰੀਆਂ ਕਣਕ ਮਤਲਬ ਹੁਣ ਸਾਈਕਲ ਤੇ ਨਹੀਂ ਜਾਣਾ ਨਹੀਂ ਮੈਂ ਨਹੀਂ ਜਾਂਦਾ ਮੈਂ ਕਹਿੰਨਾ ਪਾਣਾ ਸਕੂਟਰ ਵੇਚਿਆ ਕੋ ਯਾਰ ਨਹੀਂ ਮੇਰੀ ਬੇਨਤੀ ਸੁਣ ਲਓ ਅਸੀਂ ਜਿਹੜੀ ਚੀਜ਼ ਵੇਚ ਸਕਦੇ ਉਹ ਹੀ ਤੁਸੀਂ ਦੇਸ਼ ਵੇਚਣ ਨੂੰ ਫਿਰਦੇ ਹੋ ਸੂਬਾ ਵੇਚਣ ਨੂੰ ਫਿਰਨੇ ਸਾਡੇ ਕੋਲ ਹੈ ਹੀ ਸਕੂਟਰ ਹਮ ਹੁਣ ਤੁਸੀਂ ਦੇਖੋ ਵੈਸੇ ਇੱਕ ਗੱਲ ਹੈਗੀ ਜੀ ਹਾਂ ਜੀ ਮੈਂ ਤੁਹਾਡੀ ਅਮੀਰੀ ਦੀ ਦਾਤ ਦਿੰਦਾ ਤੂੰ ਹੀ ਅਜੇ ਪਰਾਣਾ ਮਤਲਬ ਉਹ ਕੀ ਹੁੰਦਾ ਨੇ ਫਰਨੀਚਰ ਵੇਚਲਾ ਪਰਾਣਾ ਕੂਲਰ ਵੇਚਲਾ ਹੈਨਾ ਰੱਦੀ ਵੇਚਲਾ ਉਹਦੇ ਤੇ ਨਹੀਂ ਆਏ ਉਹਦੇ ਤੇ ਨਹੀਂ ਆਇਆ ਲੈਵਲ ਤੋਂ ਹੀ ਰੱਖਿਆ ਹੋਇਆ ਹੈਗਾ ਜੀ ਨੇ ਸਟੈਂਡਰਡ ਆ ਸਾਨੂੰ ਹੈ ਵੀ ਸਰਦਾਰਾਂ ਦੇ ਵੱਜਦੇ ਆ ਕਿਉਂਕਿ ਠੀਕ ਹੈ ਅੱਛਾ ਮੰਨ ਲਓ ਕਿ ਉਹਨੇ ਸਾਨੂੰ 365 ਰੁਪਏ ਦੇਣੇ ਆ ਬੰਦੇ ਨੇ ਕਿਸੇ ਨੇ ਵੀ ਉਹਨੇ 100-100 ਦੇ ਦਿੱਤੇ ਦੋ ਨੋਟ ਦੋ 50-50 ਦੇ ਦਿੱਤੇ ਚਾਰ ਨੋਟ ਹੋ ਗਿਆ ਉਹ 65ਾਂ ਦੇ ਵਿੱਚੋਂ ਉਹਨੇ 10-10 ਦੇ ਪੰਜ ਦੇ ਦਿੱਤੇ 350 ਹੋ ਗਿਆ ਪੰਜਾਂ-ਪੰਜਾਂ ਦੇ ਤਿੰਨ ਦਿੱਤੇ ਯਾਨੀ 10 ਕਾ نوٹ ਹੋ ਗਿਆ ਅਸੀਂ ਇੱਕ ਵਾਰ ਹੀ ਐ ਗਿਣਨੇ ਨਹੀਂ 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 ਜਦੋਂ ਆਖਰੀ ਨੁਕਾ ਲੱਗ ਗਿਆ ਫਿਰ ਐ ਗਿਣਨੇ ਮੈਂ ਸਿਰਫ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਕਿ ਅਸੀਂ 365 ਰੁਪਏ ਤਿੰਨ ਵਾਰੀ ਗਿਣੀਦੇ ਆ ਫਿਰ ਮੁੜ ਕੇ ਉਹਨੂੰ ਜੇਬ ਚ ਪਾ ਕੇ ਮੁੜ ਕੇ ਐ ਐ ਕਰੀਏ ਤੇ ਜੇਬ ਚ ਹੱਥ ਪਾ ਕੇ ਹੈਗੇ ਆ ਐ ਮੁੜ ਕੇ ਉੱਤੇ ਐ ਹੱਥ ਮਾਰਨਾ ਵੀ ਰੜਕਦੇ ਆ ਤੁਸੀਂ 20 ਕਰੋੜ ਰੁਪਈਆ ਜਾਨੀ ਜਦੋਂ ਤੁਹਾਨੂੰ ਦੇਣ ਆਉਂਦੇ ਆ ਤੁਸੀਂ ਥਈਆਂ ਗਿਣਦੇ ਹੋ ਕੱਲਾ ਕੱਲਾ ਨੋਟ ਗਿਣਦੇ ਹੋ ਕਿ ਇਦਾਂ 20 ਕਰੋੜ ਨੂੰ ਉਹਦੀ ਨਿਗਾਹ ਮਾਰ ਕੇ ਨੇ ਵੀ ਠੀਕ ਪੂਰਾ ਹੀ ਲੱਗਦਾ ਫਿਲਮਾਂ ਦੇ ਵਿੱਚ ਦੇਖਿਆ ਹੈ ਨੋਟ ਤਾਂ ਪੂਰੇ ਲੱਗਦੇ ਹਨ ਯਾਨੀ ਕਿ ਸਾਡਾ ਹਸਾਬ ਕੀ ਆ ਮੜੇ ਤੁਸੀਂ ਦੱਸੋ ਗੱਲ ਪਤਾ ਕੀ ਬਾਤ ਸਾਹਿਬ ਇਹ ਉਦਾਂ ਹੀ ਹੁੰਦਾ ਵੀ ਉਹ ਕਹਿੰਦੇ ਵੀ ਪਤਾ ਨਹੀਂ ਕਿ ਹੈ ਚੋਰਾਂ ਦਾ ਕੱਪੜਾ ਤੇ ਡਾਂਗਾ ਦੀ ਗੱਲ ਕੁਛ ਇਦਾਂ ਜਿਹਦੀ ਗੱਲ ਪਤਾ ਨਹੀਂ ਮਨ ਲ ਕੁਝ ਗੋਲ ਜੀ ਗੱਲ ਹੁੰਦੀ ਮੈਨੂੰ ਪਤਾ ਵੀ ਇਹ ਸਹੀ ਗਲਤ ਤੁਸੀਂ ਸਹੀ ਲਿਖ ਦਿਓ ਹੈ ਨਾ ਕਹਿਣ ਤੋਂ ਭਾਵੇਂ ਵੀ ਜਿਹੜੇ 365 ਉਹ ਹੱਕ ਲਾਲ ਦੇ ਅੱਛਾ ਉਹਨੂੰ ਬੰਦਾ ਗਿਣਦਾ ਜਿਹੜੇ ਇਦਾਂ ਵਜੇ ਹੁੰਦੇ ਅਗਲਾ ਕਹਿੰਦਾ ਵੀਰ ਜੇ 20 ਨਹੀਂ ਤੇ 19 ਹੋਊਗਾ ਹੈਗਾ ਵੇ ਆਈ ਆ ਨਾ ਹਾਂ 21 ਵੀ ਹੋ ਸਕਦਾ 21 ਵੀ ਹੋ ਸਕਦਾ ਵੀ ਕੋਈ ਗੱਲ ਨਹੀਂ ਆਉਣ ਦੇ ਇਸ ਕਰਕੇ ਇਹੋ ਜਿਹਾ ਜਿਹੜਾ ਮਤਲਬ ਪੈਸਾ ਉਹਨੂੰ ਬਹੁਤਾ ਗਿਣਤੀ ਮਿੰਤੀ ਦੇ ਚੱਕਰ ਚ ਲੋਕ ਪੈਂਦੇ ਨਹੀਂ ਪਰ ਇੱਕ ਸਵਾਲ ਜਿਹੜਾ ਆਮ ਬੰਦੇ ਦੇ ਚਲੋ ਹੁਣ ਮੈਂ ਜਿਹੜਾ ਜਾਲੀ ਲੀਡਰ ਤੋਂ ਬੰਦਾ ਬਣ ਜਾ ਹਰੇਕ ਬੰਦੇ ਦੇ ਦਿਮਾਗ ਚ ਆਉਂਦਾ ਹਾਂ ਪੀਰ ਇੱਕ ਪਾਸੇ ਤੇ ਆਮ ਮਹਾਦਰ ਮਾਤੜ ਬੰਦੇ ਨੂੰ ਸਵੇਰੇ ਭਾਵੇਂ ਉਹ ਕਿਸੇ ਧਰਮ ਸਥਾਨ ਤੇ ਚੱਲ ਜਾਵੇ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ ਹਰੇਕ ਇਹ ਸਿਖਾਉਂਦੇ ਵੀ ਨਾ ਇਹ ਪਾਪ ਦਾ ਪੈਸਾ ਇਹ ਬੇਈਮਾਨੀ ਇਹ ਫਲਣੀ ਨਹੀਂ ਤੁਹਾਡਾ ਭਵ ਸਾਗਰ ਚੋਂ ਤੁਸੀਂ ਪਾਰ ਹੋਣਾ ਹੀ ਨਹੀਂ ਡੁੱਬੇ ਹੀ ਜਾਣਾ ਇੱਥੇ ਹੀ ਰਹਿ ਜਾਣਾ ਤੁਸੀਂ ਹੈ ਨਾ ਅੱਛਾ ਉਹਨੂੰ ਦੇ ਇਨਾ ਡਰਾ ਦਿੰਦੇ ਵੀ ਉਹ ਭਾਵੇਂ ਮੰਦਰੋਂ ਆਵੇ ਭਾਵੇਂ ਗੁਰਦੁਆਰਾ ਸਾਹਿਬ ਤੋਂ ਆਵੇ ਭਾਵੇਂ ਮਸਜਿਦ ਤੋਂ ਆਵੇ ਭਾਵੇਂ ਗਿਰਜਾ ਘਰੋਂ ਆਵੇ ਉਹਨੇ ਘਰ ਤੱਕ ਬਸ ਉਹ ਰੱਬ ਨੂੰ ਜਪਦੇ ਹੋਣਾ ਵੀ ਮੇਰੇ ਕੋਲੋਂ ਕਿਤੇ ਕੀੜੀ ਨਾ ਮਰ ਜੇ ਜੀ ਉਹਦੀਆਂ ਵਿਚਾਰੇ ਦੀਆਂ ਸਾਰੀ ਉਮਰ ਫੇਰ ਮੁਸ਼ਕਲਾਂ ਦੂਰ ਨਹੀਂ ਹੁੰਦੀਆਂ ਇਹ ਜਿਹੜੇ ਬੰਦੇ ਇੰਦਾ ਇੰਦਾ ਸਾਰਾ ਕੁਝ ਕਰ ਲੈਂਦੇ ਆ ਇਹ ਆਪ ਵੀ ਨਿਆਰੇ ਲੈਂਦੇ ਆ ਤੇ ਲੋਕਾਂ ਨੂੰ ਦਿਸਦਾ ਹੁੰਦਾ ਵੀ ਇਹਨਾਂ ਦੀ 7ਵੀਂ 8ਵੀਂ ਪੀੜ੍ਹੀ ਨੇ ਵੀ ਨਿਆਰੀ ਲੈਣੇ ਉੱਥੇ ਜਾ ਕੇ ਫਿਰ ਕਿਤੇ ਨਾ ਕਿਤੇ ਬੰਦੇ ਦਾ ਵਿਸ਼ਵਾਸ ਡੋਲ ਜਾਂਦਾ ਵੀ ਜੀ ਰੱਬ ਹੈਗਾ ਕਹਿੰਦੇ ਉਹਦੀ ਡਾਂਗ ਦੇਰੀ ਨਾ ਚੱਲਦੀ ਆ ਇੰਨੀ ਵੀ ਦੇਰੀ ਨਹੀਂ ਕਰਨੀ ਚਾਹੀਦੀ ਵੀ ਮਾਤੜ ਰੋਲੀ ਜਾਵੇ ਵਿਚਾਰਾ ਹੁਣ ਇਹਦੇ ਤੋਂ ਪਹਿਲਾਂ ਕਿ ਆਪਣੇ ਪਰਿਵਾਰ ਦੇ ਮੈਂਬਰ ਸਵਾਲ ਪੁੱਛਣ ਵਾਲਾ ਆਪਣਾ ਕਿ ਭਾਈ ਗੱਲ ਵੀ ਦੱਸ ਦੋ ਕੀ ਹੋਇਆ ਤੁਹਾਡੇ ਕਿਸ ਨੇ ਡਾਂਗ ਮਾਰਤੀ ਭਾ ਨੂੰ ਕਿਸ ਨੇ 20 ਕਰੋੜ ਦਿੱਤਾ ਜਾਂ ਤੇਰੇ ਕੋਲੋਂ ਕੁਝ ਖੋ ਕੇ ਲੈ ਗਿਆ ਤੁਸੀਂ ਇਹ ਦੇਖੋ ਸਭ ਤੋਂ ਪਹਿਲਾਂ ਨਾ ਜਿਹੜੇ ਉਚਾਰਖੰਡ ਦੇ ਕੁਝ ਕਾਂਗਰਸੀ ਐਮਐਲਏ ਜਿਹੜੇ ਸੀ ਉਹਨਾਂ ਦਾ 36 ਕਰੋੜ ਵਾਲੇ ਦਾ ਜ਼ਿਕਰ ਆਇਆ ਕਿ ਅਸਾਮ ਦੇ ਵਿੱਚੋਂ ਆਏ ਸੀ ਬੰਗਾਲ ਦੇ ਵਿੱਚ ਇੰਨੇ ਲੱਖ ਰੁਪਏ ਨਾ ਫੜੇ ਗਏ ਤੇ ਕਾਂਗਰਸੀਆਂ ਨੇ ਕਿਹਾ ਸੀ ਕਿ ਸਾਡੇ ਬੰਦੇ ਪੱਟ ਦੇ ਫਿਰਦੇ ਆ ਉਹਨਾਂ ਨੂੰ ਇੰਨੇ 10 ਕਰੋੜ ਰੁਪਈਆ ਨਕਦ ਪਲੱਸ ਮੰਤਰੀ ਦੇ ਅਹੁਦੇ ਦੀ ਜਿਹੜੀ ਹੈ ਉਹ ਪੇਸ਼ਕਸ਼ ਕੀਤੀ ਕਿ ਤੁਸੀਂ ਆਪਣੀ ਸਰਕਾਰ ਸੈੱਟ ਦਿਓ ਸਾਡੇ ਨਾਲ ਆ ਕੇ ਸਾਡੀ ਸਰਕਾਰ ਬਣਾਓ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਦਲੀ ਜਿਹੜੇ ਬਚ ਗਿਆ ਸੀ ਸ਼ੀਵ ਸੈਨਾ ਦੇ ਥੋੜੇ ਐ ਚਾਹੇ ਦਰਜਣ ਹੀ ਸਗੇ ਉਹ ਜਹਾਜ ਦੇ ਕੋਲ ਖੜੇ ਉਹ ਵੀ ਰੌਲਾ ਪਾਉਂਦੇ ਸੀ ਕਿ ਆ ਗਏ ਲੈ ਲੈ 10-10 ਕਰੋੜ 20-20 ਕਰੋੜ 30-30 ਕਰੋੜ ਉਹਦੇ ਤੋਂ ਬਾਅਦ ਰਾਜਸਥਾਨ ਰਾਜਸਥਾਨ ਵਾਲੇ ਕਹਿੰਦੇ ਸੀ ਕਿ ਭਾਈ ਆ ਦੇਖੋ ਸਾਡੇ 30-35 ਐਮਐਲਏ ਪੱਟਣ ਨੂੰ ਫਿਰਦੇ ਕਾਂਗਰਸ ਵਾਲੇ ਕਹਿੰਦੇ ਸੀ ਇਹਨਾਂ ਨੂੰ ਇੰਨੇ-ਇਨੇ ਕਰੋੜ ਦਾ ਆਫਰ ਹੈ ਮੱਧ ਪ੍ਰਦੇਸ਼ ਦੇ ਵਿੱਚ ਆਪਾਂ ਦੇਖ ਹੀ ਲਿਆ ਸਿੱਧਾ ਰੌਲਾ ਪਿਆ ਹੁਣ ਜਦੋਂ 4-5 ਸੂਬਿਆਂ ਦੇ ਵਿੱਚ ਉਹ ਬਾਰ-ਬਾਰ ਕਹਿੰਦੇ ਕਿ ਇੰਨੇ-ਇੰਨੇ ਕਰੋੜ ਰੁਪਈਆ ਸਾਡੀ ਪਾਰਟੀ ਦੇ ਐਮ.ਐਲ.ਏਸ ਨੂੰ ਦੇ ਕੇ ਆਫਰ ਨਾਲ ਕਹਿੰਦੇ ਮੰਤਰੀ ਬਣਾਵਾਂਗੇ ਸਾਡੇ ਵੱਲ ਆ ਜਾਓ ਹੁਣ ਤਾਂ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਦਿੱਲੀ 'ਚ ਪ੍ਰੈਸ ਕਾਨਫਰੰਸ 'ਤੇ ਬੈਠੇ ਹਮ ਇੱਕ ਪਾਸੇ ਆਪਣੀ ਪਾਰਟੀ ਦਾ ਐਮ.ਐਲ.ਏ ਸੋਮਨਾਥ ਭਾਰਤੀ ਬਿਠਾ ਲਿਆ ਦੂਜੇ ਪਾਸੇ ਮਨੋਚਾ ਉਹ ਵੀ ਦਿੱਲੀ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਉਠਾ ਲਿਆ ਇੱਕ ਮਰਖਲ ਕੁਲਦੀਪ ਕੁਮਾਰ ਹੂੰ ਤੀਸਰਾ ਬੰਦਾ ਵੀ ਉਠਾ ਲਿਆ ਚਾਰ ਜਣੇ ਟੋਟਲ ਹਾਂ ਚਾਰ ਜਣੇ ਟੋਟਲ ਉਹ ਕਹਿੰਦੇ ਜੀ ਆਹ ਦੇਖੋ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਸਰਕਾਰ ਹੈ ਮੰਨਦੇ ਸਾਡੇ ਕੋਲੇ 70 ਦੇ ਵਿੱਚੋਂ 63 ਨੇ ਤੇ ਸਾਡੇ ਬੰਦਿਆਂ ਨੂੰ 20 ਕਰੋੜ ਰੁਪਏ ਦੀ ਆਫਰ ਦਿੱਤੀ ਐਮਐਲਏਜ਼ ਨੂੰ ਕਿ 20 ਕਰੋੜ ਰੁਪਏ ਲੈ ਲਓ ਸਾਡੇ ਵਾਲੇ ਪਾਸੇ ਆਜੋ ਮੰਤਰੀ ਵੀ ਬਣਾਵਾਂਗੇ ਹਾਂ ਨਾਲ ਤੁਸੀਂ ਦੇਖੋ ਹੁੰਦਾ ਨਾ ਇੱਕ ਬ੍ਰਿਜ ਬਣਦਾ ਹੁੰਦਾ ਕਿ ਜੇ ਤੁਸੀਂ ਇੱਕ ਐਮਐਲਏ ਹੋਰ ਨਾਲ ਲੈ 20 ਕਰੋੜ ਉਹਨੂੰ ਵੀ ਦੇਾਂਗੇ ਉਹਨੂੰ ਨਾਲ ਲਿਆਉਣ ਦਾ 5 ਕਰੋੜ ਦੇ ਨੂੰ ਹੋਰ ਦੇਾਂਗੇ 25 ਕਰ ਲਾ ਕਮਿਸ਼ਨ ਕਮਿਸ਼ਨ ਯਾਨੀ ਕਿ ਇੱਕ ਐਮਐਲਏ ਦਾ ਕਮਿਸ਼ਨ ਵੀ 5 ਕਰੋੜ ਮਿਲਦਾ ਤੇ ਅਗਲੇ ਕਹਿੰਦੇ ਕਿ ਭਾਈ ਸਾਡੀ ਸਰਕਾਰ ਸੱਟਣ ਨੂੰ ਫਿਰਦੇ ਆ ਪਰ ਫੇਲ ਹੋ ਗਈ ਨਹੀਂ ਪਰ ਇੱਕ ਗੱਲ ਆ ਵੀ ਇਹ ਜਿਹੜਾ ਦੋਸ਼ ਆ ਹੂੰ ਪਹਿਲੀ ਗੱਲ ਤੇ ਵੀ ਇਹ ਪਹਿਲੀ ਵਾਰ ਨਹੀਂ ਲੱਗਾ ਜੀ ਇਹ ਅੱਗੇ ਵੀ ਵਾਕ-ਵਾਕ ਸਟੇਟਾਂ 'ਚ ਲੱਗਦਾ ਰਿਹਾ ਦੂਸਰੀ ਗੱਲ ਇਹ ਕਿ ਵੀ ਮਨੀਸ਼ ਸੁਧਿਆ ਸਾਹਿਬ ਨੇ ਪਹਿਲਾਂ ਹਲਕਾ ਜਿਹਾ ਜ਼ਿਕਰ ਕੀਤਾ ਸੀ ਵੀ ਇਦਾਂ ਦੀ ਗੱਲ ਚੱਲਦੀ ਆ ਜੀ ਉਸ ਤੋਂ ਬਾਅਦ ਹੁਣ ਕਿਉਂਕਿ ਸੰਜੀਤ ਸਿੰਘ ਹੁਰੀ ਨਾਲੇ ਤੇ ਉਹ ਮੈਂਬਰ ਪਾਰਲੀਮੈਂਟ ਨੇ ਨਾਲੇ ਉਹ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਤੀਸਰੀ ਗੱਲ ਵੀ ਜਿਹੜੇ ਬੰਦਿਆਂ ਦੇ ਬਾਰੇ ਜੋ ਕਹਿੰਦੇ ਉਹਨਾਂ ਬੰਦਿਆਂ ਨੂੰ ਅਗਲਾ ਨੇ ਨਾਲ ਬਿਠਾਇਆ ਫਿਰ ਉਹ ਬੰਦੇ ਕਹਿੰਦੇ ਵੀ ਭਾਈ ਸਾਹਿਬ ਸਾਡੀ ਜਾਨ ਪਛਾਣ ਸੀ ਉਹਨਾਂ ਉਹਨਾਂ ਬੰਦਿਆਂ ਦੇ ਨਾਲ ਤੇ ਉਹਨਾਂ ਨੇ ਸਾਨੂੰ ਇਦਾਂ ਦੀ ਆਫਰ ਦਿੱਤੀ ਹੁਣ ਸਵਾਲ ਇੱਥੇ ਆ ਵੀ ਜੇ ਤੇ ਇਹ ਸਾਰਾ ਕੁਝ ਇਦਾਂ ਚੱਲਦਾ ਤੇ ਵਿਰੋਧੀ ਪਾਰਟੀਆਂ ਪਲੱਸ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਡਾ ਸਵਾਲ ਜਿਹੜਾ ਪੁੱਛਿਆ ਉਹ ਕ ਮਨ ਲਿਆ ਸੀ ਵੀ ਤੁਸੀਂ ਆਫਰ ਦਿੱਤਾ ਇਹ 20 20 ਦੇ ਹਿਸਾਬ ਨਾਲ ਵੀ ਆਪਾਂ ਲਾਈਏ ਤੇ ਚੋਹਾਂ ਦਾ ਬਣਦਾ 80 ਕਰੋੜ ਜੀ ਇਹ ਆਇਆ ਕਿੱਥੋਂ ਨਹੀਂ ਇੱਕ ਹੋਰ ਵੀ ਹੈ ਮੰਨ ਲਓ ਇੱਕ ਬੰਦਾ ਹੀ ਤਿੰਨਾਂ ਨੂੰ ਲੈ ਆਉਂਦਾ 15 ਕਰੋੜ ਨੂੰ ਹੋਰ ਦੇਣਾ ਬਣੇ 95 ਬਣ ਗਿਆ ਇਹ 95 ਤੇ ਬਣ ਗਿਆ ਜਿਹੜਾ ਪੰਜਵਾਂ ਨਾਲ 20 ਵਾਲਾ ਆਉਣਾ ਉਹ ਆ ਵੀ ਇਹ ਗੱਲ ਥੋੜੀ ਠੀਕ ਹੈ ਇੱਕ 15 ਉਹ ਇੱਕ 15 ਜਿਹੜਾ ਵੀ ਇੱਕ ਅਰਬ 15 ਕਿੰਨੇ ਹੋ ਗਏ ਹੁਣ ਫਿਰ ਇਹ ਨਹੀਂ ਇੱਕ ਇਹਦੇ ਆ ਫਿਰ ਪਤਾ ਇੱਕ ਕਰੋੜ ਸੀ ਮਤਲਬ 100 ਕੋ ਮੇਰੇ ਹੱਥ ਖੜੇ 115 ਕਰੋੜ ਯਾਰ 115 ਕਰੋੜ ਠੀਕ ਹੈ 115 ਕਰੋੜ ਜਿਹੜਾ ਰੁਪਈਆ ਉਹ ਮਤਲਬ ਤੁਸੀਂ ਨਗਦ ਰੱਖਿਆ ਵੀ ਤੂੰ ਆ ਤੇ ਚੱਕਲਾ ਪੈਸੀ ਇਹ ਜਿਹੜਾ ਪੈਸਾ ਹੈ ਇਹ ਕਿੱਥੋਂ ਆਇਆ ਪਹਿਲਾ ਸਵਾਲ ਤੇ ਹੈ ਹੁਣ ਗੱਲ ਇਹ ਆ ਵੀ ਜੇ ਇਹ ਕੰਮ ਇਸ ਤਰ੍ਹਾਂ ਚੱਲਦਾ ਇਦਾਂ ਪੈਸੇ ਆ ਜਾਂਦੇ ਆ ਇਦਾਂ ਲੀਡਰ ਖਰੀਦੇ ਜਾ ਸਕਦੇ ਜਾਂ ਲੀਡਰ ਵਿਕ ਜਾਂਦੇ ਆ ਤੇ ਇਹ ਭਾਰਤੀ ਲੋਕਤੰਤਰ ਦੇ ਲਈ ਸਭ ਤੋਂ ਗ੍ਰਾਵਟ ਦੀ ਨਿਸ਼ਾਨੀ ਸੰਧਾਲੀਆ ਸਾਹਿਬ ਆਮ ਪਿੰਡਾਂ ਦੇ ਵਿੱਚ ਨਾ ਬੀਬੀਆਂ ਆ ਲਾਂਬੇ ਲੈ ਕੇ ਜਾਂਦੀਆਂ ਸਾਡੇ ਮੁੰਡੇ ਦੇ ਤੁਹਾਡੇ ਮੁੰਡੇ ਨੇ ਮਾਰਿਆ ਆਮ ਹੀ ਕਰਨ ਚ ਪਰ ਕਈ ਵਾਰੀ ਨਿਆਣਿਆਂ ਕੇ ਸ਼ਿਕਾਇਤ ਵੀ ਲੋਣਾ ਉਹਨੇ ਸਾਨੂੰ ਆ ਕੇ ਛੱਡੂ ਯਾਰ ਉਹ ਉਹ ਉਹਨਾਂ ਦੀ ਬੀਬੀ ਮੋਰੋਂ ਗਲ ਪੈਂਦੀ ਆ ਹੂੰ ਤੁਹਾਡੇ ਕੋ ਆਏ ਕਿਉਂ ਭਈ ਤੁਸੀਂ ਗੱਲ ਨਹੀਂ ਪੈਂਦੇ ਹੂੰ ਹੁਣ ਭਾਰਤੀ ਜਨਤਾ ਪਾਰਟੀ ਵਾਲੇ ਨੇ ਇਹ ਵੀ ਸਵਾਲ ਪੁੱਛਿਆ ਕਹਿੰਦੇ ਬੰਦੇ ਦੱਸਿਓ ਮਾੜਾ ਜਾ ਜਾਨੀ ਉਹ ਤਿੰਨ ਐਮਐਲਏ ਕਹਿੰਦੇ ਜੀ ਸਾਡੇ ਕੋਲ ਬੰਦੇ ਆਏ ਸਾਨੂੰ ਆ ਆਫਰ ਦਿੱਤੀ ਤੇ ਨਾਲ ਧਮਕੀ ਵੀ ਆ ਕਿ ਜੇ ਤੁਸੀਂ ਨਾਲ ਆਏ ਫਿਰ ਸੁਸੋਦੀਆ ਸਾਹਿਬ ਦਾ ਹਾਲ ਦੇਖ ਲਓ ਇਹ ਸੀਬੀਆਈ ਪਿੱਛੇ ਪਾ ਦਨੇ ਹੁੰਨੇ ਪਰ ਇਹਨਾਂ ਤਿੰਨਾਂ ਹੀ ਵਿਧਾਇਕਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਕੋਲੇ ਕੌਣ ਆਇਆ ਸੀ। ਹੂੰ। ਭਾਜਪਾ ਦਾ ਕੋਈ ਲੀਡਰ ਆਇਆ ਸੀ। ਕੋਈ ਵਰਕਰ ਆਇਆ ਸੀ। ਕੋਈ ਵਿਚੋਲਾ ਆਇਆ ਸੀ। ਯਾਨੀ ਬੰਦਾ ਕੌਣ ਆਇਆ ਸੀ ਨਾਂ ਨਹੀਂ ਕਿਸੇ ਦਾ ਲਿਆ। ਵੈਸੇ ਮੈਨੂੰ ਇਹ ਵੀ ਲੱਗਦਾ ਹੈ। ਹੂੰ। ਹੋ ਸਕਦਾ ਹੈ ਜਿਸ ਤਰੀਕੇ ਦੇ ਨਾਲ ਪਾਰਟੀਆਂ ਟੁੱਟ ਰਹੀਆਂ ਹਨ ਨਾ ਸਰਕਾਰਾਂ ਬਦਲ ਰਹੀਆਂ ਹਨ। ਇਦਾਂ ਦਾ ਕੰਮ ਮਾੜਾ ਮੋਟਾ ਸੰਧਾ ਵਾਲੀ ਸਰ ਚੱਲਦਾ ਹੋਊਗਾ। ਪੱਕਾ ਮੁੱਲ ਭਾ ਮੰਡੀ ਦੇ ਵਿੱਚ ਵਿਕਦੇ ਹੋਣਗੇ। ਪਰ ਦੂਸਰੇ ਪਾਸੇ ਮਨੂ ਲੈ ਕੇ ਢੋਕ ਭਜਾ ਕੇ ਪਰਚੇ ਦਰਜ ਕਰਾਉਣੇ ਚਾਹੀਦੇ ਸੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਸਾਡੇ ਕੋਲੇ ਆ ਬੰਦਾ ਆ ਕਿਉਂਕਿ ਇਹਨਾਂ ਦੇ ਕੋਲੇ ਪੈਨ ਵਾਲੇ ਕੈਮਰੇ ਸਭ ਤੋਂ ਪਹਿਲਾਂ ਹੁੰਦੇ ਆ ਨਾ ਲੈ ਕੇ ਲਾਏ ਜੁੱਤੇ ਲਾ ਸਭ ਤੋਂ ਪਹਿਲਾਂ ਟ੍ਰੈਂਡੀ ਇਹਨਾਂ ਨੇ ਸ਼ੁਰੂ ਕੀਤਾ ਸੀ ਇੱਕ ਦੋ ਦੀਆਂ ਵੀਡੀਓ ਬਣਾ ਕੇ ਕਰਦੇ ਤੁਸੀਂ ਜਨ ਤੱਕ ਲੱਗ ਇਹਨਾਂ ਨੂੰ ਪਤਾ ਜਾਂਦਾ ਕਿ ਭਾਈ ਕਿਸੇ ਦੇ ਘਰੇ ਆਈਦਾ ਕਿਦਾਂ ਉਹ ਸਵਾਲ ਪੁੱਛਣ ਲੱਗ ਪਏ ਕਿਉਂਕਿ ਉਹ ਕਹਿੰਦੇ ਸਾਨੂੰ ਨਹੀਂ ਤੁਹਾਡੇ ਵਰਗਿਆਂ ਦੀ ਲੋੜ ਅਗਲੇ ਦੇ ਵੋਟਾਂ ਪੈਣਗੇ ਅਸੀਂ ਆਪ ਹੀ ਜਿੱਤ ਜਾਣਾ ਬੰਦੇ ਦੱਸੋ ਕੌਣ ਨੇ ਐਵੇਂ ਉਦਾਂ ਹੀ ਮੁਫਤ ਦਾ ਰੌਲਾ ਨਾ ਪਾਓ ਇਹ ਕਹਿੰਦੇ ਆ ਜੀ ਸਾਨੂੰ ਧਮਕਾਉਂਦੇ ਵੀ ਸਾਨੂੰ ਪੈਸੇ ਵੀ ਦਿੰਦੇ ਆ ਪਰ ਹਾਂ ਲੱਖ ਰੁਪਏ ਦਾ ਪਰ ਜਿੰਨੇ ਸੋ ਕਰੋੜ ਤੁਸੀਂ ਗਿਣਾ ਤਾਂ ਲੱਖ ਰੁਪਏ ਦਾ ਸਵਾਲ ਹੁਣ ਮੈਨੂੰ ਛੋਟਾ ਲੱਗਦਾ ਕਰੋੜ ਰੁਪਏ ਦਾ ਸਵਾਲ ਹੈ ਸੰਧਾਲੀਆ ਸਾਹਿਬ ਇਹ ਥੋੜੀ ਹੁਣ ਮਨਤੀ ਲੱਗੇਗਾ ਪਤਾ ਹੈ ਪੁਰਾਣੇ ਸਕੂਟਰ ਵਿੱਚ ਜਾਂਦਾ ਇਹ ਹੁਣ ਥੋੜੀ ਤਰੱਕੀ ਕੀਤੀ ਕਿ ਕੀ ਸੱਚੇ ਮੁੱਛੇ ਇਹਨੇ ਪੈਸੇ ਹੈਗੇ ਆ ਜਣੀਆਂ ਕਿਸੇ ਅਫਸਰ ਦੇ ਘਰੇ ਛਾਪਾ ਮਾਰ ਲਓ ਜੀ 50 ਲੱਖ ਮਿਲਿਆ 48 ਲੱਖ ਮਿਲਿਆ 55 ਲੱਖ ਮਿਲਿਆ ਕਰੋੜ ਮਿਲਿਆ 2 ਕਰੋੜ ਮਿਲਿਆ ਤਿੰਨ ਮਸ਼ੀਨਾਂ ਨੇ ਪੈਸੇ ਕਿਨੇ ਮੈਨੂੰ ਤਾਂ ਐ ਸੁਣਨ ਨੂੰ ਮਿਲਿਆ ਸੀ ਜੇ ਮੈਂ ਗਲਤ ਆ ਤੁਸੀਂ ਦੱਸ ਦਿਓ ਕਿ ਜਦੋਂ ਨੋਟਬੰਦੀ ਕੀਤੀ ਉਦੋਂ ਤੋਂ ਕਾਲਾ ਧਨ ਖਤਮ ਹੋ ਜਾਣਾ। ਉਸ ਤੋਂ ਬਾਅਦ ਬਲੈਕ ਮਨੀ ਵਾਲਾ ਕੰਮ ਨਿਭੜ ਜਾਣਾ। ਮੈਨੂੰ ਤਾਂ ਕਈ ਸਾਲ ਹੋ ਗਏ ਮੈਂ ਸੁਣਦਾ ਸੀ ਕਿ ਹੁਣ ਤਾਂ ਰੇੜੀ ਵਾਲਿਆਂ ਦੇ ਕੋਲੇ ਵੀ ਮਸ਼ੀਨਾਂ ਹੋਣ ਗਈਆਂ। ਬੰਦਾ ਕਹੂਗਾ ਚਾਰ ਕੇਲੇ ਲੂਣ ਲਾ ਕੇ ਦੇ ਦੇ। ਉਹਨੇ ਐ ਸ਼ੁਰੀ ਫੇਰਨੀ ਕੇਲਿਆਂ 'ਚ ਦੂਜੀ ਵਾਲੀ ਲੂਣ ਦੇ ਵਿੱਚ ਖਬੋ ਕੇ ਨਮਕ ਸਾਲਟ ਥੋੜਾ ਉਹਦੇ ਵਿੱਚ ਦੀ ਐ ਐ ਕਰਕੇ ਤਾਂ ਫੇਰ ਉਹਨੇ ਕਹਿੰਦਾ ਲਓ ਜੀ ਇੱਥੇ ਇਹ 11 ਰੁਪਏ ਬਣੇ ਨੇ ਤੁਹਾਡੇ 10 ਰੁਪਏ ਕੇਲਿਆਂ ਦੇ 1 ਰੁਪਈਆ ਨਮਕ ਦਾ। ਤੇ ਤੁਸੀਂ ਉੱਥੇ ਬੰਦੇ ਨੇ ਟਿਕ ਟਿਕ ਕਰਨਾ ਪਰ ਜੇ ਉਹਦੋਂ ਦਾਵੇ ਏ ਸੀ ਅੱਜ ਵੀ ਕਰੋੜਾਂ ਰੁਪਏ ਮਾਰਕੀਟ ਦੇ ਵਿੱਚ ਬਲੈਕ ਰੂਪ ਦੇ ਵਿੱਚ ਤੁਰੇ ਫਿਰਦੇ ਆ ਫਿਰ ਹਸਾਬ ਤੁਸੀਂ ਦੱਸੋ ਦੇਸ਼ ਕਿਧਰ ਜਾ ਰਿਹਾ ਜਿਹੜੇ ਦੇਸ਼ ਕਿਤੇ ਨਹੀਂ ਜਾ ਰਿਹਾ ਦੇਖੋ ਗੱਲ ਇਹ ਆ ਕਿ ਵੀ ਮਾਲੋ ਤੁਸੀਂ ਤੁਸੀਂ ਆਨੇ ਆਵੀ ਆਪਾਂ ਨਾਲ ਜੀ ਚੂਹੇ ਮਾਰ ਦਵਾਈ ਰੱਖੀ ਲੈ ਵੀ ਚੂਹਾ ਕੋਈ ਨਹੀਂ ਰਹਿਣ ਦੇਣਾ ਤੁਸੀਂ ਚੂਹੇ ਮਾਰ ਦਵਾਈ ਰੱਖੀ ਚੂਹਾ ਨਾ ਰਹਿਣ ਦਿਓ ਜਿਹੜੇ ਉੱਥੇ ਹੈਗੇ ਸੀ ਉਹ ਮਰ ਜਾਣਗੇ ਦੋ ਚਾਰ ਇਧਰ ਉਧਰ ਨਹੀਂ ਆਉਣਗੇ ਦਵਾਈ ਦਾ ਅਸਰ ਤੇ ਮੋਕਣਾ ਹੀ ਆ ਨਾ ਤੇ ਤੁਸੀਂ ਖੁੱਡਾਂ ਤੇ ਬੰਦ ਨਹੀਂ ਕੀਤੀਆਂ ਹੁਣ ਜੇ ਪਹਿਲਾਂ ਅਗਲੇ ਨੂੰ ਪਤਾ ਸੀ ਵੀ ਇਦਾਂ ਕਾਲਾ ਧੰਨ ਬਣ ਜਾਂਦਾ ਇੱਕ ਕਰਾ ਮੰਨ ਲਓ ਤੁਸੀਂ ਖਤਮ ਵੀ ਕਰ ਲੈ ਜਾਂ ਜੋ ਵੀ ਹੋ ਗਿਆ ਜਿਨ੍ਹਾਂ ਨੂੰ ਪਹਿਲਾਂ ਹਸਾਬ ਆਉਂਦਾ ਮੰਨ ਲਓ ਜਿਨੇ ਅੱਜ ਭਾਈ ਸਾਹਿਬ ਰਸਗੁਲੇ ਗਲਾਬ ਜਾ ਨੂੰ ਬਣਾਉਣੇ ਸਿੱਖ ਲਿਆ ਅੱਜ ਛਾਪੇ ਵਾਲੇ ਆਖਣ ਵੀ ਇਹ ਗਲਤੀ ਹਾਲ ਹੈ ਤੇਰੀ ਕੜਾਈ ਮੁੱਦੀ ਸਵੇਰ ਤੋਂ ਕੋਈ ਰਸਗੁਲਾ ਗਲਾਬ ਜਾ ਨੂੰ ਗੱਦੀ ਪਰ ਫੇਰ ਨਹੀਂ ਬਣੋਗੇ ਉਹਦਾ ਠੀਕ ਹੈ ਕੋਈ ਗੱਲ ਨਹੀਂ ਅੱਜ ਹੀ ਮੁੱਦਾ ਕੀਦਾ ਨਾ ਸਵੇਰੇ ਫੇਪਾ ਕੇ ਕੜਾਈ 'ਚ ਤੇਲ ਤੇ ਚੱਲਣ ਦੇ ਗਾ ਇਹ ਕਿੱਡੀ ਗੱਲਾਂ ਕਰ ਗੱਲ ਇਹ ਆ ਵੀ ਇਹ ਜਦ ਤੱਕ ਪਿੱਛੋਂ ਨਾ ਅੱਥ ਨੇ ਪੈਂਦੀ ਓਨੇ ਦਿਨ ਤੱਕ ਮਸਲਾ ਹੱਲ ਨਹੀਂ ਹੋ ਸਕਦਾ ਪਰ ਇੱਕ ਆਪਾਂ ਬੇਨਤੀ ਜ਼ਰੂਰ ਕਰ ਦਈਏ ਇਸ ਵਕਤ ਹੋ ਸਕਦਾ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਬਾਕੀ ਵਿਰੋਧੀ ਪਾਰਟੀਆਂ ਦੇ ਜਾਂ ਰਾਜਕਰਦੀ ਧਿਰ ਦੇ ਵੀ ਜਿਹੜਾ ਵੀ ਏ ਬੀ ਸੀ ਡੀ ਐਮ ਐਲ ਏ 20 ਕਰੋੜ 25 ਕਰੋੜ ਜਦੋਂ ਆਪਣਾ ਰੇਟ ਸੁਣਦਾ ਹੋਵੇ ਤੇ ਫਿਰ ਉਸ ਹੋਵੇਦਾ ਵੀ ਅੱਛਾ ਯਾਰ ਕੋ ਮੈਨੂੰ ਫੋਨ ਆਵੇ ਨਾ ਕਿਰਾ ਮਾ ਦਾ ਸਵੇਰੇ ਛਾਲ ਮਾਰ ਜਾਣੀ ਹੈ ਇੱਕ ਆਪਾਂ ਬੇਨਤੀ ਕਰ ਦਈਏ ਵੀ ਜਿਨ੍ਹਾਂ ਨੇ ਅੱਜ 20 ਕਰੋੜ ਚ ਖਰੀਦਣਾ ਨਾ ਉਹਨਾਂ ਨੇ ਉਹ ਖਰੀਦਦਾਰੀ ਦਾ ਸਮਝੌਤਾ ਸਮਝੌਤਾ ਜਾਂ ਐਸਾ ਸੈੱਟ ਕਰਨਾ ਵੀ ਹੋ ਸਕਦਾ ਵੀ ਡੇਢ ਸਾਲ ਦੇ ਵਿੱਚ ਵੀ ਜੀ ਤੁਸੀਂ ਉਹ 20 ਕਰੋੜ ਬਦਵਾਰਾ ਪੱਲੇ ਉਹਨਾਂ ਦੇ ਫਿਰ ਵੀ ਭਾਈ ਹੁਣ ਛੱਡ ਦਿਓ ਨਹੀਂ 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 ਮੈਂ ਰਾਜਨੀਤੀ ਛੱਡ ਜਣਾ ਤੁਸੀਂ 20 ਵੀ ਲੈ ਲਓ ਮੈਂ ਵੀ ਪੱਲਿਓ ਵੀ ਦੇ ਦੇਣਾ ਬਸ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਮੈਨੂੰ ਅੰਦਰ ਨਾ ਕਰਿਓ ਹਾਂ ਸੋ ਇਸ ਚੱਕਰ ਚ ਪਿਓ ਨਾ ਨਹੀਂ ਬਹੁਤ ਜ਼ਰੂਰੀ ਹੈ ਦੋ ਚੀਜ਼ਾਂ ਸੰਧਾਲੀਆ ਸਾਹਿਬ ਆਪਾਂ ਫਿਰ ਖਬਰ ਨੂੰ ਸਮਾਪਤੀ ਵਾਲੇ ਪਾਸੇ ਲੈ ਕੇ ਜਾਣਾ ਪਹਿਲੀ ਗੱਲ ਜੇ ਆਮ ਆਦਮੀ ਪਾਰਟੀ ਵਾਲੇ ਕਿਸੇ ਕੁਝ ਨਹੀਂ ਕਰਦੇ ਕੱਲੀ ਪ੍ਰੈਸ ਕਾਨਫਰੰਸ ਕਰਦੇ ਆ ਹੂੰ ਅਸੀਂ ਕਿੰਨੇ ਭਾਰਤੀ ਜਨਤਾ ਪਾਰਟੀ ਵਾਲੇ ਮਾਨਹਾਨੀ ਤੇ ਦਾਅਵੇ ਕਰ ਦੇਣ ਕਿਉਂਕਿ ਬਕਾਇਦਾ ਤੁਹਾਡੀ ਪਾਰਟੀ ਦਾ ਜ਼ਿਕਰ ਕੀਤਾ ਤੇ ਤੁਹਾਡੇ ਦਾਅਵੇ ਦੇ ਮੁਤਾਬਕ ਤੁਹਾਡੀ ਪਾਰਟੀ ਦੁਨੀਆ ਦੀ ਸਭ ਤੋਂ ਵੱਧ ਮੈਂਬਰਸ਼ਿਪ ਵਾਲੀ ਪਾਰਟੀ ਹੈ ਤੁਸੀਂ ਕਰੋ ਮਾਨਹਾਨੀ ਦਾਵਾ ਚਾਰ ਪੰਜ ਬੰਦੇ ਬੈਠੇ ਸੀ ਦੂਸਰਾ ਤੁਸੀਂ ਇੱਕ ਸ਼ਬਦ ਬੋਲਿਆ ਸੀ ਜਦੋਂ ਸੰਜੇ ਸਿੰਘ ਦਾ ਜ਼ਿਕਰ ਕੀਤਾ ਕਿ ਉਹਨਾਂ ਦੀ ਪਾਰਟੀ ਦੇ ਬਹੁਤ ਵੱਡੇ ਲੀਡਰ ਨੇ ਮੈਨੂੰ ਗੱਲ ਤੁਹਾਡੀ ਠੀਕ ਜਾਪੀ ਯਾਨੀ ਕਿ ਇੰਨੇ ਵੱਡੇ ਲੀਡਰ ਨੇ ਜਾਪੀ ਨਹੀਂ ਕਿ ਉਹ ਹੈਗੇ ਆ ਨਹੀਂ ਨਹੀਂ ਮੈਂ ਦੱਸਣ ਲੱਗਾ ਇੰਨੇ ਵੱਡੇ ਲੀਡਰ ਨੇ ਕਿ ਜਦੋਂ ਪੰਜਾਬ ਦੇ ਵਿੱਚ ਇੰਚਾਰਜ ਸੀ ਪਾ ਪੰਜਾਬ ਚ ਨਹੀਂ ਆਮ ਆਦਮੀ ਪਾਰਟੀ ਜਿੱਤੀ ਐ ਕਿ ਯੂਪੀ ਜਾਂ ਅਸੀਂ ਉੱਥੇ ਨਹੀਂ ਜਿੱਤੀ ਕਿਹ ਵੇਲੇ ਹੁੰਦਾ ਨਾ ਵੀ ਲੋਕਾਂ ਦਾ ਵਿਆਹ ਕਨਾਲ ਕਥਾਂ ਬਣਾਉਣਾ ਕਹਿੰਦਾ ਥਾ ਕਨਾਲ ਬਣਾਉਣਾ ਟਰੈਕਟਰ ਨੂੰ 60 ਹਸ ਪਾਵਰ ਵਾਲਾ ਲੈ ਕਿਸੇ ਵੇਲੇ ਉਹ ਵੀ ਵਟਾ ਢਾਹਦਾ ਨਾ ਮੁਸ਼ਕਲੇ ਵੀ ਆ ਜਾਣ ਠੀਕ ਹੈ ਔਰ ਚਲੋ ਗੱਲ ਇਹ ਆ ਵੀ ਇਹ ਮਸਲਾ ਐ ਇਸ ਵਕਤ ਚੱਲਿਆ ਤੇ ਸਾਰੇ ਮਸਲੇ ਦੇ ਬਾਰੇ ਚ ਇਸ ਵਕਤ ਆਮ ਆਦਮੀ ਪਾਰਟੀ ਵਾਲਿਆਂ ਨੇ ਜੋ ਦੋਸ਼ ਲਾਏ ਨੇ ਜਦੋਂ ਤੁਸੀਂ ਜ਼ਿਕਰ ਕੀਤਾ ਵੀ ਭਾਈ ਜਾਂ ਤੈਨੂੰ ਸਿਰੇ ਲਾ ਲਿਓ ਇਹ ਨਾ ਹੋਵੇ ਵੀ ਉਹਨਾਂ ਨੇ ਤੁਹਾਡਾ ਬੰਦਾ ਚੁੱਕਿਆ ਤੇ ਤੁਸੀਂ ਇਲਜ਼ਾਮ ਲਾ ਲੇ ਤੇ ਲੋਕਾਂ ਨੂੰ ਚਾਰ ਦਿਨ ਇਲਜ਼ਾਮਾਂ ਦੇ ਵਿੱਚ ਹੀ ਆਪਾਂ ਲਾਈ ਕੁਛ ਨਾ ਕੁਛ ਕਲੀਅਰ ਜ਼ਰੂਰ ਹੋਵੇ ਤਾਂ ਜੋ ਕੱਲ ਨੂੰ ਇਹੋ ਜਿਹੜਾ ਰਾਹ ਪਿਆ ਹੈ ਉਹ ਉਸ ਤੋਂ ਬਾਅਦ ਇੱਕ ਉਹ ਸਿਆ ਸਹੀ ਤੋਂ ਬਾਅਦ ਜਿਹੜਾ ਪਿਆ ਹੈ ਉਹ ਨਾ ਪੈ ਜਵੇ। ਦੂਜੀ ਗੱਲ ਇਹ ਹੈ ਵੀ ਇਹ ਜੇ ਖਰੀਦੋ ਫਰੋਕਤ ਵਾਲੀ ਗੱਲ ਚੱਲਦੀ ਸੀ ਜਾਂ ਛਾਪਿਆਂ ਵਾਲੀ ਗੱਲ ਚੱਲਦੀ ਸੀ ਤੇ ਤੇਜਸਵੀ ਜਾਦਵੁਰਾ ਨੇ ਪਰਾਂ ਕੀ ਕਿਹਾ ਉਹਨਾਂ ਨੇ? ਉਹ ਭਾਈ ਸਾਹਿਬ ਬਹੁਤ ਗਰਮ ਹੋਏ। ਨਹੀਂ ਦੱਸੋ। ਉਹ ਕਹਿੰਦੇ ਫਿਰ ਕੀ ਹੋ ਗਿਆ ਮਤਲਬ ਜੇ ਅਸੀਂ ਮਤਲਬ ਸਰਕਾਰ ਬਣਾ ਲਈ ਨਹੀਂ ਸੀ ਸਾਡੀ ਬੀਜੇਪੀ ਨਾਲ ਗੱਲ ਬਣਦੀ ਤੇ ਛਾਪੇ ਮਾਰ-ਮਾਰ ਕੇ ਕਹਿੰਦੇ ਡਰਾਅ ਧਮਕਾ ਕੇ ਸਾਡੇ ਐਮ ਐਲ ਏਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੋਕੇ ਨਹੀਂ। ਮਤਲਬ ਇੱਕ ਵਾਰਾਂ ਫਿਰ ਤੋਂ ਚਾਚਾ ਜਾਨ ਚਾਚਾ ਉਹਨਾਂ ਦੇ ਚਾਚਾ ਨਤੀਸ਼ ਕੁਮਾਰ ਉਹ ਰਹੀ ਉਹ ਭਰੋਸੇ ਦਾ ਵੋਟ ਜਿੱਤ ਕੇ ਬਿਹਾਰ ਵਾਲੀ ਵਿਧਾਨ ਸਭਾ ਚ ਨਹੀਂ ਦੇਖੋ ਅਗਲੇ ਪਾਠਵੀਂ ਨੌਵੀਂ ਯਾਰੀ ਮੁੱਖ ਮੰਤਰੀ ਬਣੇ ਆ ਹੁਣ ਤਾਂ ਗਿਣਤੀ ਵੀ ਭੁੱਲੀ ਜਾਂਦੀ ਕਿੰਨੀ ਯਾਰੀ ਬਣੇ ਆ ਪਰ ਇਹ ਗੱਲ ਬੜੀ ਹੈਰਾਨੀ ਜਨਕ ਹੈ ਕਿ 40 42 ਥਾਮਾਂ ਤੇ ਇੱਕੋ ਵੇਲੇ ਛਾਪੇ ਪਏ ਈਡੀ ਦੇ ਸੀਬੀਏ ਜਿਨ੍ਹਾਂ ਦੇ ਵੀ ਛਾਪੇ ਪਏ ਚਰੋ ਏਜੰਸੀਆਂ ਦੇ ਦੇਖੋ ਜੇ ਤਾਂ ਕਿਸੇ ਨੇ ਗਲਤ ਕੀਤਾ ਛਾਪੇ ਮਾਰੋ ਠੋਕ ਪਿਆ ਕੇ ਮਾਰੋ ਪਰ ਜੇ ਇਸ ਕਰਕੇ ਕਿ ਅੱਜ ਭਰੋਸੇ ਦਾ ਵੋਟ ਹੈ ਥੋੜੇ ਜਿਹੇ ਬੰਦੇ ਸੱਜੇ ਖੱਬੇ ਕਰਨੇ ਕਿਉਂਕਿ ਬੀਜੇਪੀ ਬਾਈਕਾਟ ਕਰ ਗਈ ਹਮ ਪਰ ਮੈਂ ਕਹਿੰਦਾ ਤਜਸਵੀ ਯਾਦਵ ਚਾਚਾ ਜਾਨ ਚਾਚਾ ਜਾਨ ਨਾ ਕਰਦੇ ਨੇ ਪਪਾ ਜਾਨ ਨੂੰ ਵੀ ਦੇਖ ਲੈਣ ਉਧਰਲੇ ਪਾਸੇ ਕਿਉਂਕਿ ਉਹਨਾਂ ਦੇ ਪਪਾ ਜੀ ਯਾਨੀ ਕਿ ਲਾਲੂ ਪ੍ਰਸਾਦ ਯਾਦਵ ਮਈਦ ਵਿੱਚ ਪਪਾ ਜੀ ਦੇ ਉੱਤੇ ਇੱਕ ਕੇਸ ਦਰਜ ਹੋਇਆ ਸੀ ਲੈਂਡ ਫਾਰ ਜੌਬ ਹਮ ਨਾਲ ਉਹਨਾਂ ਦੀ ਭੈਣ ਮੀਸਾ ਭਾਰਤੀ ਤੇ ਨਾਲ ਮੰਮੀ ਜੀ ਰਾਬੜੀ ਦੇਵੀ ਤੇ ਤੇ ਹੋਰ ਕੁਝ ਲੋਕ ਸੀ ਤਿੰਨ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੋਸ਼ ਕੀ ਲੱਗਾ ਸੀ ਛਾਪੇ ਉਹਦੇ ਵੀ ਪੈ ਐਨ ਉਸੇ ਦਿਨ ਹੂੰ ਦੋਸ਼ ਕੀ ਲੱਗਾ ਸੀ ਕਿ ਲਾਲੂ ਪ੍ਰਸਾਦ ਯਾਦਵ ਕਹਿੰਦੇ ਜੀ ਰੇਲ ਮੰਤਰੀ ਉਹ ਕੁੱਲੜ ਚਲਾਏ ਸੀ ਉਹਨਾਂ ਨੇ ਤੁਹਾਨੂੰ ਯਾਦ ਹੋਣਾ ਹੈ ਕਿ ਕੁੱਲੜ ਕੇ ਮਿੱਟੀ ਦਾ ਦੀਵਾ ਜਿਆ ਉਹ ਜਿਹੜਾ ਕੁੱਲੜ ਦੇ ਵਿੱਚ ਚਾਹ ਪੀਣੀ ਆ ਮੜ ਕੇ ਪੜੱਕ ਦੇਣੀ ਮਾਰਨਾ ਚੱਕ ਕੇ ਟਰੈਕ ਦੇ ਉੱਤੇ ਉੱਥੇ ਤੋੜਦੇ ਹੋ ਯਾਨੀ ਕਿ ਕੁੱਲੜ ਪੁਰਾਣੀਆਂ ਚੀਜ਼ਾਂ ਵਾਪਸ ਲੈਣੀਆਂ 5 ਸਾਲ ਬੰਦਾ ਰੇਲ ਮੰਤਰੀ ਰਿਹਾ ਤੇ ਦੋਸ਼ ਲੱਗਾ ਸੀ ਤੇ ਮਈ ਦੇ ਵਿੱਚ ਸੀਬੀਆਈ ਨੇ ਪਰਚਾ ਦਰਜ ਕੀਤਾ ਸੀ ਕਿ ਲਾਲੂ ਪ੍ਰਸਾਦ ਯਾਦਵ ਨੇ 7 ਬੰਦੇ ਭਰਤੀ ਕਰਾਏ ਹੂੰ ਸਿਰਫ 7 ਤੇ ਬਦਲੇ ਦੇ ਵਿੱਚ ਉਹਨਾਂ ਤੋਂ ਪਲਾਟ ਲਏ ਆ ਤੇ ਪਲਾਟ ਵੀ ਇਦਾਂ ਨਹੀਂ ਲੈ ਕੇ ਪਾਈ ਮੇਰੇ ਨਾਂ ਕਰਾ ਦੇ ਯਾਨੀ ਕਿ ਜਿਹੜਾ ਪਲਾਟ 1 ਕਰੋੜ ਰੁਪਈਆ ਦਾ ਆ ਉਹਦੀ 5 ਲੱਖ ਚ ਰਜਿਸਟਰੀ ਇਦਾਂ ਕਰਕੇ ਕਹਿੰਦੇ ਜੀ ਰੌਲਾ ਗੋਲਾ ਇਹ ਕਰ ਲਿਆ ਹੁਣ ਸੀਬੀਆਈ ਨੇ ਛਾਪੇ ਉਧਰਲੇ ਪਾਸੇ ਵੀ ਨਾਲ ਹੀ ਮਾਰਨੇ ਸ਼ੁਰੂ ਕਰਤੇ ਮੀਸਾ ਭਾਰਤੀ ਭੈਣ रावੜੀ ਦੇਵੀ ਮਾਤਾ ਜੀ ਤੇ ਲਾਲੂ ਪ੍ਰਸਾਦ ਯਾਦਵ ਪਿਤਾ ਜਾਨ ਹੁਣ ਉਹਨਾਂ ਨੇ ਦੋਸ਼ ਕੀ ਲਾਇਆ ਉਹ ਕਹਿੰਦੇ ਜੀ ਕੋਈ ਇਸ਼ਤਿਹਾਰ ਨਹੀਂ ਜਾਰੀ ਕੀਤਾ ਕਿਉਂਕਿ ਬੰਦਿਆ ਨਾ डील ਹੋ ਗਈ ਸੀ ਕਿ ਭਾਈ ਪਲਾਟ ਆਪਾਂ ਤੁਹਾਡੇ ਤੋਂ ਲੈਣੇ ਆ ਨੌਕਰੀ ਤੇ ਰੱਖਾਂ ਗੱਲ ਕਿਹੜੀ ਆ ਬੰਗਲੌਰ ਲਾਵਾਂਗੇ ਦਿੱਲੀ ਲਾਵਾਂਗੇ ਮੁੰਬਈ ਲਾਵਾਂਗੇ ਫੇ ਕਮਾਈ ਜਿੰਨੀ ਮਰਜ਼ੀ ਕਰੀ ਕਹਿੰਦੇ ਜੀ ਕੋਈ ਇਸ਼ਤਿਹਾਰ ਨਹੀਂ ਜਾਰੀ ਕੀਤਾ ਕਿ ਭਾਰਤੀ ਰੇਲਵੇ ਦੇ ਵਿੱਚ ਐਸ ਅਸਾਮੀ ਦੇ ਲਈ ਅਸੀਂ ਬੰਦੇ ਭਰਤੀ ਕਰਨੇ ਆ ਸਿੱਧੇ ਭਰਤੀ ਕਰ ਲੈ ਉਹਨਾਂ ਤੋਂ ਅਰਜ਼ੀਆਂ ਲੈ ਲਈਆਂ ਕਿ ਅੱਛਾ ਕੋਈ ਗੱਲ ਨਹੀਂ ਭਰਤੀ ਕਰਨ ਦੀ ਕਿਹੜੀ ਗੱਲ ਆ ਤੂੰ ਇਹਦਾ ਕਰੇ ਅਰਜ਼ੀ ਲਿਖ ਕੇ ਦੇ ਜੀ ਤੇ ਪੜ੍ਹਾਈ ਕਿੰਨੀ ਆ ਕਹਿੰਦੇ ਜੀ ਅੱਜ ਅਰਜ਼ੀ ਦਿੱਤੀ ਆ ਪਰਸੋਂ ਤੱਕ ਬੰਦੇ ਭਰਤੀ ਵੀ ਕਰ ਲੈ ਤੇ ਹੁਣ ਸੰਦਾ ਇਹ ਸਭ ਕਹਿੰਦੇ 27 ਲੱਖ ਰੁਪਈਆ ਸਰਕਾਰੀ ਕਾਗਜ਼ਾਂ ਦੇ ਵਿੱਚ ਲਿਖਤੀ ਹੈਗਾ ਕਿ ਭਾਈ ਲਾਲੂ ਪ੍ਰਸਾਦ ਯਾਦਵ ਤੇ ਉਹਦੇ ਟੱਬਰ ਤੇ ਸਾਥੀਆਂ ਨੇ 27 ਲੱਖ ਦੇ ਵਿੱਚ ਪਲਾਟ ਖਰੀਦੇ ਆ ਪਰ ਉਹਨਾਂ ਦੀ ਕੀਮਤ 4.5 ਕਰੋੜ ਤੋਂ ਉੱਪਰ ਦੀ ਹੈ ਹੁਣ ਜਿਹਨੂੰ 4.5 ਕਰੋੜ ਦੀ ਜ਼ਮੀਨ 27 ਲੱਖ ਦੇ ਵਿੱਚ ਮਿਲੇ ਅਗਲਾ ਸਤਾਂ ਦੀ ਜਗ੍ਹਾ ਦੇ ਉੱਤੇ ਮੈਨੂੰ ਲਾ 70 ਨੂੰ ਵੀ ਨੌਕਰੀ ਦੇ ਦਊਗਾ ਪਰ ਲਾਲੂ ਪ੍ਰਸਾਦ ਯਾਦਵ ਅਰੀ ਮੈਨੂੰ ਲਾ ਹੁਣ ਬਾਹਰ ਘੱਟ ਅੰਦਰ ਉਹਨਾਂ ਨੇ ਵਧ ਰਿਆ ਕਰਨਾ ਪਰ ਤੁਸੀਂ ਇਹ ਦੇਖੋ ਨਾ ਵੀ ਉਸ ਕੇਸ ਦੇ ਵਿੱਚ ਹੁਣ ਭਾਵੇਂ ਜਿੰਨੇ ਵੀ ਪਲਾਟ ਉਹਨੇ ਲਏ ਆ ਪਹਿਲੀ ਗੱਲ ਤੇ ਮੈਂ ਗਰੰਟੀ ਨਾਲ ਲਿਖ ਕੇ ਦੇਣ ਨੂੰ ਤੈਨੂੰ ਵੀ ਲਾਲੂ ਪ੍ਰਸਾਦ ਯਾਦਵਰ ਨੂੰ ਅੱਜ ਪੁੱਛ ਲਓ ਵੀ ਸਰ ਕਿਹੜਾ ਕਿਹੜਾ ਪਲਾਟ ਸੀ ਤੇ ਕਿੱਥੇ ਕਿੱਥੇ ਸੀ ਉਹਨੂੰ ਨਹੀਂ ਪਤਾ ਨਾ ਬੰਦੇ ਨੂੰ ਉਹ ਕਹਿੰਦਾ ਥੱਲੇ ਹਿਸਾਬਤਾ ਵਾਲੇ ਬੰਦੇ ਦੂਜੀ ਗੱਲ ਜਿੱਦਾਂ ਦੀ ਬੰਦੇ ਦੀ ਸਿਹਤ ਰਹਿੰਦੀ ਆ ਤੇ ਜਾਂ ਜਿੰਨਾ ਕੁ ਟਾਈਮ ਉਹਨੇ ਅੰਦਰ ਰਹਿਣਾ ਜੀ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਪਲਾਟਾਂ ਦੇ ਕਦੀ ਗੀੜਾ ਵੀ ਮਰਉਣ ਭਾਵੇਂ ਪਰਿਵਾਰ ਵਾਲੇ ਵੀ ਕਹਣ ਵੀ Papa ਜੀ ਅੱਜ ਲੈ ਕੇ ਜਾਣਾ ਤੁਹਾਨੂੰ ਜ਼ਰੂਰ ਪਲਾਟ ਵੇਖ ਕੇ ਆਓ ਹੁਣ ਤੀਸਰੀ ਗੱਲ ਜਿਹੜ ਪੀ 20 ਕਰੋੜ ਦਾ ਲਾਲਚ ਦੇ ਕੇ ਜੇ ਐਮਐਲਏ ਬੋਟਣ ਦੀ ਗੱਲ ਚੱਲਦੀ ਹੈ ਤੇ ਇੱਧਰ ਅਗਲੇ 27 ਲੱਖ ਚ ਘੇਰ ਲੈਂਦੇ ਆ। ਹੁਣ ਤੁਸੀਂ ਇਹ ਹਿਸਾਬ ਲਾਓ ਵੀ ਜੇ 27 ਲੱਖ ਚ ਵੀ ਘਿਰ ਜਾਂਦਾ ਬੰਦਾ ਤੇ ਜਿਹਨੂੰ 20 ਕਰੋੜ ਏਕੜਾ ਮਿਲ ਗਿਆ ਉਹਨੂੰ ਕੱਲ ਨੂੰ ਕਿਵੇਂ ਕਿੱਥੇ ਘੇਰਿਆ ਜਾਊਗਾ ਇਹਦਾ ਹਿਸਾਬ ਤਾਂ ਆਪ ਲਾ ਲਿਆ ਜਾਵੇ। ਸੋ ਆਪਾਂ ਤਾਂ ਇਹ ਬੇਨਤੀ ਕਰਦੇ ਆਂ ਵੀ ਸਿਆਸਤ ਜੀ ਕਰਨੀ ਆ ਤੇ ਯਾਰ ਲੋਕਾਂ ਦੇ ਭਲੇ ਦੀ ਕਰ ਦੋ। ਤੇ ਜੇ ਆਪਾਂ ਨੂੰ ਇਹ ਲੱਗਦਾ ਵੀ ਇਹ ਹੁਣ ਇਸੇ ਕੰਮ ਦੇ ਲਈ ਚੱਲ ਪਿਆ ਕੰਮ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਲੋਕ ਕਿੰਨਾ ਘਿਰਸੈਣ ਕਰਨਗੇ। ਮੈਂ ਸੰਧਾਲਿਆ ਸਾ ਤੁਸੀਂ ਕੱਲੋਂ ਐਮਐਲਏ ਬਣ ਗਏ ਹੂੰ ਫਿਰ ਮਿਨਿਸਟਰ ਬਣ ਗਏ ਫਿਰ ਤਾਲਾ ਜੀ ਕਰਨਾ ਮੈਂ ਐਮਪੀ ਬਣਾ ਫਿਊਚਰ ਮਿਨਿਸਟਰ ਬਣ ਜਾਣਾ ਹੂੰ ਫਿਰ ਤੁਸੀਂ ਬਹੁਤ ਫਿਰ ਤੁਸੀਂ ਮੈਨੂੰ ਕਹਿਣਾ ਚੱਲ ਯਾਰ ਇਹਨੂੰ ਇਹ ਮੈਨੂੰ ਵੀ ਲੜਾ ਦੇ ਨੇ ਤੈਨੂੰ ਵੀ ਐਮਐਲਏ ਦੀ ਇਲੈਕਸ਼ਨ ਮੈਂ ਨਹੀਂ ਲੜਨੀ ਅੱਛਾ ਉਹਦਾ ਕਾਰਨ ਮੈਨੂੰ 20 ਕਰੋੜ ਲੈਣਾ ਪੈਣਾ ਮੈਂ ਸਾਂਝੀ ਗੱਲ ਉਹਦਾ ਮੇਰੇ ਕੋਲ ਕੱਲੇ ਪੈਸੇ ਨਹੀਂ ਲੈਣੇ ਪੈਣੇ ਪੈਸੇ ਦਾ ਕੋਈ ਗੱਲ ਨਹੀਂ ਜਾਨੀ ਵੀ ਕਾਲੂ ਕੋ ਮੰਗਣ ਤੁਰਿਆ ਗੁਰੇ ਕੋ ਪੈਸੇ ਆ ਜੀ 500 ਦੇ ਦਿਓ 800 ਦੇ ਦਿਓ 1000 ਬੈਂਕਾਂ ਵਾਲਿਆਂ ਨੇ ਉਹਨੇ ਕਿ ਸਾਡੇ ਜਮਾ ਕਰਾਓ ਜੀ ਸਾਡੇ ਆਪਣੇ ਤੋਂ ਇਹ ਕੰਮ ਨਹੀਂ ਹੋਣਾ ਨਹੀਂ ਨਹੀਂ ਇਹ ਬਿਲਕੁਲ ਨਹੀਂ ਦੇਖੋ ਐਡਾ ਵੱਡਾ ਬੋਝ ਲੈਣ ਨਾਲ ਹੋ ਜਾਏਗਾ ਇਹ ਕੰਮ ਕਰਨਾ ਨਹੀਂ ਅਗਰ ਦੂਜੀ ਗੱਲ ਇਹ ਕਿ ਵੀ ਪੰਜਾਬ ਆਈ ਸੀ ਪ੍ਰਧਾਨ ਮੰਤਰੀ ਸਾਹਿਬ ਜੀ ਪ੍ਰਧਾਨ ਮੰਤਰੀ ਸਾਹਿਬ ਦੀ ਪੰਜਾਬ ਵਾਲੀ ਫੇਰੀ ਜਿਉਂ ਉਹ ਪਿਛਲੀ ਫੇਰੀ ਬੜੀ ਕੜਤਨ ਵਾਲੀ ਸੀਗੀ ਉਦੋਂ ਕੀ ਕੁਝ ਹੋਇਆ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਪਰ ਐਸ ਫੇਰੀ ਦੇ ਵਿੱਚ ਬੜੀਆਂ ਆਸਾਂ ਉਮੀਦਾਂ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁੜੀ ਗਏ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਵੀ ਕੀਤਾ ਉਹ ਕਹਿੰਦੇ ਵੀ ਪਹਿਲਾਂ ਜੋ ਕੁਝ ਹੋਇਆ ਜੀ ਉਸ ਲਈ ਮਾਫੀ ਪਰ ਐਤਕੀ ਤੁਹਾਡਾ ਜੀ ਆਇਆਂ ਨੂੰ ਫਿਰ ਉਹਨਾਂ ਨੇ ਜਿਵੇਂ ਸਾਰਾ ਕੁਝ ਦੱਸਿਆ ਕਿ ਵੀ ਪੰਜਾਬ ਕਿਹੋ ਜਿਹਾ ਪੰਜਾਬ ਨੇ ਖਿਡਾਰੀ ਦਿੱਤੇ ਪੰਜਾਬ ਦਾ ਪਾਉਣ ਪਾਣੀ ਪੰਜਾਬ ਦੀ ਖੇਤੀ ਮਤਲਬ ਬਹੁਤ ਕੁਝ ਫਿਰ ਉਸੇ ਹੀ ਖੇਤੀ ਨਾਲ ਜੋੜ ਕੇ ਹਰੀ ਕ੍ਰਾਂਤੀ ਤੇ ਹਰੀ ਕ੍ਰਾਂਤੀ ਨਾਲ ਜੋੜ ਕੇ ਕੈਂਸਰ ਦਾ ਜ਼ਿਕਰ ਕਰ ਦਿੱਤਾ ਵੀ ਚਲੋ ਇਹ ਜਿਹੜੀ ਚੀਜ਼ ਹੈ ਜੀ ਇਹਦਾ ਇਲਾਜ ਹੋਣਾ ਚਾਹੀਦਾ ਨਾਲ ਉਹਨਾਂ ਜਿਹੜੀਆਂ ਗੱਲਾਂ ਆਪਾਂ ਗੱਲ ਕਰਦੇ ਸੀ ਮੰਗ ਵਾਲੀਆਂ ਵੇ ਥੋੜਾ ਜਿਆ ਕੋਈ ਮਾਰਾਏ ਕਰੋ ਮੇ ਦਾ ਹੱਥ ਕੋਈ ਮਾਰੋ ਮਾਰਾ ਜੀ ਕੋਈ ਪੈਕੇਜ ਪੂਗੇ ਪੰਜਾਬ ਨੂੰ ਹੀ ਦੇ ਦਿਓ ਡਿਮਾਂਡ ਤੇ ਉਹਨਾਂ ਨੇ ਰੱਖੀ ਪਰ ਮੋਦੀ ਸਾਹਿਬ ਕਹਿੰਦੇ ਆਏ ਨਹੀਂ ਉਸ ਪਾਸੇ ਦੇਖੋ ਸੰਧਾਲੀਆ ਸਾਹਿਬ ਪਹਿਲੀ ਗੱਲ ਦੋ ਚੀਜ਼ਾਂ ਹੁੰਦੀਆਂ ਇੱਕ ਕਿ ਕੋਈ ਵਿਅਕਤੀ ਵਿਸ਼ੇਸ਼ ਕੋਈ ਸ਼ਖਸੀਅਤ ਆਉਂਦੀ ਹੈ ਉਹ ਕੀ ਦੇਖੇ ਜਾਂਦੀ ਹੈ ਸਮਝ ਆ ਗਈ ਦੂਸਰੀ ਹੁੰਦੀ ਹੈ ਕਿ ਭਾਈ ਉਹ ਦੇਖੇ ਜਾਣੇ ਜਾਣ ਕੋ ਰਫੜਦਾ ਨਹੀਂ ਪੈਂਦਾ ਆ ਤੇ ਉਹ ਨੁਕਸਾਨ ਹੋ ਜਾਂਦਾ ਉਲਟਾ ਤੀਸਰਾ ਸਾਵੇਂ ਰਹਿ ਜਾਣਾ ਕਿ ਮੈਚ ਬਰਾਬਰ ਰਹਿ ਗਿਆ ਹੁਣ ਪ੍ਰਧਾਨ ਮੰਤਰੀ ਸਾਹਿਬ ਜਦੋਂ ਪਿਛਲੀ ਵਾਰ ਆਏ ਸੀ ਕਿੰਡੀ ਵੱਡੀ ਕੁੜੱਤਨ ਸੂਬੇ ਤੇ ਕੇਂਦਰ ਦੇ ਵਿੱਚ ਪੈਦਾ ਹੋ ਗਈ ਸੀ ਕਿ ਇਹਨਾਂ ਨੇ ਸੁਰੱਖਿਆ ਨਹੀਂ ਕੀਤੀ ਕਈ ਤਰ੍ਹਾਂ ਦੇ ਰੌਲੇ ਪੈ ਸੀ। ਐਤ ਕੀ ਪਹਿਲੀ ਗੱਲ ਹੈ ਕਿ ਉਹ ਰੌਲਾ ਨਹੀਂ ਪਿਆ ਸਕੂ ਪਿਛਲੇ ਰੌਲੇ ਨੂੰ ਵੀ ਭਗਵੰਤ ਮਾਨ ਸਾਹਿਬ ਨੇ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਉਹਨੂੰ ਸਾਹਮਣ ਦਾ ਯਤਨ ਕੀਤਾ ਵਧੀਆ ਹੈ। ਤੀਸਰੀ ਗੱਲ ਪ੍ਰਧਾਨ ਮੰਤਰੀ ਸਾਹਿਬ ਸਿਫਤਾਂ ਕਰਕੇ ਗਏ ਪੰਜਾਬੀਆਂ ਦੀਆਂ ਉਹ ਵੀ ਚੰਗਾ। ਚੌਥੀ ਗੱਲ ਸਾਡੇ ਕੋਲੇ ਹਸਪੀਟਲ ਬਣ ਗਿਆ ਉਹ ਵੀ ਵਧੀਆ। ਜਣੀ ਸਾਡਾ ਗਿਆ ਕੁਛ ਨਹੀਂ। ਹਾਂ। ਜੇ ਇਸ ਗੱਲ ਦੀ ਆਸ ਉਮੀਦ ਸੀ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਹੁਣ ਇੱਕ মিডিਆ ਦੇ ਵਿੱਚ ਗੱਲ ਚੱਲਦੀ ਆ ਕਹਿੰਦੇ ਜੇ ਬਾਕੀ ਦੇਖੋ ਪ੍ਰਧਾਨ ਮੰਤਰੀ ਸਾਹਿਬ ਕੁਝ ਬਹੁਤਾ ਦੇ ਕੇ ਤਾਂ ਗਏ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਫਤਾਂ ਕਰਾ ਗਏ ਕਹਿੰਦੇ ਦੇਖੋ ਮੈਂ ਕਹਿੰਨਾ ਆਪਾਂ ਬਾਰ-ਬਾਰ ਕਹਿੰਦੇ ਸੀ ਕਿ ਸੂਬਾ ਤੇ ਦੇਸ਼ ਟਰੈਕ ਤੇ ਹੋਣੀ ਚਾਹੀਦੇ ਆ ਇੱਕ ਟਰੈਕ ਤੇ 71 ਨਹੀਂ ਚਾਹੀਦੀ 71 ਦੇ ਵਿੱਚ ਰੱਖਿਆ ਹੀ ਕੱਖ ਨਹੀਂ ਉਹ ਭਗਵੰਤ ਮਾਨ ਹੁਰੀ ਕਹਿੰਦੇ ਸੀ ਕਹਿੰਦੇ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਸ਼ਾਨ ਹੋ ਤੁਸੀਂ ਆ ਦੇਖੋ ਪੰਜਾਬ ਦੇ ਲੋਕ ਤੁਹਾਡਾ ਸਵਾਗਤ ਕਰਨ ਦੇ ਲਈ ਆ ਨਾਲ ਹੀ ਉਹ ਕਹਿੰਦੇ ਜੀ ਆ ਹਸਪੀਟਲ ਬਹੁਤ ਵਧੀਆ ਤੁਸੀਂ ਇਹ ਦੇਖ ਕੇ ਚੱਲੇ ਹੋ ਪੰਜਾਬ ਨੂੰ ਲੋੜ ਸੀ ਪਰ ਕੈਂਸਰ ਹੁੰਦਾ ਅਸੀਂ ਖਾਦਾ ਖੁੱਦਾ ਪਾਉਨੇ ਆ ਫਸਲਾਂ ਨੂੰ ਉਹ ਬਹੁਤ ਵੱਡਾ ਕਾਰਨ ਹੈ ਜਾਨੀ ਕਿ ਉਧਰਲੇ ਪਾਸੇ ਕੁਝ ਦੇਖ ਲਓ ਹੋਰ 5 7 10 ਚੀਜ਼ਾਂ ਬਾਰਡਰ ਬੈਲਟ ਦੀ ਉਹ ਗੱਲ ਕਰਕੇ ਗਿਆ ਉਦਯੋਗ ਦੀ ਗੱਲ ਕਰਕੇ ਆ ਉਹ ਬੱਕਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਨਹੀਂ ਕੋਈ ਹੋਰ ਕੀਤੀ ਚਲੋ ਕੋਈ ਗੱਲ ਨਹੀਂ ਘੱਟੂ ਘਟ ਇੱਕ ਦੂਜੇ ਨੂੰ ਮਿਲਣ ਜੁਲਣ ਵਾਲੇ ਹੋ ਗਏ ਪ੍ਰਧਾਨ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਆਪਸ ਨਾਲ ਸਟੇਜ ਤੇ ਬੈਠੇ ਗੱਲਾਂ ਕਰਦੇ ਸੀ ਚਰਚਾ ਕਰਦੇ ਸੀ ਥੋੜੀ ਜਿਹੀ ਕੁੜਤਨ ਤਾਂ ਸਬੰਧਾਂ ਦੇ ਵਿੱਚ ਜਿਹੜੀ ਕੇਂਦਰ ਤੇ ਸੂਬੇ ਵਿੱਚ ਖਾਸ ਤੌਰ ਤੇ ਪੰਜਾਬ ਤੇ ਦਿੱਲੀ ਚਾਹੀ ਹੁੰਦੀ ਹੈ ਉਹ ਤੋਂ ਥੋੜੀ ਜਿਹੀ ਪਰਾਂ ਹੋਊਗੀ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਰੌਲਾ ਬਹੁਤ ਤਰ੍ਹਾਂ ਦਾ ਜਿਹੜਾ ਉੱਥੇ ਪਿਆ ਦੇਖੋ ਕਾਲੀਆਂ ਝੰਡੀਆਂ ਕੋਈ ਦਿਖਾਉਂਦਾ ਕੋ ਹੂਰ ਰਫੜ ਪੈਂਦਾ ਇਨਕੁਆਰੀਆਂ ਖੁੱਲ ਜਾਣੀਆਂ ਸੀ ਹੁਣ ਭਲਕ ਨੂੰ ਜਾਣ ਜੋਗੇ ਹੋਣਗੇ ਉੱਥੇ ਹੁਣ ਉੱਥੇ ਮਨੀਸ਼ ਦਿਵਾੜੀ ਸਾਹਿਬ ਬੈਠੇ ਸੀ ਨਾਲ ਕਿਉਂਕਿ ਉਦ ਰਾਜਪਾਲ ਸਾਹਿਬ ਬੈਠੇ ਮੁੱਖ ਮੰਤਰੀ ਪੰਜਾਬ ਬੈਠੇ ਮਨੀਸ਼ਤ ਵਾੜੀ ਸਾਹਿਬ ਬੈਠੇ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਜੀ ਮੈਂ ਵਿਰੋਧੀ ਧਿਰ ਦਾ ਨੇਤਾ ਮੈਂ ਤਿਆਰ ਹੋਇਆ ਹੂੰ ਮੇਰਾ ਕੋਸ਼ਿਸ਼ ਕਹਿੰਦੇ ਪੰਜਾਬ ਦੇ ਹੱਕ ਚ ਹੀ ਬੋਲਣਾ ਸੀ ਜੇ ਜਾਂਦੇ ਇੰਨਾ ਛੋਟਾ ਦਿਲ ਨਾ ਮਾਨ ਸਾਹਿਬ ਦੀ ਸਰਕਾਰ ਬਖਾਇਆ ਕਰੇ ਸਾਨੂੰ ਕਹਿੰਦੇ ਕਿਸੇ ਨੂੰ ਸੱਦਿਆ ਹੀ ਨਹੀਂ ਸਾਡੇ ਐਮਪੀ ਮਨੀਸ਼ਤ ਵਾੜੀ ਸਾਹਿਬ ਕਹਿੰਦੇ ਜੀ ਸੱਦਿਆ ਉਹ ਵੀ ਕਹਿੰਦੇ ਮੈਨੂੰ ਲੱਗਦਾ ਕਿ ਹੋ ਸਕਦਾ ਕਿ ਕੇਂਦਰ ਨਹੀਂ ਸੱਦ ਲੈ ਹੁਣ ਇਹਨਾਂ ਨੇ ਸਾਡਾ ਕੋਈ ਬੰਦਾ نیچے ਸੱਦਿਆ ਹੁਣ ਗੱਲ ਇਹ ਆ ਵੀ ਉਜਰਤ ਰਾਜ ਨੂੰ ਦਾ ਜਾਇਜ਼ ਆ ਭਲਾ ਕਿਉਂ ਆਪਾਂ ਉਹਨਾਂ ਦੇ ਕਾਰਨ ਦੱਸ ਦਿੰਨੇ ਆ ਜੀ ਉਹ ਕਹਿੰਦੇ ਗੱਲ ਇਹ ਆ ਵੀ ਮਹਾਰਾਜ ਇਹ ਹਸਪਤਾਲ ਕਿਹੜਾ ਵੀ ਤੁਸੀਂ ਕੱਲ ਪਰਸੋਂ ਨੀ ਪੱਥਰ ਰੱਖਿਆ ਸੀ ਤੇ ਰਾਤ ਰੋਤ ਬਣ ਗਿਆ ਹੂੰ ਹੂੰ ਵੀ ਕਈ ਸਾਲ ਹੋ ਗਏ ਨੇ ਉਦੋਂ ਸਰਦਾਰ ਮਨਮੋਹਨ ਸਿੰਘ ਉਰੀ ਹੁੰਦੇ ਸੀ ਪ੍ਰਧਾਨ ਮੰਤਰੀ ਜੀ ਉਹਨਾਂ ਨੂੰ ਕਿਸੇ ਨੇ ਜਾ ਕੇ ਬੇਨਤੀ ਕੀਤੀ ਵੀ ਮਹਾਰਾਜ ਪੰਜਾਬ ਦਾ ਸੋਚੀਏ ਕੁਛ ਮਹਾਰਾ ਕੈਂਸਰ ਦਾ ਬੜਾ ਮੰਦ ਹਾਲ ਕਿਉਂਕਿ ਕੈਂਸਰ ਟ੍ਰੇਨ ਜਿਹੜੀ ਉਹ ਚਲਦੀ ਹੈ ਉਧਰ ਨੂੰ ਕਹਿੰਦੇ ਉਦੋਂ ਦੀ ਚਲਦੀ ਉਹ ਕਹਿੰਦੇ ਵੀ ਉਹਨਾਂ ਨੇ ਦਰਿਆਦਲੀ ਵਿਖਾਈ ਸੀ ਇਹ ਜਿਹੜਾ ਇਹ ਜਿਹੜਾ ਇੰਸਟੀਚਿਊਟ ਸੀਗਾ ਇਹਦੇ ਲਈ ਉਹਨਾਂ ਨੇ ਆਖਿਆ ਵੀ ਹਾਂ ਠੀਕ ਹੈ ਜੀ ਆਪਾਂ ਇੱਥੇ ਬਣਾਵਾਂਗੇ ਵੀ ਉਹਨਾਂ ਦੀ ਇੱਕ ਤਾਂ ਫੋਟੋ ਚਾਹੀਦੀ ਸੀ ਉਹਨਾਂ ਦਾ ਮਾਨ ਸਤਕਾਰ ਚਾਹੀਦਾ ਸੀ ਦੂਸਰੀ ਗੱਲ ਇਹ ਵੀ ਜੇ ਕਾਂਗਰਸ ਪਾਰਟੀ ਦੀ ਇਹ ਦੇਣ ਸੀ ਤਾਂ ਯਾਰ ਕ੍ਰੈਡਿਟ ਦੇ ਦਿਓ ਕਿੱਡੀ ਕੀ ਗੱਲਾਂ ਜੋ ਗੱਲ ਹੈ ਵੈਸੇ ਇੱਕ ਗੱਲ ਹੈ ਵੀ ਬਾਜਵਾ ਸਾਹਿਬ ਨੇ ਮੇਰੇ ਖਿਆਲ ਨਾਲ ਜੇ ਸਾਹਿਬ ਨਾਲ ਜਾਂ ਰਾਜਵੜਿੰਗ ਸਾਹਿਬ ਨੇ ਵੀ ਜ਼ਿਕਰ ਕੀਤਾ ਉਹਨਾਂ ਨੇ ਜੇ ਸਾਹ ਨੋਜ਼ਰ ਕੀਤਾ ਠੀਕ ਹੈ ਪਰ ਬਈ ਜੇ ਮੈਸੂਦੇਸ ਵਿੱਚ ਮਨੀਸ਼ ਤਿਵਾੜੀ ਸਾਹਿਬ ਨੂੰ ਉਠਾ ਲਿਆ ਉਹ ਤੇ ਕਾਂਗਰਸ ਪਾਰਟੀ ਦੀ ਐਮਪੀ ਨੇ ਵੀ ਕਿ ਸਾਰੇ ਬੰਦੇ ਚਾਹੀਦੇ ਹੁੰਦੇ ਆ ਕਿਦਾਂ ਸੰਧਾਲੀ ਜਦੋਂ ਸਾਰੇ ਆਪਣਾ ਸੀਟ ਚਾਹੀਦਾ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਕੇਸ ਤੇ ਇਦਾਂ ਹੀ ਆ ਨਾ ਕਿਉਂਕਿ ਜਿੰਨੇ ਇੱਕ ਸਟੇਜ ਤੇ ਮੈਂ ਕੁਰਸੀਆਂ ਦੇਖੀਆਂ ਬੜੀਆਂ ਘੱਟ ਕੁਰਸੀਆਂ ਅਤੇ ਘੱਟ ਬੰਦੇ ਸੀਗੇ ਉਸ ਹਿਸਾਬ ਨਾਲ ਤੇ ਹਰੇਕ ਨੂੰ ਉਹਨਾਂ ਨੇ ਨੁਮਾਇੰਦਗੀ ਦਿੱਤੀ ਕਿਉਂਕਿ ਜੇ ਐਮਪੀ ਦੇ ਹਿਸਾਬ ਨਾਲ ਉਹਨਾਂ ਦਾ ਏਰੀਆ ਬਣਦਾ ਉੱਥੇ ਹਸਤਾ ਵਾਲਾ ਵੀ ਉਹਨਾਂ ਨੂੰ ਆਉਣਾ ਬਣਦਾ ਸੀਗਾ ਮੁੱਖ ਮੰਤਰੀ ਸਾਹਿਬ ਨਾਲ ਮੁੱਖ ਮੰਤਰੀ ਆ ਗਏ ਮਾਝਾ ਵਾਲੇ ਆ ਗਏ ਕਿਉਂਕ ਪਰ ਚਲੋ ਮੈਂ ਦੱਸਦਾ ਜੀ ਰੌਲਾ ਕੀ ਆ ਦੇਖੋ ਸੰਧਾਲੀਆ ਸਾਹਿਬ ਮੈਨੂੰ ਤਾਂ ਇੰਨਾ ਪਤਾ ਹਮ ਪੰਜਾਬ ਚ ਹੋਰ ਲੋੜ ਆ ਤੈਨਾਂ ਚਾਹੁੰਦੀ ਕਾਦੀ ਹਸਪੀਟਲਾਂ ਦੀ ਇਦਾਂ ਦੀ ਅੱਛਾ ਯਾਨੀ ਇਹਦਾ ਬਾਬਰ ਇੱਕ ਤੇ ਨਹੀਂ ਲੜੀ ਜਾਣ ਹੋਰ ਬਣਵਾ ਲੈਣ ਜੀ ਵੀ ਠੀਕ ਹੈ ਨਾ ਯਾਨੀ ਉੱਥੇ ਜਿੰਨੀਆਂ ਮਰਜ਼ੀ ਫੋਟੋ ਦੂਸਰੀ ਗੱਲ ਜੇ ਡਾਕਟਰ ਮਨਮੋਹਨ ਸਿੰਘ ਹੋਰ ਨੇ ਵੀ ਨਹੀਂ ਪੱਥਰ ਰੱਖਿਆ ਸੀ ਇਧਰ ਪਾਸੇ ਸ਼੍ਰੋਮਣੀਆਂ ਅਕਾਲੀ ਦਲ ਕਹਿੰਦੇ ਆ ਜੀ ਸਾਡੀ ਕਾਰਜਕਾਲ ਦੇ ਵਿੱਚ ਹੋਇਆ ਸੀ ਹਮ ਤੋਂ ਡੀ ਗੱਲ ਵੀ ਜਾਇਜ਼ ਹੈ ਭਗਵੰਤ ਮਾਨ ਸਾਹਿਬ ਕਹਿਣਗੇ ਜੀ ਮੈਂ ਨਾਲ ਸੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਉਦਘਾਟਨ ਕਰਕੇ ਗਏ ਆ ਠੀਕ ਹੈ ਬੀਜੇਪੀ ਵਾਲੇ ਕਹਿਣਗੇ ਜੀ ਅਸੀਂ ਰੋਕਦੇ ਤਾਂ ਰੁਕੇ ਹੀ ਜਾਣਾ ਸੀ ਅਸੀਂ ਨਾਲ ਲੈ ਕੇ ਆਏ ਥੋੜੀ ਗੱਲ ਵੀ ਜਾਇਜ਼ ਹੈ ਰੌਲਾ ਤਾਂ ਸਿਰਫ ਇਸ ਗੱਲ ਦਾ ਹੈ ਵੀ ਜੇ ਡਾਕਟਰ ਮਨਮੋਹਨ ਸਿੰਘ ਹੋਰ ਨੇ ਨਹੀਂ ਪੱਥਰ ਰੱਖਿਆ ਜਾਂ ਅਕਾਲੀਆਂ ਦੇ ਕਾਰਜਕਾਲ ਵੇਲੇ ਬਣਿਆ ਸ਼ੁਰੂ ਹੋਇਆ ਜਾਂ ਭਗਵੰਤ ਮਾਨ ਸਾਹਿਬ ਦੇ ਵੇਲੇ ਬਣਿਆ ਜਾਂ ਪ੍ਰਧਾਨ ਮੰਤਰੀ ਸਾਹਿਬ ਪੈਸੇ ਤਾਂ ਲੋਕਾਂ ਦੇ ਲੱਗੇ ਆ ਜਾਂ ਪ੍ਰਾਈਵੇਟ ਲੱਗੇ ਆ ਮੈਂ ਦੋਨੇ ਚੀਜ਼ਾਂ ਕਹੀ ਨਾ ਕਿ ਜੇ ਤਾਂ ਕਿਸੇ ਨਿੱਜੀ ਫਰਮ ਨੇ ਜਿੱਦਾਂ ਟਾਟੇ ਵਾਲਿਆਂ ਨੇ ਲਾਏ ਆ ਫੇ ਤਾਂ ਅਗਲੇ ਨੇ ਲਾਏ ਆ ਭਾਈ ਹਾਂ ਨਾ ਰੌਲਾ ਕਹਦਾ ਤੁਸੀਂ ਲਾਓ ਦੂਸਤ ਸਾਰੀਆਂ ਪਾਰਟੀਆਂ ਨੂੰ ਗੱਲ ਕਰਦੇ ਦੂਸਰਾ ਜੇ ਤੁਸੀਂ ਸਰਕਾਰੀ ਪੈਸੇ ਲਾਏ ਆ ਤੁਸੀਂ ਪੱਲਿਓ ਲਾਏ ਆ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਉਸ ਮਹੀਨੇ ਦੀ ਤਨਖਾਹ ਨਹੀਂ ਲਈ ਜਾਂ ਭਗਵੰਤਮਾਨ ਸਾਹਿਬ ਨੇ ਇਸ ਮਹੀਨੇ ਦੀ ਤਨਖਾਹ ਨਹੀਂ ਲੈਣੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਇਹਨਾਂ ਦੇ ਸਾਰੇ ਵਿਧਾਇਕ ਕਹਿੰਦੇ ਸਾਡੀ ਤਨਖਾਹ ਦੇ ਪੈਸੇ ਵੀ ਇਸ ਹਸਤਾ ਜੇ ਤਾਂ ਤੁਸੀਂ ਉਹਨਾਂ ਮਹੀਨਿਆਂ ਦੀ ਤਨਖਾਹ ਲਈ ਹੈ ਤਾਂ ਤੁਸੀਂ ਲੋਕਾਂ ਦੇ ਪੈਸੇ ਦੇ ਟੇਕ ਕੇਅਰ ਕਰਨ ਵਾਲੇ ਬੰਦੇ ਸੀ ਜਿਹਦੀ ਤੁਹਾਨੂੰ ਤਨਖਾਹ ਮਿਲਦੀ ਸੀ ਤੇ ਤੁਸੀਂ ਉਹ ਪੈਸੇ ਕਿਤੇ ਦੇ ਕੇ ਤੇ ਲੈਣੇ ਤੁਸੀਂ ਇੱਧਰ ਲਾ ਦਿੱਤੇ ਐਡੀ ਵੀ ਕਿਹੜੀ ਗੱਲ ਆ ਸਗੋਂ ਦੂਰ ਬੈਠ ਕੇ ਮੈਂ ਕਹਿੰਨਾ ਕਿ ਚੰਗਾ ਹੁੰਦਾ ਕੋਈ ਵੀ ਬੰਦਾ ਹੋ ਜਿਹੜੇ ਇਤਰਾਜ਼ ਨਾ ਕਰਦਾ ਕਿਸੇ ਕੈਂਸਰ ਪੀੜਤ ਦੇ ਘਰੇ ਜਾ ਕੇ ਬਹਿੰਦੇ ਉਹਨਾਂ ਨੂੰ ਕਹਿੰਦੇ ਕਿ ਭਾਈ ਕੋਈ ਗੱਲ ਨਹੀਂ ਹਸਪਤਾਲ ਬਣ ਗਿਆ ਉੱਧਰ ਹੋ ਸਕਦਾ ਬੀਬੀ ਤੇਰੇ ਘਰ ਦਾ ਇਲਾਜ ਹੋ ਜਾਏ ਨਹੀਂ ਹੋਊਗਾ ਤਾਂ ਸਾਨੂੰ ਦੱਸਿਆ ਮੇਰਾ ਟੈਲੀਫੋਨ ਨੰਬਰ ਆ ਆਪਾਂ ਕੋਈ ਨਾ ਕੋਈ ਜਿਗਾਰ ਕਰਾਂਗੇ ਆਪਾਂ ਕੋਈ ਨਾ ਕੋਈ ਕੋਸ਼ਿਸ਼ ਕਰਾਂਗੇ ਬਣੀਓ ਇਮਾਰਤ ਦੇ ਉੱਤੇ ਮੈਂ ਹੋਰ ਕਹਿਣਾ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅੱਜ ਕਾਂਗਰਸ ਪਾਰਟੀ ਵਾਲੇ ਵਿਰੋਧੀ ਤਰਚਾ ਪੰਜਾਬ ਦੇ ਹਸਪਤਾਲਾਂ ਵਿੱਚ ਬਥੇਰੇ ਡਾਕਟਰ ਘੱਟ ਹੋਣਗੇ ਕਿਉਂਕਿ ਇਕੱਲੇ ਉਸੇ ਹਸਪਤਾਲ 'ਚ ਨਹੀਂ ਪੰਜਾਬ ਦੇ ਲੋਕਾਂ ਨੇ ਇਲਾਜ ਕਰਾਉਣਾ ਪੰਜਾਬ 'ਚ ਜਿਹੜੇ ਐਕਸੀਡੈਂਟ ਬਥੇਰੇ ਹੁੰਦੇ ਆ ਹਾਦਸੇ ਬਥੇਰੇ ਹੁੰਦੇ ਆ ਹੱਡੀਆਂ ਟੁੱਟਦੀਆਂ ਲੋਕਾਂ ਦੀਆਂ ਵੇਲੇ ਸਿਰ ਵਿਚਾਰ ਨਹੀਂ ਮਿਲਦਾ ਇਲਾਜ ਨਹੀਂ ਮਿਲਦਾ ਤੁਸੀਂ ਲਾਓ ਮੋਰਚਾ ਤੁਸੀਂ ਕਰੋ ਕੋਸ਼ਿਸ਼ ਇੱਕ ਸਮਾਗਮ ਦੇ ਨੇੜੇ ਥੜੀ ਥੋੜੀ ਆ ਪੰਜਾਬ ਦੇ 20 ਮਸਲੇ ਕਿ ਮੈਂ ਜਦੋਂ ਇੱਕ ਖੇਤ ਇੱਕ ਵਾਰੀ ਮੰਨ ਲਓ ਕਣਕ ਵੜਣੀ ਹੈ ਜ਼ਰੂਰੀ ਨਹੀਂ ਤੁਸੀਂ ਇੱਕ ਪਾਸੇ ਵੜਣੀ ਹੈ ਉਹ ਘੜ ਮਗਰ ਫੁੱਟਣੀ ਹੈ ਤੁਸੀਂ ਪਰਲੇ ਪਾਸੇ ਬਹਿ ਜਾਓ ਆ ਪ੍ਰਾਤ ਹੀ ਰੱਖਣੀ ਦੂਜਾ ਰਸਨਾਕ ਨਹੀਂ ਗੱਲ ਇਹ ਆ ਵੀ ਇਹਨੂੰ ਕਹਿੰਦੇ ਕ੍ਰੈਡਿਟ ਦਓ ਜੀ ਇਹ ਵਟਸਐਪ ਤੁਸੀਂ ਨਹੀਂ ਸਮਝ ਸਕਦੇ ਟਾਡੇ ਆਮ ਲੋਕਾਂ ਦੇ ਸਾਹ ਨਾਲ ਮੈਨੂੰ ਸਿਚੁਏਸ਼ਨ ਸਮਝਾਉਣੀ ਪੈਣੀ। ਨਹੀਂ ਆਮ ਲੋਕਾਂ ਜਾਂਦਾ ਭਾਜੀ ਉਹਨਾਂ ਨੂੰ ਗਾਂ ਕਰਦੇ ਆ। ਹਰ ਇਹਨੇ ਨਹੀਂ ਭਾਜੀ ਉਹਨਾਂ ਨੂੰ ਪਛਾਣ ਕਰਦੀ। ਇਹ ਚੱਕਰ ਪਤਾ ਕੀ ਇਹ ਆਮ ਲੋਕਾਂ ਦੀ ਸਿਚੁਏਸ਼ਨ ਨਹੀਂ ਆਉਂਦੀ। ਹਰ ਰੋਜ਼ ਇਹ ਲੀਡਰਾਂ ਤੇ ਉਹੋ ਜੀ ਸਿਚੁਏਸ਼ਨ ਹੁੰਦੀ ਹੈ ਜਿੱਦਾਂ ਦੇ ਆਮ ਮਾਤਰ ਮਾਤਰ ਬੰਦੇ ਦੇ ਵਿਆਹ ਤੇ ਮਿਲਣੀ ਵੇਲੇ ਸਿਚੁਏਸ਼ਨ ਬਣਦੀ ਆ। ਹੂੰ ਹੂੰ। ਉਦੋਂ ਇੱਕ ਬੰਦਾ ਐਵੇਂ ਪੈਰ ਜੇ ਘੜੀ ਸੀ ਜਾਂਦਾ ਫਿਰ ਲਗਾ ਇਦਾਂ ਫੋਫੜਦੀਆਂ ਮਿਲਣੀ ਕਰਾਈ ਨਹੀਂ ਇਹਨਾਂ। ਇਦਾਂ ਉਹਦੀ ਕਰਾ ਦਈ, ਇਹਦੀ ਕੋਨੇ ਕਰਾਈ। ਇਹ ਉਹ ਵਾਲੀ ਸਿਚੁਏਸ਼ਨ ਆ। ਸੋ ਉਹ ਵਾਲੀ ਫੀਲਿੰਗ ਆ ਉਹਨੇ ਕਿ ਚਿਰ ਫਿਰ ਦੁਪਹਿਰੋਂ ਬਾਅਦ ਕਿਹੜੀ ਵੀ ਚੀਜ਼ ਵਾਲ ਹੋ ਜਾਣਾ ਮੈਂ ਉਧਰ ਨਹੀਂ ਜਾਂਦਾ ਸੋ ਚਲੋ ਗੱਲ ਨਿਬੜ ਗਈ ਪਰ ਇੱਕ ਗੱਲ ਆ ਇਹ ਸਾਰੇ ਕੁਛ ਦੇ ਦੌਰਾਨ ਇਹ ਸਾਰੀ ਐਕਸਰਸਾਈਜ਼ ਦੇ ਵਿੱਚ ਇੱਕ ਚੀਜ਼ ਤੇ ਸਾਹਮਣੇ ਆਈ ਕਿ ਵੀ ਯਾਰ ਇਹ ਜਿਹੜੀ ਨਾਮਰਾਦ ਬਿਮਾਰੀ ਹੈ ਹੂੰ ਹੂੰ ਇਹ ਪੰਜਾਬ ਚ ਆ ਗਈ ਜੀ ਉਹਦੇ ਲਈ ਲੋੜ ਸੀ ਕਿਸੇ ਇੰਸਟੀਚਿਊਟ ਦੀ ਉਹਨੂੰ ਬਣਨ ਦੇ ਵਿੱਚ ਇੰਨੇ ਸਾਲ ਲੱਗੇ ਹੁਣ ਜਿਦਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਕੁਲ ਲੱਖ ਡੇਢ ਲੱਖ ਦੇ ਕਰੀਬ ਸਾਲ ਦੇ ਵਿੱਚ ਲੋਕਾਂ ਦਾ ਇਲਾਜ ਹੋਇਆ ਕਰੂਗਾ ਉਥੇ ਮੈਂ ਨਾ ਲੱਖ ਡੇਢ ਲੱਖ ਦੇ ਕਰੀਬ ਜੇ ਲੋਕਾਂ ਦਾ ਇਲਾਜ ਉੱਥੇ ਹੋ ਜਵੇ ਤੇ ਉਤੋਂ ਵੀ ਕਈ ਗੁਣਾ ਵੱਧ ਮਰੀਜ਼ ਨੇ ਸਾਰਿਆਂ ਨੂੰ ਫਿਰ ਵੀ ਇਲਾਜ ਨਹੀਂ ਮਿਲਣਾ ਨਹੀਂ ਉਹ ਮੈਨੂੰ ਲੱਗਦਾ ਕਿ ਜਿੱਥੇ ਨਾ ਭਗਵੰਤ ਮਾਨ ਸਾਹਿਬ ਨੇ ਗੱਲ ਛੇੜੀ ਸੀ ਵੀ ਸਾਡੇ ਇਸ ਕਰਕੇ ਕੈਂਸਰ ਹੁੰਦਾ ਉਹ ਵੀ ਬਹੁਤ ਇੰਪੋਰਟੈਂਟ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ 8 ਸਾਲਾਂ ਵਿੱਚ 200 ਮੈਡੀਕਲ ਕਾਲਜ ਬਣਾਉਂਦੇ ਬੜੀ ਵਧੀਆ ਗੱਲ ਹੈ ਜੀ ਬਹੁਤ ਧੰਨਵਾਦ ਥੋੜਾ ਬਣਾਉਂਦੇ ਸਾਨੂੰ ਹੋਰ ਲੋੜ ਹੈ ਜੇ ਤੇ ਸਭ ਤੋਂ ਵੱਡੀ ਗੱਲ ਮੈਂ ਕਿਹਾ ਕੇਂਦਰ ਸਰਕਾਰ ਸੂਬਿਆਂ ਤੇ ਬਹੁਤ ਅੱਖ ਰੱਖਦੀ ਹੈ ਸਾਰੇ ਹੀ ਸੂਬਿਆਂ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਮਾਂਡਲਿਆ ਸਾਹਿਬ ਨੇ ਆਪਣੇ ਜਿਹੜੇ ਸਿਹਤ ਮੰਤਰੀ ਮਾਂਡਵੀਆ ਸਾਹਿਬ ਉਹਨਾਂ ਨੂੰ ਆਖੋ ਕਿ ਸੂਬਿਆਂ ਤੋਂ ਲਿਸਟਾਂ ਮੰਗੋ ਰਾਜਪਾਲਾਂ ਦੇ ਰਾਹੀਂ ਮੰਗ ਲਓ ਕਿਸੇ ਤਰੀਕੇ ਮੰਗ ਲਓ ਕਿ ਤੁਹਾਡੇ ਕੋਲ ਹਸਪਤਾਲ ਕਿੰਨੇ ਨੇ ਉਹਨਾਂ 'ਚ ਡਾਕਟਰ ਕਿੰਨੇ ਨੇ ਪੋਸਟਾਂ ਖਾਲੀ ਕਿੰਨੀਆਂ ਨੇ ਤੇ ਜਦੋਂ ਤੁਹਾਡੇ ਤੋਂ ਗਰੰਟਾ ਗਰੰਟਾ ਮੰਗਣਾ ਉਹਨੇ ਪੁੱਛੋ ਭਈ ਬੰਦੇ ਭਰਤੀ ਕਰੋ ਬਾਕੀ ਕੋਈ ਗੱਲ ਨਹੀਂ ਪੈਸੇ ਟਕੇ ਦੇਣ ਨੂੰ ਬੈਠੇ ਆ ਇੱਕ ਹੋਰ ਗੱਲ ਇੱਥੇ ਥੋੜੇ ਜੀ ਜਾਖੜ ਸਾਹਿਬ ਜਾਖੜ ਸਾਹਿਬ ਹੂੰ ਹੂੰ ਸੁਨੀਲ ਜਾਖੜ ਸਾਹਿਬ ਬੋਲੇ ਉਹ ਕਹਿੰਦੇ ਜੀ ਪਹਿਲੀ ਗੱਲ ਮੈਂ ਭਗਵੰਤਪਨ ਸਾਹਿਬ ਨੂੰ ਬੇਨਤੀ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਉਦਘਾਟਨ ਕਰਕੇ ਗਏ ਆ ਤੁਸੀਂ ਆਪਣੇ ਸਿਹਤ ਮੰਤਰੀ ਸਾਹਿਬ ਨੂੰ ਨਾ ਉੱਥੇ ਭੇਜ ਦਿਓ ਡਾਕਟਰ ਭਜਾਉਂਦੇ ਆ ਦੂਸਰੀ ਗੱਲ ਉਹ ਕਹਿੰਦੇ ਜੀ ਇੱਕ ਕਬੂਤਰ ਵਿਦੇਸ਼ ਛੁੜਿਆ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹ ਪ੍ਰਧਾਨ ਮੰਤਰੀ ਸਾਹਿਬ ਦੀ ਸੁਰੱਖਿਆ ਦੇ ਵਿੱਚ ਕਹਿੰਦੇ ਕਮਜ਼ੋਰੀ ਰਹੀ ਸੀ ਪਿਛਲੇ ਹਰੀ ਚੰਨੀ ਸਾਹਿਬ ਮੁੱਖ ਮੰਤਰੀ ਸਨ ਹਾਇਕਲ ਭਾਰਤ 'ਚ ਨਹੀਂ ਹੈਗੇ ਉਹ ਕਹਿੰਦੇ ਜੀ ਉਹ ਕਮੇਟੀ ਦੀ ਰਿਪੋਰਟ ਸਬਮਿਟ ਹੋ ਗਈ ਹੈ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਜਨਤਕ ਕਰੋ ਰਿਪੋਰਟ ਕਿ ਉਹਦੇ ਵਿੱਚੋਂ ਪਤਾ ਲੱਗੇ ਕਿ ਕਮੀ ਕਮਜ਼ੋਰੀ ਕਿਹਦੀ ਸੀ ਅਚਾਨਕ ਧਰਨਾ ਕਿਦਾਂ ਲੱਗ ਗਿਆ ਰੂਟ ਜਿਹੜਾ ਸੀ ਉਹਦੀ ਜਾਣਕਾਰੀ ਲੀਕ ਕਿਦਾਂ ਹੋ ਗਈ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਤੇ ਜਦੋਂ ਕਿਹਾ ਕਿ ਕਬੂਤਰ ਵਿਦੇਸ਼ੀ ਉਡਾਰੀ ਮਾਰ ਗਿਆ ਤੇ ਸਮਝ ਆਉਂਦੀ ਸੀ ਕਿ ਭਾਈ ਉਹ ਕਹਾਣੀ ਕਿੱਥੇ ਕਿ ਜਾਂਦੀ ਹੈ ਨਹੀਂ ਦੇਖੋ ਗੱਲ ਇਹ ਹੈ ਹੁਣ ਜਾਕਰ ਸਾਹਿਬ ਉਦੋਂ ਉੱਥੇ ਸੀਗੇ ਤੇ ਜਾਕਰ ਸਾਹਿਬ ਦਾ ਮੰਨ ਲਾਦਾ ਵੀ ਜਿਹੜਾ ਪੁਰਾਣਾ ਅੰਦਰ ਦਾ 42 ਵੋਟਾਂ ਵਾਲਾ ਤੇ ਦੋਹਾਂ ਵੋਟਾਂ ਵਾਲਾ ਉਹਦਾ ਰਹਿਣਾ ਹੀ ਆ ਦੇਖੋ ਉਹ ਤੇ ਮੇਰੇ ਖਿਆਲ ਨਾਲ 11 ਦਿਨ ਤੱਕ ਰਹਿਣਾ ਜਦ ਤੱਕ ਉਹ 42 ਵੋਟਾਂ ਵਾਲਾ ਅਧਿਕਾਰ ਜਿਹੜਾ ਸੀਗਾ ਉਹਦਾ ਬਣਦਾ ਹੱਕ ਸੀਗਾ ਉਹਨਾਂ ਦਾ ਉਹਨਾਂ ਨੂੰ ਮਿਲਣੀ ਜਾਂਦਾ ਉਹ ਹੁਣ 27 ਚ ਮਿਲ ਸਕਦਾ ਕਿਉਂਕਿ ਉਦੋਂ ਹੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ। ਇੱਕ ਖਬਰ ਜੀ ਹੋਰ ਉੜਦੀ ਫਿਰਦੀ ਸੀ ਕਹਿੰਦੇ ਦਰਗਾੜ ਸ਼ੰਕਰ ਵਾਲਾ ਕੇ ਵਾਲੇ ਪਾਸਿਓਂ ਬੱਸਾਂ ਪੁੱਸਾਂ ਕਹਿੰਦੇ ਸਰਕਾਰੀ ਗਈਆਂ ਤੇ ਵਿੱਚ ਬੰਦੇ ਵਿਚਾਰੇ ਤੜਕੇ ਮਲਵਾ 8 ਵਜੇ ਦੁਰੀਆਂ ਪਿੰਡਾਂ ਤੋਂ ਬੱਸਾਂ ਕੋਈ ਸਰਪੰਚ ਕੋ ਪੰਜ ਟ੍ਰੇਨਿੰਗ ਕਰਾਉਣੀ ਸੀ ਵਾਰਾ ਨਾਲ ਮਨਰੇਗਾ ਵਾਲੇ ਉਹ ਮਨਰੇਗਾ ਵਾਲੇ ਬੈਠੇ ਹੋ ਕਹਿੰਦੇ ਚੱਲੇ ਮਾੜੀ ਚੱਲੇ ਕਹਿੰਦੇ ਉੱਥੇ ਟ੍ਰੇਨਿੰਗ ਕਰਾਉਣੀ ਹੈ। ਜਾ ਕੇ ਕਹਿੰਦੇ ਜਦੋਂ ਉਤਰੇ ਤੇ ਉਦੋਂ ਕਹਿੰਦੇ ਵੀ ਆ ਤੰਬੂ ਲਗਾਓ ਉੱਥੇ ਬੈ ਜਾਓ ਕੁਰਸੀਆਂ ਦੇ। ਕਹਿੰਦਾ ਯਾਰ ਤੁਸੀਂ ਕਹਿੰ ਉਹਨਾਂ ਟ੍ਰੇਨਿੰਗ ਕਰਾਉਣੀ ਕੋਈ ਨਹੀਂ ਹੋਣੀ ਇਥੇ ਮੋਦੀ ਸਾਹਿਬ ਨੇ ਆਉਣਾ ਤੁਸੀਂ ਪਾਸ਼ੰ ਕਹਿੰਦੇ ਆ ਅਬ ਇਹ ਇਹ ਉਹਨਾਂ ਹੀ ਉਹਨਾਂ ਹੀ ਕਿਹਾ ਆਣਗੇ ਪਰ ਜਿੱਥੋਂ ਆਏ ਆ ਕਹਿੰਦੇ ਟ੍ਰੇਨ ਕੈ ਬੈਠਣ ਦੀ ਟ੍ਰੇਨਿੰਗ ਕਰਾਉਣੀ ਹੋਰ ਕਾਦੀ ਸੁਣਨ ਦੀ ਟ੍ਰੇਨਿੰਗ ਕਰਾਉਣੀ ਹੋਰ ਕਾਦੀ ਐ ਐ ਕਰਨ ਦੀ ਟ੍ਰੇਨਿੰਗ ਅੱਛਾ ਸੰਧਾਲੀਆ ਸਾਹਿਬ ਜਦੋਂ ਕਿਉਂਕਿ ਹਸਪੀਟਲ ਨਾ ਹਮ ਹਸਪੀਟਲ ਦੀ ਗੱਲ ਚੱਲੀ ਤਾਂ ਭਗਵੰਤਮਨ ਸਾਹਿਬ ਨੇ ਪਿਛਲੇ ਦਿਨੀ ਇੱਕ ਨੀ ਪੱਥਰ ਰੱਖਿਆ ਸੀ ਕਿ ਅਸੀਂ ਸੰਗਰੂਰ ਦੇ ਵਿੱਚ ਇੱਕਾ ਮੈਡੀਕਲ ਕਾਲਜ ਬਣਾ ਰਹੇ ਹਾਂ ਹਸਪੀਟਲ ਨਾਲ ਹੀ ਹੁੰਦਾ ਉਹਨਾਂ ਨੇ ਕਈ ਕੁਸ਼ ਕਿਹਾ ਸੀ ਕਿ ਜੇ ਇੱਕ ਮੈਡੀਕਲ ਕਾਲਜ ਬਣੂਗਾ ਉਸ ਜ਼ਿਲ੍ਹੇ ਦੇ ਹਸਪਤਾਲ ਦੇ ਵਿੱਚ ਆਹ ਫੈਸਿਲਿਟੀਆਂ ਦੇਣੀਆਂ ਜ਼ਰੂਰੀ ਹੁੰਦੀਆਂ ਉਹਦੋਂ ਇੱਕ ਬਹੁਤ ਵੱਡਾ ਰੋਲਾ ਪਿਆ ਸੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ 31 ਮਾਰਚ ਨੂੰ ਮੁਕੰਮਲ ਇਹਦੀ ਉਹ ਸਾਰੀ 8 ਮਹੀਨਿਆਂ ਚ ਪ੍ਰਵਿੰਦਰ ਸਿੰਘ ਢੀਂਡਸਾ ਸਮੇਤ ਕਈ ਲੀਡਰਾਂ ਨੇ ਕਿਹਾ ਸੀ ਕਿ ਸਿਆਸਤ ਛੱਡ ਜਾਾਂਗੇ ਸਿਆਸਤ ਜੇ ਇੰਨੇ ਛੇਤੀ ਮੁਕੰਮਲ ਹੋ ਗਿਆ ਸਾਨੂੰ ਵੀ ਪਤਾ ਅਸੀਂ ਵੀ ਸਰਕਾਰਾਂ ਚ ਰਹੇ ਆਂ ਕੰਮ ਕਿੱਦਾਂ ਹੁੰਦੇ ਆ ਸੁਖਾਲੇ ਨਹੀਂ ਹੁੰਦੇ ਮਾਨ ਸਾਹਿਬ ਐਵੇਂ ਵੀ ਕਹਿੰਦੇ ਆ ਇਹ ਕਹਿੰਦੇ ਸੀ ਕੋਈ ਗੱਲ ਨਹੀਂ 31 ਮਾਰਚ ਨੂੰ ਮੁਕੰਮਲ ਆ ਪਹਿਲੀ ਅਪ੍ਰੈਲ ਤੋਂ ਕਲਾਸਾਂ ਉੱਥੇ ਚੱਲਣਗੀਆਂ ਜਮਾਤਾਂ ਪੜਨਗੇ ਐਮਬੀਬੀਐਸ ਕਰਨਗੇ ਨਿਆਣੇ ਸਾਡੇ ਯੂਕਰੇਨ ਨਹੀਂ ਜਾਣਾ ਪਊਗਾ ਉਦੋਂ ਆਪਾਂ ਵੀ ਕਿਹਾ ਸੀ ਕਿ ਜੇ 8 ਮਹੀਨੇ ਦੇ ਵਿੱਚ ਭਗਵੰਤਮਾਨ ਸਾਹਿਬ ਕਿਤੇ ਮੁਕੰਮਲ ਕਰ ਗਿਆ ਤਾਂ ਇਹ ਰਿਕਾਰਡ ਹੀ ਹੋਊਗਾ ਦਿੱਲੀ ਵਾਲਾ ਤਜਰਬਾ ਦੱਸਦਾ ਹੀ ਕਰ ਦੇਣਾ ਪਰ ਹੁਣ ਸੰਗਰੂਰ ਵਾਲੇ ਉਸ ਮੈਡੀਕਲ ਕਾਲਜ ਦੇ ਉੱਤੇ ਹਾਈ ਕੋਰਟ ਨੇ ਰੋਕ ਲਾਤੀ ਅਰਜੀ ਤੌਰ ਤੇ ਰੋਕ ਕਿਉਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਇਤਰਾਜ਼ ਸੀ ਸੁਣਨ ਵਾਲੀ ਗੱਲ ਹੈ ਉਹ ਕਹਿੰਦੇ ਜੀ ਦੇਖੋ ਕਿ ਜੇ ਇਸ ٹرسٹ ਨੇ ਇਹ ਜ਼ਮੀਨ ਦਿੱਤੀ ਹੈ ਮੈਡੀਕਲ ਕਾਲਜ ਬਣਾਉਣ ਦੇ ਲਈ ਉਸ ٹرسٹ ਦੇ ਕੋਲੇ ਜ਼ਮੀਨ ਬਣਾਉਣ ਦੇਣ ਦਾ ਅਧਿਕਾਰ ਹੀ ਨਹੀਂ ਗੁਰੂ ਘਰ ਦੀ ਕਹਿੰਦੇ ਜ਼ਮੀਨ ਹੈ ਗੁਰੂ ਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਤੇ ٹرسٹ ਬਿਲਕੁਲ ਅਧਿਕਾਰ ਨਹੀਂ ਰੱਖਦਾ ਕਿ ਉਹ ਜ਼ਮੀਨ ਇਹ ٹرسٹ ਨੇ ਕਹਿੰਦੇ ਗਿਫਟ ਦੇ ਰੂਪ ਵਿੱਚ ਸਰਕਾਰ ਨੂੰ ਜ਼ਮੀਨ ਮੈਡੀਕਲ ਕਾਲਜ ਬਣਾਉਣ ਨੂੰ ਦੇ ਕੇ ਦਿੱਤੀ ਅਗਲੇ ਹਾਈ ਕੋਰਟ ਚਲੇ ਗਏ ਹਾਈ ਕੋਰਟ ਨੇ ਰੋਕ ਲਾਤੀ ਤੇ ਦੂਸਰੀ ਗੱਲ ਉਹਨਾਂ ਨੇ ਵੀ ਕਿਹਾ ਉਹ ਕਹਿੰਦੇ ਇਹ ਰੌਲਾ ਹੁਣਦਾ ਨਹੀਂ ਇਹ ਨੀ ਪੱਥਰ ਰੱਖਣ ਤੋਂ ਪਹਿਲਾਂ ਦਾ ਚੱਲਦਾ ਨੀ ਪੱਥਰ ਰੱਖਣਾ ਹੀ ਨਹੀਂ ਚਾਹੀਦਾ ਮੇਰੇ ਮਨ 'ਚ ਐਵੇਂ ਖਿਆਲ ਹੈ ਤੁਸੀਂ ਦੇਖੋ ਕਿ ਜੇ ਸਰਕਾਰ ਪੈਸੇ ਲਾ ਰਹੀ ਹੈ 8 ਮਹੀਨਿਆਂ ਦੇ ਵਿੱਚ ਮੈਡੀਕਲ ਕਾਲਜ ਬਣਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਰਸਟ ਨਾਲ ਗੱਲ ਕਰ ਲਵੇ ਕੋਈ ਗੱਲ ਨਹੀਂ ਕਿਉਂਕਿ ਦੇਖੋ ਲੋੜ ਐ ਉੱਥੇ ਇਹ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੇ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਲੋੜ ਐ ਬਾਕੀਆਂ ਨੂੰ ਵੀ ਲੋੜ ਐ ਹੁਣ ਜੇ ਤਾਂ ਟਰਸਟ ਨੇ ਕੋਈ ਗਲਤ ਕੀਤਾ ਗੁਨਾਹ ਕਰ ਦਿੱਤਾ ਕਿ ਭਾਈ ਕਿਸੇ ਹੋਰ ਪੇ ਵੇਚ ਕੇ ਜ਼ਮੀਨ ਗਿਫਟ ਕਿਸ ਨੂੰ ਦੇ ਕੇ ਪੈਸੇ ਜੇ ਚੁਪਾ ਲਏ ਗੱਲ ਮੰਨੀ ਜਾ ਸਕਦੀ ਹੈ ਜੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਗਿਆ ਤਾਂ ਟਰਸਟ ਵਾਲਿਆਂ ਨੂੰ ਬਿਠਾਓ ਕਿ ਭਾਈ ਤੁਸੀਂ ਕਿਉਂ ਉਹਨੂੰ ਨਹੀਂ ਆ ਨਾਲੇ ਵੀ ਕਹੋ ਕਿ ਕੰਮ ਠੀਕ ਹੈ ਪਰ ਤੁਸੀਂ ਨਹੀਂ ਦੇ ਸਕਦੇ ਅਸੀਂ ਇਹਦੇ ਪਾਸੇ ਫੈਸਲਾ ਕਰਾਂਗੇ ਮੜੀ ਜਾਂ ਸਰਕਾਰ ਨੂੰ ਕੋਸਨ ਲਿਖ ਕੇ ਦੇਣ ਪਹਿਲਾਂ ਤੇ ਜੇ ਸਰਕਾਰ ਤੋਂ ਲਿਖਤੀ ਮੰਗਦੇ ਵੀ ਸਰਕਾਰ ਨੂੰ ਝਟ ਦੇ ਦੇਣਾ ਚਾਹੀਦਾ ਪਰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਜਿਉ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨਾਂ ਨਾ ਰੋਕ ਲਾ ਕੇ ਹੈ ਨਾ ਤੁਸੀਂ ਬਣਾ ਦਿਓ ਉੱਥੇ ਤੁਸੀਂ ਫਰਵਰੀ 28 ਨੂੰ ਹੀ ਮੁਕੰਮਲ ਕਰਦੇ ਹੋ ਐਸਪੀਸੀ ਵਾਲੇ ਬਣਾਉਣ ਜਣੀ ਮੈਂ ਬੇਨ ਮਹਾਰਾਏ ਮੈਂ ਦੇਖੋ ਮੈਂ ਹੈ ਨਹੀਂ ਨਾ ਯੋਗਾ ਮੈਂ ਬੇਨਤੀ ਕੀਤੀ ਕਿ ਤੁਸੀਂ ਆਪ ਹੀ ਬਣਾ ਦਿਓ ਉੱਥੇ ਤੁਹਾਡੇ ਕੋ ਤਾਂ ਅਧਿਕਾਰ ਹੈਗਾ ਨਾ ਹਮ ਟਰਸਟ ਕੋਈ ਅਧਿਕਾਰ ਹੈ ਨਹੀਂ ਜ਼ਮੀਨ ਆਪਣੀਆਂ ਸੰਗਤ ਆਪਣੀਆਂ ਮਰੀਜ਼ ਆਪਣੇ ਨੇ ਤੇ ਜੇ ਸਰਕਾਰ ਤੋਂ ਕੋਈ ਸਹਾਇਤਾ ਲੈਣੀ ਹੈ ਤਾਂ ਸਰਕਾਰ ਕੋ ਸਹਾਇਤਾ ਲਾਹ ਲਿਖਤੀ ਰੂਪ ਦੇ ਵਿੱਚ ਦਿਓ ਉਹਨਾਂ ਨੂੰ ਕਿ ਭਾਈ ਸਾਨੂੰ ਆ ਚੀਜ਼ ਸਹਾਇਤਾ ਵੀ ਨਹੀਂ ਯੋਗਦਾਨ ਡਿਊਟੀ ਆ ਉਹਨਾਂ ਦੀ ਨਹੀਂ ਯੋਗਦਾਨ ਪਾਉਣਗੇ ਫਿਰ ਆਪਾਂ ਵੀ ਇੱਥੇ ਟੇਬਲ ਤੇ ਬੈਠੇ ਗੱਲ ਕਰਾਂਗੇ ਉਹ ਨਹੀਂ ਮੇਰੇ ਖਿਆਲ ਨਾਲ ਜਦੋਂ ਇਹ ਖਬਰ ਲੋਕਾਂ ਤੱਕ ਪਹੁੰਚੀ ਜਾਂ ਹੁਣ ਵੀ ਆਪਣੀ ਗੱਲਬਾਤ ਤੋਂ ਪਹੁੰਚੀ ਹੋਊਗੀ ਤਾਂ ਹਰੇਕ ਨੂੰ ਇੱਕ ਵਾਰ ਹੈਰਾਨੀ ਜ਼ਰੂਰ ਹੋਈ ਹੋਣੀ ਹੈ ਵੀ ਇਹ ਜੇ ਪੂਰੇ ਸਿਨੈਰੀਓ ਨੂੰ ਦੇਖਿਆ ਜਾਵੇ ਤੇ ਹੈ ਤੇ ਗੁਰੂ ਘਰ ਦੀ ਜ਼ਮੀਨ ਜੀ ਤੇ ਗੁਰੂ ਘਰ ਦੀ ਜ਼ਮੀਨ ਦੇ ਉੱਪਰ ਆਮ ਲੋਕਾਂ ਦੇ ਲਈ ਹੀ ਕੋਈ ਨਾ ਕੋਈ ਇੰਸਟੀਚਿਊਟ ਬਣਨਾ ਜਿੰਨਾ ਕੁ ਰੌਲਾ ਹੁਣ ਤੱਕ ਸਮਝ ਆਉਂਦਾ ਉਹ ਤੇ ਇਹੀ ਆਉਂਦਾ ਵੀ ਮੰਨ ਲਓ ਵੀ ਜ਼ਮੀਨ ਦਾ ਅਧਿਕਾਰ ਮੈਂ ਰੱਖਦਾ ਸੀ ਵੀ ਮੈਂ ਦੇ ਦੇ ਸਕਦਾ ਜ਼ਮੀਨ ਇਹ ਬਾਦ ਸਾਹਿਬ ਨੇ ਕਹਉਂਦੇ ਦੀ ਇਦਾਂ ਹੀ ਨਹੀਂ ਮੈਂ ਮੇਰਾ ਮੈਨੂੰ ਨਾ ਵੇਚ ਲਾਓ ਭਰਾਵਾ ਨਹੀਂ ਨਹੀਂ ਗੱਲ ਤੇ ਹੋਈ ਨਾ ਵੀ ਅਧਿਕਾਰ ਕਿਸੇ ਕੋਲ ਹੈ ਅਧਿਕਾਰ ਕਿਸੇ ਕੋਲ ਤੇ ਜ਼ਮੀਨ ਕਿਸੇ ਹੋਰ ਨੇ ਕਹਿਤਾ ਵੀ ਹਾਂਜੀ ਅਸੀਂ ਦਾਨ ਕਰ ਦਿੰਦੇ ਹਾਂ ਦਾਨ ਕਰ ਦਿੰਦੇ ਆ ਵੀ ਜੇ ਜ਼ਮੀਨ ਦਾਨ ਹੀ ਕਰਨੀ ਸੀ ਇੱਕ ਚੰਗਾ ਕੰਮ ਹੈ ਤੇ ਇਹ ਗੱਲ ਠੀਕ ਹੈ ਵੀ ਹੁਣ ਕਿਉਂਕਿ ਸਟੇ ਇੱਕ ਐਸੀ ਜੀ ਪਿੰਡ ਵਾਲਿਆਂ ਨੂੰ ਪਤਾ ਵੇ ਲਾਵੇ ਉਹ ਤੇ ਸਟੇ ਹੋ ਗਿਆ ਹੀ ਇਹ ਜਿਹੜਾ ਸਟੇ ਆ ਨਾ ਇਹ ਮੁੜ ਕੇ ਸਾਲਾਂ ਬਦੀ ਟੁੱਟਦਾ ਹੀ ਨਹੀਂ ਇਹ ਨਹੀਂ ਟੁੱਟਦਾ ਹਾਂ ਲੋਕ ਟੁੱਟ ਜਾਂਦੇ ਆ ਲੋਕਾਂ ਦੇ ਸਾਹਾਂ ਦੀ ਤੰਦ ਟੁੱਟ ਜਾਂਦੀ ਹੈ ਸੋ ਗੱਲ ਇਹ ਆ ਵੀ ਉੱਥੇ ਉਹਦੀ ਲੋੜ ਆ ਜੀਉ ਦਾ ਕੋਈ ਨਾ ਕੋਈ ਬਹਿ ਕੇ ਹੱਲ ਕਰ ਲਿਆ ਜਾਵੇ ਮੈਨਾਂ ਵੀ ਜੇ ਟਰਸਟ ਵੀ ਸਾਹਮਣੇ ਨਹੀਂ ਆਉਂਦਾ ਤੇ ਸਰਕਾਰ ਜ਼ਰੂਰ ਆਵੇ ਕਿਉਂਕਿ ਜਮਾਨ ਸਾਹਿਬ ਨੇ ਉਹ ਤੋਂ ਦਾਵਾ ਕੀਤਾ ਸੀ ਕਿ ਅਸੀਂ 31 ਮਾਰਚ ਤੱਕ ਬਣਾਉਣਾ ਤੇ ਉਹ ਕੋਸ਼ਿਸ਼ ਕਰ ਲੈਣਾ ਐਸਜੀਪੀ ਨਾਲ ਗੱਲ ਕਰਕੇ ਵੀ ਯਾਰ ਕਿਹੜੀ ਗੱਲ ਹੋ ਗਈ ਉਹ ਨਹੀਂ ਤੇ ਆਪ ਤੁਸੀਂ ਕਰਦੇ ਹੋ ਜੇ ਮੈਂ ਗਲਤ ਨਹੀਂ 25 ਏਕੜ ਥਾਈਆਂ ਹੂੰ 25 ਏਕੜ ਮੈਨੂੰ ਲੱਗਦਾ ਮਾਲਵੇ ਦੇ ਵਿੱਚ ਨੇੜੇ ਤੇਰੇ ਵੀ ਬਹੁਤ ਸਾਰੇ ਪਿੰਡ ਹੋਣਗੇ ਜਿਨ੍ਹਾਂ ਦੀ ਪੰਚਾਇਤੀ ਜ਼ਮੀਨ ਹੀ 7 ਏਕੜ ਹੋਣੀ ਹੈ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਜ਼ਮੀਨਾਂ ਖੁੱਲੀਆਂ ਹੋ ਸਕਦਾ ਕੁਝ ਐਨਆਰਆਈਜ਼ ਇਦਾਂ ਦੇ ਹੋਣ ਜਿਹੜੇ ਦੋਛਰ ਜਿਹੜੇ ਰ ਮੈਡੀਕਲ ਕਾਲੇ ਬਣਾਉਂਗੇ ਅਸੀਂ ਦੇ ਦਨੇ ਹਾਂ ਸਰਕਾਰ ਕੋਲੋਂ ਸ਼ਰਤਾਂ ਲਖਾ ਲਓ ਕੋਈ ਨਾ ਕੋਈ ਜੇ ਇੱਕ ਨਿਯਮ ਦੇ ਵਿੱਚ ਵੀ ਇਧਰ ਉਧਰ ਕਿ ਭਾਈ ਆ ਸਾਡਾ ਪਿੰਡ ਆ ਜਾਂ ਸਾਡੇ ਆਲੇ ਦੁਆਲੇ ਦੇ ਪੰਜ ਪਿੰਡ ਆ ਇੱਥੋਂ ਦੇ ਲੋਕਾਂ ਨੂੰ ਇੰਨੀਆਂ ਨੌਕਰੀਆਂ ਪਹਿਲ ਦੇ ਆਧਾਰ ਤੇ ਦੇਣੀਆਂ ਜਾਂ ਸਾਡੇ ਇੱਥੇ ਦੇ ਲੋਕਾਂ ਦਾ ਇਲਾਜ ਇਸ ਤਰੀਕੇ ਦੇ ਨਾਲ ਕਰਨਾ ਮੈਂ ਕਹਿੰਨਾ ਕਿ ਬੱਲੇ ਬੱਲੇ ਹੋ ਜੂਗੀ ਐਸਜੀਪੀਸੀ ਕਰਾਵੇ ਅਸੀਂ ਤਾਂ ਬੇਨਤੀ ਇਹ ਕਰਦੇ ਹਾਂ ਮਾਣ ਹੀ ਬੜਾ ਤੋੜਨ ਥੋੜੀ ਲੱਗੇ ਆ ਦੇ ਚਲੋ ਇਹ ਮਸਲਾ ਮੈਨੂੰ ਲੱਗਦਾ ਵੀ ਸੋਲਝ ਜਾਣਾ ਕੋਈ ਨਾੜਨ ਵਾਲਾ ਹੈ ਨਹੀਂ ਕਿਉਂਕਿ ਉਹ ਨਾਂ ਹੀ ਥੋੜਾ ਸਟੇ ਵਾਲਾ ਡਰਾਉਣਾ ਜਾਂਦਾ ਜਿੱਦਾਂ ਅਪਾ ਸਟਾਰਟਿੰਗ ਗੱਲ ਕੀਤੀ ਸੀ ਨਾ ਵੀ ਹਰੇ ਪਰਦੇ ਦੇ ਦੂਸਰੇ ਪਾਸੇ ਟੀਕਾ ਜਿਹੜਾ ਉਹਦੇ ਰੌਲਾ ਹੁੰਦਾ ਉਸ ਤਰ੍ਹਾਂ ਸਟੇ ਦਾ ਥੋੜਾ ਜਿਹਾ ਨਾ ਡਰਾਉਣਾ ਪਰ ਨਹੀਂ ਮਸਲਾ ਸੋਲਝ ਜਾਊਗਾ ਦੂਜੀ ਗੱਲ ਇਹ ਆ WhatsApp ਕੀ ਵੀ ਕੀਹੜੀ ਗੱਲ ਕਰੀ ਹੋਣੀ ਦੇਖੋ ਬਿਕਰਮ ਸਿੰਘ ਮਜੀਠੀਆ ਸਾਹਿਬ ਗਏ ਸਿੱਧੂ ਮੂਸੇ ਵਾਲੇ ਹੋਰਾਂ ਦੇ ਘਰੇ ਕਿਉਂਕਿ ਜਦੋਂ ਸਿੱਧੂ ਮੂਸੇ ਵਾਲੇ ਹੋਰਾਂ ਦਾ ਕਤਲ ਹੋਇਆ ਸਾਰਾ ਕੁਝ ਉਹ ਚੱਲਿਆ ਮਜੀਠੀਆ ਸਾਹਿਬ ਜੇਲ੍ਹ 'ਚ ਸੀ ਜ਼ਮਾਨਤ ਬਾਅ ਮਾ ਦਾ ਪੁੱਤ ਜਵਾਨ ਗਬਰੂ ਪੰਜਾਬੀ ਇੱਕ ਮਾਰਿਆ ਗਿਆ ਉਸ ਨਾਲ ਤੇ ਆਇਆ ਤੇ ਦੂਸਰਾ ਕਿਉਂਕਿ ਭਾਈ ਰਾਜਵਾਨਾ ਸਾਹਿਬ ਦਾ ਜ਼ਿਕਰ ਉਹਨਾਂ ਨੇ ਕੀਤਾ ਕਹਿੰਦੇ ਜੀ ਉਹ ਵੀ ਉੱਥੇ ਹੀ ਸੀ ਜੇਲ੍ਹ ਦੇ ਵਿੱਚ ਤੇ ਮੈਂ ਉਹਨਾਂ ਵੱਲੋਂ ਵੀ ਉਹ ਸੋਸ ਪ੍ਰਗਟ ਕਰਨਾ ਆ ਵੀ ਉਹਨਾਂ ਵੱਲੋਂ ਵੀ ਮੈਂ ਤੁਹਾਡੇ ਕੋਲੇ ਆਇਆ ਅਸੀਂ ਇਕੱਠੇ ਸੀ ਉੱਥੇ ਤੇ ਕਿਉਂਕਿ ਗੀਤ ਵੀ ਸਿੱਧੂ ਮੂਸੇ ਵਾਲੇ ਦੇ ਕੁਝ ਰਿਲੇਟ ਕਰਦੇ ਸੀਗੇ ਇਸ ਮਸਲੇ ਦੇ ਨਾਲ ਤੇ ਨਾਲ ਹੀ ਉਹਨਾਂ ਨੇ ਉੱਥੇ ਕਹਿਤਾ ਇਹਦੇ ਮਸਲਾ ਤਾਂ ਸਿਕਿਉਰਿਟੀ ਦੇ ਘਟ ਹੋਣ ਦਾ ਹੈ ਮਸਲਾ ਤਾਂ ਸੁਰੱਖਿਆ ਦੇ ਵਾਪਸ ਹੋਣ ਦਾ ਸੀ ਕਦੇ ਕਿਉਂ ਨਹੀਂ ਅਜੇ ਤੱਕ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਹੋਈ ਜਿਨ੍ਹਾਂ ਨੇ ਇਦਾਂ ਦੀਆਂ ਰਿਪੋਰਟਾਂ ਬਣਾ ਕੇ ਦਿੱਤੀਆਂ ਕਿ ਇਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਓ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਤਾਂ ਕਿਉਂ ਨਹੀਂ ਹੋਈ ਜਿਨ੍ਹਾਂ ਨੇ ਇਹ ਸਾਰੀ ਸੂਚਨਾ ਜਿਹੜੀ ਉਹ ਲੀਕ ਕਰ ਦਿੱਤੀ ਮੀਡੀਆ ਤੱਕ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਮੁੰਡੇ ਕ ਮੁੰਡਾ ਮਾਰ ਦਿੱਤਾ ਹੁਣ ਮਜੀਠੀਆ ਸਾਹਿਬ ਦਾ ਉੱਥੇ ਜਾਣਾ ਭਾਈ ਰਾਜੂਆਣਾ ਸਾਹਿਬ ਦਾ ਜ਼ਿਕਰ ਕਰਨਾ ਆ ਸਾਰਾ ਕੁਝ ਕਹਿਣਾ ਇੱਕ ਵਾਰੀ ਫਿਰ ਮਾਹੌਲ ਕਰਵਾ ਗਿਆ ਜੀ ਕਰਵਾ ਗਿਆ ਦੂਸਰਾ 25 ਤਰੀਕ ਹੋ ਗਈ ਹੈ ਤੇ ਅੱਜ ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਗਿਆ ਸੀ ਵੀ ਅਸੀਂ ਇਨਸਾਫ ਅੱਜ ਕੈਂਡਲ ਮਾਰਚ ਹੁਣ ਪਹਿਲਾਂ ਅੰਦਰਲੀ ਮੰਡੀ ਤੋਂ ਸੀ ਹੁਣ ਬਾਹਰਲੀ ਮੰਡੀ ਤੋਂ ਜਿੱਥੇ ਸਿੱਧੂ ਮੂਸੇ ਵਾਲੇ ਹੋਰਾਂ ਦਾ ਅੰਤਿਮ ਅਰਦਾਸ ਹੋਈ ਸੀ ਉਸ ਸਥਾਨ ਤੋਂ ਉਹ ਕਹਿੰਦੇ ਵੀ ਉੱਥੋਂ ਕੈਂਡਲ ਮਾਰਚ ਲੈ ਕੇ ਨਿਕਲਾਂਗੇ ਤੇ ਨਾਲ ਉਹਨਾਂ ਨੇ ਅਪੀਲ ਕੀਤੀ ਹੈ ਵੀ ਇਸ ਮੌਕੇ ਤੇ ਸਾਰੇ ਪਹੁੰਚਣ ਸੋ ਇਨਸਾਫ ਦੀ ਮੰਗ ਤਾਂ ਉਹ ਕਰ ਰਹੇ ਆ ਪਰ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਕੇਸ ਚੱਲ ਰਿਹਾ ਇਸ ਇੱਕ ਪਾਸੇ ਉਹ ਅਜੇ ਉਹਦੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜਿੰਨਾਂ ਲੋਕਾਂ ਦੇ ਉੱਪਰ ਦੋਸ਼ ਲੱਗਦਾ ਸੀਗਾ ਕਿ ਵੀ ਹਾਂਜੀ ਇਹਨਾਂ ਨੇ ਜੇਲ੍ਹ ਚੋਂ ਕਰਾਇਆ ਜੀ ਇਹਨਾਂ ਨੇ ਇਹਦੇ ਵਿੱਚ ਹੱਥ ਹੈ ਜੀ ਉਹਨਾਂ ਦੇ ਬਾਰੇ ਹੁਣ ਕੇਂਦਰੀ ਏਜੰਸੀਆਂ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਨੂੰ ਅਲਰਟ ਕਰੀ ਜਾਂਦੀਆਂ ਵੀ ਭਾਈ ਸਾਹਿਬ ਕੁਛ ਨਾ ਕੁਛ ਵਾਪਰ ਸਕਦਾ ਕੁਛ ਨਾ ਕੁਛ ਪੇਚਾ ਪੈ ਸਕਦਾ ਇਹਨਾਂ ਦੀ ਸਿਕਿਉਰਿਟੀ ਦੀ ਬਹੁਤ ਜ਼ਿਆਦਾ ਲੋੜ ਆ ਜਾਂ ਤਾਂ ਗੈਂਗਵਾਰ ਹੋ ਸਕਦੀ ਆ ਜਾਂ ਲਾਰੈਂਸ ਬਿਸ਼ਨੋਈ ਦੇ ਉੱਪਰ ਜਾਂ ਜਗੂ ਭਗਵਾਨਪੁਰੀਏ ਦੇ ਉੱਪਰ ਹਮਲਾ ਹੋ ਸਕਦਾ ਸੋ ਉਹਦੇ ਲਈ ਜਿਹੜੀ ਸਿਕਿਉਰਿਟੀ ਆ ਉਹਦੇ ਪ੍ਰਬੰਧ ਕਰ ਲਿਆ ਜਾਣ ਹੁਣ ਜੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਤੱਕ ਨੂੰ ਇਹ ਗੱਲ ਪਹੁੰਚੀ ਅਪੜੀ ਆ ਇਹਦਾ ਮਤਲਬ ਵੱਡੇ ਲੈਵਲ ਤੇ ਕੁਛ ਨਾ ਕੁਛ ਹੋਣ ਦੀ ਨਹੀਂ ਉਹਨਾਂ ਨੂੰ ਸ਼ੱਕ ਹੈ ਜੀ ਸ਼ੰਕਾ ਉਸ ਗੱਲ ਦੀ ਕਿ ਹੋਉ ਨਾ ਜਾਂ ਬਈ ਤੇ ਰੋਕ ਸੰਧਾਲੀਆ ਸਭ ਇਦਾਂ ਕਿ ਸੁਖਪ੍ਰੀਤ ਬੁੱਢਾ ਉਹ ਵੀ ਗੈਂਗਸਟਰ ਆ ਪਟਹਿੰਡ ਦੇ ਜੇਲ੍ਹ ਚ ਬੰਦ ਸੀ ਉਹਦੇ ਤੇ ਦੋਸ਼ ਲੱਗਾ ਕਿ ਜਦੋਂ ਕਿਉਂਕਿ ਜੇਲਾ ਹੀ ਤਲਾਸ਼ੀ ਹੁੰਦੀ ਆ ਕਿ ਮੋਬਾਈਲ ਤਾਂ ਨਹੀਂ ਨਸ਼ੀਲਾ ਪਦਾਰਥ ਤਾਂ ਨਹੀਂ ਕੋਈ ਇਤਰਾਜ਼ਯੋਗ ਚੀਜ਼ ਤਾਂ ਨਹੀਂ ਉਹਦੀ ਬੈਰਕਲ ਨੂੰ ਜਦੋਂ ਗਿਆ ਤੇ ਉਹਨੇ ਕਹਿੰਦੇ ਆ ਜੀ ਜੇਲ੍ਹ ਡਿਪਟੀ ਸੁਪਰਡੈਂਡ ਨੂੰ ਕਹਿਤਾ ਕਿ ਭਾਈ یوں یوں ਕਰਦੇ ਆਂਗੇ ਯਾਨੀ ਜਾਨੋਂ ਮਾਰਨ ਦੀ ਧਮਕੀ ਉਹਨੇ ਹੁਣ ਸ਼ਿਕਾਇਤ ਲਖਾਈ ਹੈ ਜੇ ਅਜੇ ਤੱਕ ਵੀ ਜੇਲ੍ਹਾਂ ਦੇ ਵਿੱਚ ਬੰਦ ਲੋਕ ਜਿਹੜੇ ਨੇ ਜੇਲ੍ਹ ਦੇ ਅਧਿਕਾਰੀਆਂ ਨੂੰ ਇਦਾਂ ਧਮਕੀਆਂ ਦਿੰਦੇ ਰਹਿਣਗੇ ਤੰਦਰਲਾ ਮਾਹੌਲ ਕਿਦਾਂ ਦਾ ਸਾਨੂੰ ਸਮਝਣਾ ਚਾਹੀਦਾ ਦੂਸਰਾ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਤੇ ਮਾਤਾ ਜੀ ਨੇ ਇੱਕ ਬੇਨਤੀ ਕੀਤੀ ਹੈ ਕਿਉਂਕਿ ਦੋ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਅੰਦਰਲੀ ਮੰਡੀ ਜਿਹੜੀ ਹੈ ਸ਼ਹਿਰ ਦੀ ਮਾਨਸੇ ਦੀ ਆਪਾਂ ਉੱਥੋਂ ਸ਼ੁਰੂ ਕਰਨਾ ਮਾਰਚ ਤੇ ਜਿੱਥੇ ਕਤਲ ਹੋਇਆ ਸਿੱਧੂ ਮੂਸੇਵਾਲਾ ਦਾ ਉੱਥੇ ਤੱਕ ਜਾਣਾ 4 ਵਜੇ ਨਾਲ ਹੁਣ ਉਹਨਾਂ ਨੇ ਦੁਬਾਰਾ ਬੇਨਤੀ ਕੀਤੀ ਕਹਿੰਦੇ ਜੀ ਦੇਖੋ ਪ੍ਰਸ਼ਾਸਨ ਨੇ ਸਾਨੂੰ ਕਿਹਾ ਸੀ ਕਿ ਜਾਮ ਲੱਗ ਜਾਣਗੇ ਔਖਾ ਹੋ ਜਾਊਗਾ ਆ ਤੁਹਾਡੇ ਬੰਦੇ ਨੂੰ ਬਾਹਰ ਜਾਣਾ ਔਖਾ ਹੋ ਜਾਊਗਾ ਹੁਣ ਕਹਿੰਦੇ ਆਪਾਂ ਵੈਨਿਊ ਬਦਲ ਲਿਆ ਬਾਹਰਲੀ ਮੰਡੀ ਤੋਂ ਸ਼ੁਰੂ ਕਰਾਂਗੇ ਤੁਸੀਂ ਕੋਈ ਵੀ ਬੰਦਾ ਸ਼ਹਿਰ ਚ ਨਾ ਵੜਿਓ ਤਾਂ ਜੋ ਕਿਸੇ ਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ 4 ਵਜੇ ਨੂੰ ਕਹਿੰਦੇ ਜੀ ਅੱਪੜ ਜਾਇਓ ਦੇਖੋ ਇੱਕ ਕਤਲ ਦਾ ਇਨਸਾਫ ਤਾਂ ਮਿਲਣਾ ਚਾਹੀਦਾ ਬਹੁਤ ਜ਼ਰੂਰੀ ਹੈ ਦੂਸਰਾ ਉਹ ਕਹਿੰਦੇ ਜੀ ਜੇ ਤੁਸੀਂ ਸਾਰੇ ਇੱਥੇ ਨਾ ਵੀ ਆ ਸਕਦੇ ਜਿੱਥੇ ਜਿੱਥੇ ਤੁਸੀਂ ਬੈਠੇ ਉੱਥੇ ਕੈਂਡਲ ਮਾਰਚ ਕਰਿਓ ਆਪਾਂ ਬਹੁਤਾ ਕਿਸੇ ਨੂੰ ਤੰਗ ਪਰੇਸ਼ਾਨ ਵੀ ਨਹੀਂ ਕਰਨਾ ਚਾਹੁੰਦੇ ਪਰ ਉਹਨਾਂ ਨੇ ਇਹ ਕਿਹਾ ਉਹ ਕਹਿੰਦੇ ਕਾਨੂੰਨ ਚ ਰਹਿਣਾ ਹੈ ਸ਼ਾਂਤੀ ਨਾ ਰਹਿਣਾ ਕੋਈ ਵੀ ਇਦਾਂ ਦੀ ਗੱਲ ਨਹੀਂ ਕਰਨੀ ਜਿਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਹੋਵੇ ਮੈਨੂੰ ਲੱਗਦਾ ਚੰਗੀ ਗੱਲ ਹੈ ਚੰਗੀ ਗੱਲ ਹੈ ਪਰ ਦੇਖੋ ਗੱਲਾਂ ਤੇ ਉਦੋਂ ਪਤਾ ਲੱਗਦੀਆਂ ਨਾ ਜਦੋਂ ਕੋਈ ਬੰਦਾ ਉੱਥੇ ਜਾਂਦਾ ਹੂੰ ਹੂੰ ਜ਼ਿਲ੍ਹਿਆਂ ਵਾਲਾ ਬਾਗ ਵਾਵਾ ਚਰਚਾ ਚ ਉਦੋਂ ਆਇਆ ਸੀ ਜਦੋਂ ਕਹਿੰਦੇ ਸੀ ਯਾਰ ਵੀ ਅੰਦਰ ਪਤਾ ਨਹੀਂ ਕੁਝ ਕਰਦੇ ਨੇ ਕੁਝ ਕਰਦੇ ਨੇ ਬੰਦਿਆ ਲੋਕਾਂ ਨੂੰ ਜਾਣ ਨਹੀਂ ਦਿੰਦੇ ਫਿਰ ਕੁਝ ਸਮੇਂ ਬਾਅਦ ਜਦੋਂ ਜ਼ਿਲ੍ਹਿਆਂ ਵਾਲਾ ਬਾਗ ਦੁਬਾਰਾ ਖੁੱਲਿਆ ਫਿਰ ਲੋਕਾਂ ਦੇ ਇਤਰਾਜ਼ ਆ ਗਏ ਉਹ ਕਹਿੰਦੇ ਜੀ ਆਹ ਦੇਖੋ ਜੀ ਉਹ ਤਾਂ ਪੁਰਾਣਾ ਵਿਰਾਸਤੀ ਰੂਪ ਹੀ ਨਹੀਂ ਰਹਿਣ ਦਿੱਤਾ ਜੀ ਆਹ ਬਦਲ ਦਿੱਤਾ ਜੀ ਇਹ ਫਿਰ ਲੋਕਾਂ ਨੇ ਇਤਰਾਜ਼ ਕੀਤਾ ਵੀ ਉੱਥੇ ਬਾਹਰ ਮਸ਼ੀਨਾਂ ਜੀਆਂ ਲੱਗੀਆਂ ਲੱਗਦੀਆਂ ਨੇ ਅੱਜ ਨਹੀਂ ਕੱਲ ਪਤਾ ਨਹੀਂ ਟਿਕਟ ਲਾਉਣਗੇ ਉਹ ਕਹਿੰਦੇ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਹੁਣ ਵਿਕਰਮ ਸਿੰਘ ਸਾਨੀਵਰੀ ਮੈਂਬਰ ਨੇ ਪਾਰਲੀਮੈਂਟ ਤੋਂ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਉਹ ਜਿਹੜਾ ਇਤਰਾਜ਼ ਕੀਤਾ ਉਹ ਕਹਿੰਦੇ ਜੀ ਪੰਜਾਬੀ ਬੋਲੀ ਪੰਜਾਬੀ ਭਾਸ਼ਾ ਮਹਾਰਾਜ ਕਿੱਥੇ ਆ ਨਹੀਂ ਬੜੀ ਉਹ ਗਏ ਵੀਡੀਓ ਵੀ ਨਾਲ ਹੀ ਆ ਉਹ ਕਹਿੰਦੇ ਜੀ ਪੰਜਾਬੀ ਦੇ ਵਿੱਚ ਸਾਰੀਆਂ ਚੀਜ਼ਾਂ ਲਿਖੋ ਤੁਸੀਂ ਫੀਲ ਹੀ ਫਿਰ ਹੁੰਦਾ ਸਾਰੇ ਉਹਨਾਂ ਨੇ ਪੰਜ ਸੱਤ ਜਿਹੜੇ ਮੇਨ ਸ਼ਹੀਦ ਸੀ ਉਹਨਾਂ ਦੇ ਨਾਂ ਲੈ ਕਹਿੰਦੇ ਸਾਰੇ ਹੀ ਤਾਂ ਪੰਜਾਬੀ ਸੀ ਤੁਸੀਂ ਪੰਜਾਬੀ 'ਚ ਨਹੀਂ ਲਿਖਿਆ ਫੇਰ ਉਹ ਕਹਿੰਦੇ ਜੀ ਉਹਨਾਂ ਅੰਦਰ ਵੜਨਾ ਫੀਲ ਹੀ ਨਹੀਂ ਹੁੰਦਾ ਫੇਰ ਉਹ ਜਿਹੜੀ ਜੋਤੀ ਸੀ ਉੱਥੇ ਉਹ ਕਹਿੰਦੇ ਜੀ ਉਹ ਪਤਾ ਨਹੀਂ ਕਿੱਥੇ ਪਿੱਛੇ ਜਾ ਕਰਕੇ ਲਾਤੀ ਉਹ ਤਾਂ ਸੈਂਟਰ 'ਚ ਹਣੀ ਚਾਹੀਦੀ ਆ ਸਾਰੇ ਜਾਣੇ ਜਾ ਕੇ ਉੱਥੇ ਮੱਥਾ ਟੇਕਣ ਪਈਲਾ ਹੋਰ ਵੀ ਉਹਨਾਂ ਨੇ ਕਈ ਕੁਝ ਕਿਹਾ ਦੇਖੋ ਮੈਂਬਰ ਪਾਰਲੀਮੈਂਟ ਨੇ ਸਾਨੀ ਸਾਹਿਬ ਪੈਸੇ ਵਾਲੇ ਵੀ ਨੇ ਮੈਨੂੰ ਲੱਗਦਾ ਜੀ ਦੁਬਾਰਾ ਵੀ ਕੁਝ ਕਰਾਉਣਾ ਪੈਣਾ ਪੱਲਿਓ ਵਿਚਾਰ ਛੱਲਣ ਲਾ ਦੇਣਗੇ ਉਹ ਕਹਿੰਦੇ ਤਨਖਾਹ ਵੀ ਮੈਂ ਪੰਜਾਬ ਦੇ ਨਿਆਂਲੇ ਨੂੰ ਪੜਾਉਣ ਨੂੰ ਵਰਤੂੰਗਾ ਹੂੰ ਤੇ ਇਤਰਾਜ਼ ਉਹਨਾਂ ਨੇ ਠੀਕ ਚੁੱਕਿਆ ਹਾਂ ਕਦਮ ਇਹਦੇ ਉੱਤੇ ਸਰਕਾਰਾਂ ਨੂੰ ਜਿਹੜੇ ਉਹ ਚੁੱਕਣੇ ਚਾਹੀਦੇ ਆ ਇਹ ਬਹੁਤ ਜ਼ਰੂਰੀ ਹੈ ਬਾਕੀ ਸੰਧਾਲੀਆ ਸਭ ਤੁਸੀਂ ਜੇਸ ਤਰੀਕੇ ਦੇ ਨਾਲ ਸਿੱਧਾ ਅੰਮ੍ਰਿਤਸਰ ਲੈ ਗਏ ਕੰਮ ਮੈਂ ਕਹਿੰਦਾ ਕਿ ਬਾਟ 2 ਘੰਟੇ ਦੀ ਕੱਢੋ ਕਿਹੜੇ ਤਰੀਕੇ ਓਕੇ ਓਕੇ ਹੋ ਗਏ ਭਾਵੇਂ ਸੀਟ ਤੁਹਾਨੂੰ ਬੱਸ 'ਚ ਨਹੀਂ ਮਿਲੀ ਹੂੰ ਹੂੰ ਲੁਧਿਆਣੇ ਚਲੋ ਅਸੀਂ ਜਿੱਥੇ ਮੋਰਚਾ ਲਗਾ ਮੈਂ ਕਿਹਾ ਸੰਧਾਲੀਆ ਸਾਹਿਬ ਮੈਨ ਪੂਰਤਰਾ ਹੋ ਗਈ। ਨਹੀਂ ਨਹੀਂ ਹੋਰ। ਯਾਰ ਇੰਨੇ ਸੀਰੀਅਸ ਬੰਦੇ ਜਾਨੀ ਕਿ ਪੰਜਾਬ ਦੇ ਲਈ ਜਿੱਡਾ ਮੋਰਚਾ ਲਾਤਾ ਜਾਨੀ ਐਡਾ ਮੋਰਚਾ ਹੀ ਕਦੀ ਪੰਜਾਬ ਜਾਨੀ ਇਹ ਵੀ ਲਿਖਿਆ ਜਾਊਗਾ ਪੰਜਾਬ ਚ ਮੋਰਚਿਆਂ ਦਾ ਇਤਿਹਾਸ ਤੇ ਉੱਥੇ ਲਿਖਿਆ ਜਾਊਗਾ ਕਿ ਕਾਂਗਰਸ ਪਾਰਟੀ ਵਾਲਿਆਂ ਨੇ ਇੱਕ ਵੈਸੀ ਪੱਕਾ ਧਰਨਾ ਉੱਥੇ ਮੋਰਚਾ ਲਾਤਾ ਕਿ ਅਸੀਂ ਜਿੰਨੀ ਦੇਰ ਸਾਡਾ ਰਾਜਾ ਵਡਿੰਗ ਸਾਹਿਬ ਨੇ ਕਿਹਾ ਬੱਬਰ ਸ਼ੇਰ ਸਾਡਾ ਭਾਰਤ ਭੂਸ਼ਣ ਆਸ਼ੂ ਉਹ ਨਹੀਂ ਡਰਦਾ ਕਹਿੰਦੇ ਸਾਨੂੰ ਮਿਲਣ ਤਾਂ ਦਿੱਤਾ ਨਹੀਂ ਅਸੀਂ ਸਥਿਤੀ ਤਾਂ ਨਹੀਂ ਦੱਸ ਸਕਦੇ ਕੀ ਐ ਪਰ ਫਿਰ ਵੀ ਬੰਦਾ ਸਾਡਾ ਬੱਬਰ ਸ਼ੇਰ ਐ ਡਰਨ ਵਾਲਾ ਘਬਰਾਉਣ ਵਾਲਾ ਕੋਈ ਨਹੀਂ ਜਾ ਵਿਜੀਲੈਂਸ ਦਫ਼ਤਰ ਦੇ ਬਾਹਰ ਕੁਰਸੀਆਂ ਲਡਾਈਆਂ 50 60 ਬੰਦੇ ਹੁੰਦੇ ਆ ਉਥੇ ਲੀਡਰ ਜਾਂਦੇ ਐ ਐਮਪੀ ਵੀ ਜਾ ਰਹੇ ਐ ਐਮਐਲਏ ਵੀ ਜਾ ਰਹੇ ਸਾਬਕਾ ਐਮਪੀ ਸਾਬਕਾ ਐਮਐਲਏ ਵੀ ਜਾ ਰਹੇ ਆ ਪਰ ਮੈਂ ਸੁਣਿਆ ਸੀ ਪੰਜਾਬ ਚ ਮੁੱਦੇ ਹੀ ਮੁੱਕ ਗਏ ਵੀ ਅੰਦਰ ਉਹਨਾਂ ਨੂੰ ਜਿਹੜਾ ਹੁਣ ਇੱਕ ਕਹਿੰਦੇ ਜੀ ਇਕੱਠੇ ਹੋ ਕੇ ਲੜਾਂਗੇ ਜੇ ਸਾਡੇ ਕਿਸੇ ਵਰਕਰ ਨਾਲ ਤਕਾਉ ਆ ਤੇ ਇਹ ਲੋਕਾਂ ਹੋਇਆ ਨੇ ਨਹੀਂ ਵਰਕਰ ਨਾਲ ਧੱਕਾ ਹੋਏ ਦੀ ਗੱਲ ਕਰਦੇ ਨੇ ਅੱਛਾ ਇਹ ਵਰਕਰ ਨਾਲ ਧੱਕਾ ਦੇ ਵਰਕਰ ਦਾ ਸਕਦੇ ਵੀ ਹੋਇਆ ਕਿ ਨਹੀਂ ਹੋਇਆ ਜਾਂ ਹੁੰਦਾ ਪਿਆ ਕਿ ਨਹੀਂ ਹੁੰਦਾ ਪਿਆ ਉਹ ਤੇ ਕਲੀਅਰ ਇਹ ਲੋਕਾਂ ਨੂੰ ਅੱਜ ਵੀ ਪਤਾ ਹੋਣਾ ਹਾਂ ਦੇਖੋ ਇਹ ਇਹ ਵੱਖਰੀ ਗੱਲ ਹੈ ਵਾਕਿਆ ਵੀ ਵੱਡਾ ਮਸਲਾ ਜਿਹਦਾ ਕਰਕੇ ਉਹ ਕਹਿੰਦੇ ਵੀ ਹੁਣੇ ਪੱਕਾ ਧਰਨਾ ਹੀ ਲਾ ਦਤਾ ਉੱਤੇ ਹੁਣ ਦੇਖੋ ਗੱਲ ਇਹ ਆ WhatsApp ਵੀ ਹੈ ਤੇ ਇস্তਿਹਾਸਤ ਹੁਣ ਉਹਨਾਂ ਨੂੰ ਵੀ ਪਤਾ ਵੀ ਯਾਰ 2027 ਬੜੀ ਦੂਰ ਹੈ ਵੀਰ ਅਜੇ ਤੇ 22 ਤੁਰੈ ਫਿਰਦਾ ਵਿੱਚ 23 ਆਉਣੀ 24 ਆਉਣੀ 25 ਆਉਣੀ 26 ਫੇਜ ਆ ਕੇ ਕਿਤੇ 27 ਆਉਣੀ ਉਹਨਾਂ ਦਾ ਕਰਾਂਗੇ ਕੀ ਹੋਰ ਦੱਸ ਤੁਸੀਂ ਦੱਸਦੇ ਹੋ ਫੇਰ ਨਹੀਂ ਨਹੀਂ ਮੈਂ ਦੱਸਦਾ ਅਗਲੇ ਟੈਲੀਵਿਜ਼ਨ ਦੇ ਰੋਜ਼ ਆਉਣੇ ਫੇਰ ਤੁਸੀਂ ਦੱਸੋ ਫੇਰ ਕੀ ਕਰੀਏ ਕੀ ਕਰੀਏ ਮਹਾਰਾ ਲੋਕਾਂ ਦੇ ਕੰਮ ਕਰੋ ਜਾ ਕੇ ਕਾਲਜ ਕਿਸੇ ਜਾਓ ਜੀ ਇੱਥੇ ਆਹ ਨਹੀਂ ਸਕੂਲ ਨੂੰ ਸਾਨੂੰ ਵੋਟਾਂ ਨਹੀਂ ਪਾਈਆਂ ਅਸੀਂ ਕਿਉਂ ਕਰੀਏ ਲੋਕਾਂ ਨੂੰ ਵਡੇਰ ਸਿੰਘ ਸਾਹਿਬ ਨੂੰ ਪਾਈਆਂ ਸਕਿੰਦਰ ਸਿੰਘ ਰੰਧਾਵਾ ਸਾਹਿਬ ਨੂੰ ਪਾਈਆਂ ਪ੍ਰਤਾਪ ਸਿੰਘ ਬਾਈਬਾ ਸਾਹਿਬ ਨੂੰ ਪਾਈਆਂ ਰਾਣਾ ਗੁਰਜੀਤ ਸਿੰਘ ਨੂੰ ਪਾਈਆਂ ਉਹਨਾਂ ਦੇ ਬੇਟੇ ਨੂੰ ਪਾਈਆਂ ਜੇ ਕੋਈ ਹੋਰ ਘੜਾ ਦੇਣਾ ਨਹੀਂ ਇਹਦੇ 17 18 ਨੂੰ ਪਾਈਆਂ ਜਿਹੜੇ 9ਵੇਂ ਨੂੰ ਪਾਈਆਂ ਉਹਨਾਂ ਲਈ ਸਾਹਤ ਉਹ ਮਹਾਰਾ ਇਹ ਜਿਹੜੇ ਅੱਜ ਸਰਕਾਰ ਚਾ ਉਹਨਾਂ ਦੇ ਵੀ 17 18 ਜ ਫਿਕਰ ਮਾ ਹੁਣ ਜਦੋਂ ਗਾਂ ਜਦਨਗੇ ਫੇਰ ਕਰਦਾਂਗੇ ਚਲੋ ਮੈਂ ਹੁਣ ਇੱਕ ਬੇਨਤੀ ਕਰਨੀ ਆ ਮੈਂ ਬਹਾਨਾ ਨਹੀਂ ਸੀ ਮੈਂ ਜਿੱਡਾ ਮੈਂ ਤੁਹਾਡਾ ਬਹਾਨਾ ਥੋੜੇ ਤੋਂ ਹੀ ਪਾਰਾ ਸੀ ਹਾਂ ਹੁਣ ਤੁਸੀਂ ਦੇਖੋ ਕਿ ਆਸ਼ੂ ਸਾਹਿਬ ਦਾ ਇੱਕ ਪੀਏ ਮੀਨੂ ਮਲਹੋਤਰਾ ਉਹ ਆਸ਼ੂ ਸਾਹਿਬ ਤੋਂ ਵੀ ਪਹਿਲਾਂ ਦੀ ਉਹਨੂੰ ਲੱਭਦੀ ਵਿਜੀਲੈਂਸ ਲੱਭਦਾ ਨਹੀਂ ਹੁਣ ਕਹਿੰਦੇ ਜੀ 6 7 8 ਪ੍ਰਾਪਰਟੀਆਂ ਦਾ ਪਤਾ ਲੱਗਿਆ ਲੁਧਿਆਣੇ ਚ ਕਰੋੜਾਂ ਦੀਆਂ ਯਾਨੀ ਆਸ਼ੂ ਸਾਹਿਬ ਦਾ ਪੀਏ ਹਾਂ ਲੀਡਰ ਕਾਂਗਰਸ ਦੇ ਕਹਿੰਦੇ ਉਹ ਪੀਏ ਬੁਏ ਹੈ ਨਹੀਂ ਯਾਰ ਤੁਸੀਂ ਐਵੇਂ ਪੀਏ ਕਹੀ ਜਾਂਦੇ ਹੋ ਚਲੋ ਮਨ ਲੈਨੇ ਹੈ ਕਿ ਨਹੀਂ ਹੈ ਵਾਲੇ ਪੀਏ ਕਹਿੰਦੇ ਜੀ 6 7 8 ਪ੍ਰਾਪਰਟੀਆਂ ਸਾਰੀਆਂ ਹੀ ਕਰੋੜਾਂ ਰੁਪਏ ਦੀਆਂ ਇੱਕ ਤਾਂ ਕਹਿੰਦੇ ਜੀ ਕੰਪਲੈਕਸ ਹੀ ਆ ਬੂਰਾ ਤੇ ਉਹਨਾਂ ਦਾ ਹੁਣ ਪਤਾ ਲਾ ਲਿਆ ਪੌਂਸ਼ ਏਰੀਆਜ਼ ਦੇ ਵਿੱਚ ਨੇ ਸਾਰੀਆਂ ਤੇ ਹੁਣ ਉਹਨਾਂ ਦੇ ਕਾਗਜ਼ ਪੱਤਰ ਇਕੱਠੇ ਕਰਕੇ ਤੇ ਉਹਨੂੰ ਲੱਭੀ ਜਾਂਦੇ ਕਹਿੰਦੇ ਅਜੇ ਲੱਭਾ ਨਹੀਂ ਹਾਂ ਇਹਨਾਂ ਜ਼ਰੂਰ ਕਹਿੰਦੇ ਆ ਬਈ ਕਮਾਲ ਦੀ ਗੱਲ ਹੈ ਤੁਸੀਂ ਵੀ ਜਿਹੜੇ ਬੰਦੇ ਦੇ ਸਿਰ ਤੇ ਹੱਥ ਰੱਖਦੇ ਨੇ ਉਹਨੂੰ ਸੰਧਾਲੀਆ ਸਾਹਿਬ ਲੀਡਰ ਲੋਕ ਉਹ ਤਾਂ ਜੜ ਜਾਂਦਾ ਕਹਿੰਦੇ ਜੀ ਛਪਾਂ ਥੋੜੇ ਸਾਲ ਪਹਿਲਾਂ ਤੱਕ ਇੱਕ ਦੁਕਾਨ ਹੁੰਦੀ ਉਧਰਲੇ ਪਾਸੇ ਘਰ ਹੁੰਦਾ ਏ ਹੁਣ ਕੋਠੀ ਵੀ ਬਣਦੀ ਆ ਤੇ ਬਹੁਤ ਆ ਕੁਝ ਬਣਿਆ ਕਹਿੰਦੇ ਮੰਤਰੀ ਸਾਹਿਬ ਦੇ ਨਾਲ ਜੁੜਨ ਤੋਂ ਬਾਅਦ ਆ ਅਸੀਂ ਨਹੀਂ ਗਏ ਨੇ ਮੰਤਰੀ ਸਾਹਿਬ ਦਾ ਕੋਈ ਕਸੂਰ ਹੈ ਇੱਕ ਮਿੰਟ ਮੈਂ ਇਤਰਾਜ ਕਰਾਂਗਾ ਇੱਥੇ ਜਿੱਦਣ ਫਿਰ ਵਰਕਰ ਨਾਹਰਾ ਲਾਉਂਦੇ ਨੇ ਵੀ ਪੈਰਾ ਦੇਾਂਗੇ ਠੋਕੇ ਉਹ ਵੀ ਸਹੀ ਲਾਉਂਦੇ ਨੇ ਸਹੀ ਨਾ ਕਿਉਂ ਕੋਣ ਪਤਾ ਭਾਈ ਸਾਹਿਬ ਵੀ ਕਾਨੂੰਨ ਨੇੜੇ ਕਿ ਫੋਨ ਇਹ ਨਵੀਂ ਚਰਚਾ ਕੁਸੋਂ ਨੇੜੇ ਕਿ ਰੱਬ ਵਾਲੀ ਗੱਲ ਪੁਰਾਣੀ ਹੋ ਗਈ ਆ ਇਹ ਗੱਲ ਇਸ ਕਰਕੇ ਉਹ ਕਾਨੂੰਨ ਦੂਰ ਰਹਿ ਗਿਆ ਫੋਨ ਜਿੰਨੇ ਕਰਨਾ ਨਾ ਉਹ ਨੇੜੇ ਚਾਹੀਦਾ ਜਦੋਂ ਮੀਨਮਲ ਉਤਰਾ ਦੀ ਚਰਚਾ ਚੱਲਦੀ ਸੀ ਨਾ ਉਹਦੇ ਉਹਦੇ ਮਨ ਕੀ ਚਿੜੀ ਉੱਡਦੀ ਦੂਰ ਦੂਰ ਰੇ ਉਹ ਪਰਲੇ ਪਾਸੇ ਝਾਰਖੰਡ ਚ ਮੇਰਾ ਚਲਾ ਗਿਆ ਹਿਮੰਤ ਸਰੇਨ ਸਾਹਿਬ ਉੱਥੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਕਹਿੰਦੇ ਜੀ ਇੱਕ ਬੰਦਾ ਕੁਝ ਸਾਲ ਪਹਿਲਾਂ ਜੁੜਿਆ ਨਾਮ ਪ੍ਰੇਮ ਪ੍ਰਕਾਸ਼ ਜਣੀ ਪ੍ਰੇਮ ਦਾ ਪ੍ਰਕਾਸ਼ ਹੁੰਦਾ ਸਾਰੇ ਪਾਸੇ ਲਵ ਲਾਈਟ ਹਾਂ ਆ ਜੇ ਤੁਹਾਨੂੰ ਨਵਾਦਕ ਦੀ ਨੌਕਰੀ ਦਵਾ ਦਈਏ ਨਹੀਂ ਨਹੀਂ ਮੈਂ ਮੇਰਾ ਪਾ ਕਿਹਾ ਵੀ ਮਤਲਬ ਪਤਾ ਲੱਗੇ ਕਿ ਉਹਨਾਂ ਦਾ ਨਾ ਪ੍ਰੇਮ ਪ੍ਰਕਾਸ਼ ਕਹਿੰਦਾ ਕਿਦਾਂ ਦਾ ਨਾਮ ਨਵੇਂ ਨਵੇਂ ਨਿਆਣਿਆਂ ਨੂੰ ਕਿਹੜੇ ਨਹੀਂ ਪਤਾ ਲੱਗਦਾ ਉਹਨੂੰ ਪਤਾ ਲੱਗਦਾ ਓਕੇ ਅੰਕਲ ਦਾ ਨਾਮ ਹੈ ਲਵ ਲਾਈਟ ਲਵ ਲਾਈਟ ਅੱਛਾ ਹੁਣ ਉਹਦੇ ਘਰੇ ਛਾਪਾ ਵੱ ਜੇ ਉਹ ਛਾਪਾ ਮਾਰਿਆ ਈਡੀ ਵਾਲਿਆਂ ਨੇ ਸਾਨੂੰ ਨਹੀਂ ਪਤਾ ਪੈਸੇ ਲੱਭੇ ਕਿ ਨਹੀਂ ਲੱਭੇ ਕਹਿੰਦੇ ਉਹਦੇ ਦੀ ਅਰਮਾਰੀ ਚੋਂ 2 ਏਕੇ 47 ਲੱਭੀਆਂ ਹੋਛੇ ਉਹ ਕਾਲੀ ਰੱਖਿਆ ਉਹ ਬਾਅਦ ਚ ਪਤਾ ਲੱਗਾ ਕਹਿੰਦੇ ਜੀ ਸਰਕਾਰੀ ਨੇ ਪੁਲਿਸ ਵਾਲਿਆਂ ਦੀਆਂ ਪੁਲਿਸ ਵਾਲੇ ਸਸਪੈਂਡ ਕਰਤੇ ਹੋਛੇ ਹੁਣ ਜਿਹੜੀ ਕੰਮ ਦੀ ਗੱਲ ਹੈ ਇਹ ਚੋ 6-7 ਸਾਲ ਪਹਿਲਾਂ ਕਹਿੰਦੇ ਜੀ ਜਿਹੜੀ ਸਕੂਲਾਂ ਦੇ ਵਿੱਚ ਦੁਪਹਿਰ ਦਾ ਭੋਜਨ ਨਹੀਂ ਖਰਾਉਂਦੇ ਉਹਦੇ ਵਿੱਚ ਉੱਥੇ ਅੰਡੇ ਵੀ ਸਪਲਾਈ ਕੀਤੇ ਜਾਂਦੇ ਸੀ ਤੇ ਉਹ ਮਿੱਡੇ ਮੀਲ ਵਾਲਿਆਂ ਨੂੰ ਅੰਡੇ ਸਪਲਾਈ ਕਰਦਾ ਸੀ ਬੰਦਾ ਜਿਹੜੇ ਈਡੀ ਵੱਡੀ ਛੈ ਸੀ ਉਹ ਹਮਮ ਜਾਨੀ ਆਮ ਬੰਦਾ ਸੀ ਤੇ ਇਧਰ ਕਹਿੰਦੇ ਜੀ ਮਾਈਨਿੰਗ ਵਾਲਿਆਂ ਦੇ ਨਾਲ ਰਲ ਗਿਆ ਮਾਈਨਿੰਗ ਮਾਫੀਆ ਦੇ ਸਰਕਾਰ ਦੇ ਬਹੁਤ ਨੇੜੇ ਹੋ ਗਿਆ ਫੇਰ ਤਾਂ ਕਹਿੰਦੇ ਜੀ ਆਈਪੀਐਸ ਅਧਿਕਾਰੀ ਆਈਐਸ ਅਧਿਕਾਰੀਆਂ ਦੀਆਂ ਬਦਲੀਆਂ ਵੀ ਉਹਦੀ ਸਿਫਾਰਿਸ਼ ਤੇ ਹੁੰਦੀਆਂ ਸੀ ਤੇ ਕੌਣ ਕਿੱਥੋਂ ਪੈਸੇ ਲਊ ਕਿਹਨੂੰ ਦਊ ਕਿੱਥੋਂ ਕਿੰਨੇ ਹੁਣੇ ਆ ਤੂੰ ਕੌਣ ਤੇ ਮੈਂ ਕੌਣ ਕਹਿੰਦੇ ਜੀ ਸਰਕਾਰ ਦੀ ਸੱਤਾ ਦਾ ਕੇਂਦਰ ਹੀ ਉਹ ਬਣ ਗਿਆ ਸੀ ਤੁਸੀਂ ਇਹ ਦੇਖੋ ਮੇਢੇ ਮੀਲ ਦੇ ਵਿੱਚ 6-7 ਸਾਲ ਪਹਿਲਾਂ ਬੰਦਾ ਆਂਡੇ ਸਪਲਾਈ ਕਰਦਾ ਹੋਵੇ ਤੇ ਹੁਣ ਕਿਹਨੂੰ ਕਿੰਨੇ ਆਂਡੇ ਯਾਨੀ ਕਿ ਨੋਟ ਕਿੰਨੇ ਦੇਣੇ ਆ ਉਹਨਾਂ ਦਾ ਸਾਰਾ ਹਿਸਾਬ ਕਿਤਾਬ ਉਹ ਕਰਦਾ ਹੋਵੇ ਜਿਹਦੇ ਸਿਰ ਤੇ ਤੁਸੀਂ ਹੱਥ ਰੱਖਦੇ ਹੋ ਜਾਂ ਦੋਦ ਕੋ ਪਹਿ ਬਹੁਤਾ ਯਾ ਬੰਦਾ ਹੈ ਨਹੀਂ ਇਸ ਕਰਕੇ ਨਾਰਾ ਯਾਦ ਰੱਖਣਾ ਕਿਹੜਾ ਸੋਚਤੇ ਪੈਰਾ ਦੇਾਂਗੇ ਹਾਂ ਠੀਕ ਅੱਛਾ ਗੱਲ ਹੈ ਆਪਾਂ ਤੁਸੀਂ ਮੈਂ ਸਿਰ ਤੇ ਹੱਥ ਰੱਖਣ ਦੀ ਗੱਲ ਕਰਦੇ ਮੈਨੂੰ ਲੱਗਦਾ ਜਿਵੇਂ ਕਿ ਜਾਂਦੇ ਜਾਂਦੇ ਗੱਲ ਕਰ ਲਈ ਇੱਕ ਵਾ ਵਾ ਵੀਡੀਓ ਵਾਇਰਲ ਹੈ ਪੰਜਾਬੀ ਗਾਇਕ ਇਹ ਅੰਦਰਜੀਤ ਨਿੱਕੂ ਹਰਾਂ ਦੀ ਉਹ ਕਿਸੇ ਬਾਬੇ ਦੇ ਕੋਲ ਜਾਂਦੇ ਨੇ ਉਹ ਆਪਣੀ ਦੁੱਖ ਤਕਲੀਫ ਦੱਸਦੇ ਆ ਉੱਥੇ ਭਾਵਕ ਵੀ ਹੁੰਦੇ ਆ ਉਹ ਬੜੀ ਵਾਇਰਲ ਹੋਈ ਵੀਡੀਓ ਲੋਕਾਂ ਨੇ ਕਈਆਂ ਨੇ ਉਹਦਾ ਮਜ਼ਾਕ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਜੀ ਆ ਕੀ ਆ ਉਹ ਕੀ ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਉਸ ਬੰਦੇ ਦੀ ਮਨੋਦਸ਼ਾ ਦੇਖੋ ਨਾ ਕਿ ਵੀ ਜਿੱਦਾਂ ਉਹ ਗੱਲ ਕਰਦੇ ਆ ਵੀ ਆਰਪੀ ਕੰਮ ਕਾਰੋਬਾਰ ਚੱਲ ਨਹੀਂ ਰਿਹਾ ਕਰਜ਼ਾ ਸਿਰ ਤੇ ਆ ਹੈਨਾ ਉਹ ਘਰ ਤੇ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਆ ਨਿਆਣੇ ਤੇ ਹਰੇਕ ਨੇ ਪਾਲਣੇ ਆ ਉਹ ਤੇ ਬੰਦਾ ਚਲੋ ਆਪਣਾ ਦੁੱਖ ਤਕਲੀਫ ਦਾ ਕਰ ਪਿਆਰ ਕਿਤੇ ਮੈਨੂੰ ਖੈਰ ਪੈ ਜੀ ਇਸ ਕਰਕੇ ਗਿਆ ਪਰ ਚਲੋ ਵੀਡੀਓ ਸਾਹਮਣੇ ਆ ਗਈ ਤੇ ਹੁਣ ਉਹਦਾ ਇਦਾਂ ਮਜ਼ਾਕ ਬਣਾਉਣਾ ਚੰਗੀ ਗੱਲ ਹੈ ਜਾਂ ਫਿਰ ਉਹਦੀ ਬਾਹ ਫੜਨ ਦੀ ਲੋੜ ਐ ਇਸ ਵੇਲੇ ਦੋਨੋਂ ਤਿੰਨੋ ਚੀਜ਼ਾਂ ਨੇ ਸੰਧਵਾਲੀਆ ਸਾਹਿਬ ਪਹਿਲੀ ਗੱਲ ਐ ਕਿ ਇੰਦਰਜੀਤ ਨਿੱਕੂ ਮਿਰਖ ਨਸੀਬੋ ਚੇਤੇ ਕਰਦੀ ਵਾਲਾ ਉਹ ਕੈਸਟ ਬੜੀ ਉਦੋਂ ਉਹ ਉਹ ਬੰਦਾ ਇੱਕ ਤੇ ਉਹ ਕੈਸਟ ਤੋਂ ਤੇ ਦੂਸਰਾ ਆਪਣੀ ਪੱਗ ਭੰਗ ਜੁਰਾ ਸੀ ਹੁਣ ਦੇਖੋ ਜਿਹੜੀ ਦਸਤਾਰ ਇੰਦਰਜੀਤ ਨਿੱਕੂ ਉਦੋਂ ਸਜਾਉਂਦਾ ਸੀ ਬਹੁਤ ਸਾਰੇ ਚੰਗੇ ਚੰਗੇ ਕਲਾਕਾਰਾਂ ਦੇ ਬਾਰੇ ਉਹਨਾਂ ਨੇ ਵੀ ਕਿਹਾ ਸੀ ਕਿ ਹੋਰ ਲੋਕਾਂ ਨੇ ਕਿਪਾਈ ਇਹਨਾਂ ਤੋਂ ਦੇਖ ਕੇ ਦਸਤਾਰ ਸਿੱਖੀ ਜਾਂ ਇਹਨਾਂ ਨੇ ਉਹਨਾਂ ਦੀ ਸਹਾਇਤਾ ਕੀਤੀ ਅੱਜ ਕਿਤੇ ਪਹੁੰਚ ਗਿਆ ਮੁੜਕੇ ਬੰਦੇ ਦੀ ਬਾਹ ਨਹੀਂ ਫੜੀ ਪਹਿਲੀ ਗੱਲ ਇੰਨੀ ਵੱਡੀ ਇੰਡਸਟਰੀ ਐ ਐਡੀ ਦੂਰ ਤੱਕ ਚਲੇਗੀ ਯਾਰ ਐਡੇ ਵੱਡੇ ਕਲਾਕਾਰ ਰੋਲ ਕੇ ਰੱਖ ਦਿੱਤੇ ਤੁਸੀਂ ਬਾਹ ਫੜਿਆ ਕਰੂ ਇੱਕ ਦੂਜੇ ਦੀ ਅੱਜ ਸਾਰੇ ਜਣੇ ਪੋਸਟਾਂ ਪਾਉਨੇ ਆ ਚਲੋ ਕੋਈ ਗੱਲ ਨਹੀਂ ਦੂਸਰੀ ਗੱਲ ਸੰਧਾਲੀਆ ਸਭ ਜਿਹੜੇ ਬੰਦੇ ਦੀ ਕਿਸੇ ਨੇ ਸਹਾਇਤਾ ਕੀਤੀ ਹੋਵੇ ਨਾ ਦੂਜਾ ਬੰਦਾ ਭੁੱਲਦਾ ਕਿਉਂ ਆ ਯਾਰ ਥੱਲੇ ਡਿੱਗਦਾ ਅਹਿਸਾਸ ਹੀ ਨਾ ਹੋਣਦੇ ਹੋ ਐ ਚੱਕੋ ਆਪਣੇ ਤੋਂ 2 ਇੰਚੁੱਚਾ ਕਰਕੇ ਰੱਖੋ ਚਾਹੇ ਉਹ ਕਲਾਕਾਰ ਐ ਚਾਹੇ ਉਹ ਕਿਸਾਨ ਐ ਚਾਹੇ ਉਹ ਭਰਾ ਕੋਈ ਕੋਈ ਵੀ ਬੰਦਾ ਰਾਹ ਗਲੀ ਡਿਗਿਆ ਉਹਨੂੰ ਵੀ ਚੱਕ ਕੇ ਉੱਪਰ ਕਰੋ ਦੂਸਰੀ ਗੱਲ ਇੱਕ ਹੈਗੀ ਆ ਜਣੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਇੰਦਰਜੀਤ ਨਿੱਕੂਰੀ ਦਸਤਾਰ ਸੇ ਆਉਂਦੇ ਸੀ ਉਹਨਾਂ ਦੀ ਦਸਤਾਰ ਦੀ ਚਰਚਾ ਚੱਲੀ ਐਵੇਂ ਸੰਧਾਲੀਆ ਸਾਬ ਕਿਹਦੇ ਪੈਰਾਂ 'ਚ ਬਹਿਣ ਦੀ ਵੀ ਲੋੜ ਨਹੀਂ ਹੁੰਦੀ ਜਦੋਂ ਬੰਦਾ ਦਸਤਾਰ ਸੇ ਆ ਲੈਂਦਾ ਨਾ ਗੱਲ ਕੁਝ ਹੋਰ ਹੋ ਜਾਂਦੀ ਐ ਠੀਕ ਐ ਉਹਨਾਂ ਦੇ ਪਰਿਵਾਰ ਦੀ ਸਮੱਸਿਆ ਪੈਸੇ ਦੀ ਸਮੱਸਿਆ ਕਾਰੇ ਦੀ ਸਮੱਸਿਆ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀ ਦੀ ਸਮੱਸਿਆ ਹੋਊਗੀ ਪਰ ਦਸਤਾਰ ਦਾ ਤੇ ਕਿਤੇ ਜਾ ਕੇ ਬਹਿਣ ਦਾ ਮੇਲ ਨਹੀਂ ਹੈ ਕੋਈ ਮੈਂ ਕਹਿੰਦਾ ਨਹੀਂ ਚੰਗਾ ਲੱਗਦਾ ਮੈਂ ਕਹਿੰਦਾ ਮਦਦ ਕਰੋ ਸਾਰੇ ਭਰਾ ਥੋੜੇ ਕਰਕੇ ਅਗਲਾ ਬੰਦਾ ਕਿਤੇ ਬਹਿ ਗਿਆ ਜਾ ਕੇ ਪਰ ਜਦੋਂ ਗੱਲ ਦਸਤਾਰ ਦੀ ਆ ਗਈ ਉਹ ਨਵਰੇ ਇਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਕਿਉਂਕਿ ਦਸਤਾਰ ਜਿਹੜੀ ਚੀਜ਼ ਕਰਕੇ ਬੰਦਦੇ ਆ ਜਿਸ ਜਿਹੜੇ ਸਿਧਾਂਤ ਕਰਕੇ ਬੰਦਦੇ ਆ ਉਹ ਇਹ ਨਹੀਂ ਸਿਖਾਉਂਦੀ ਇੱਕ ਗੱਲ ਪੱਕੀ ਹੈ ਨਹੀਂ ਇਹ ਤਾਂ ਗੱਲ ਹੈਗੀ ਚਲੋ ਪਰ ਇਹ ਇਹ ਵੀ ਮਨ ਲਾਦਾ ਹੈ ਕਿ ਡੀਬੇਟ ਦਾ ਵਿਸ਼ਾ ਨਹੀਂ ਆਪਾਂ ਡੀਬੇਟ ਨਹੀਂ ਕਰਦੇ ਬੰਦੇ ਦੀ ਸਦਾ ਕਰੋ ਯਾਰ ਕੋਈ ਦੇ ਚਾਹੇ ਤਾਂ ਲਿਆਓ ਆਵਾਜ਼ ਚੰਗੀ ਹੈ ਮੁਕ ਦੀ ਗੱਲ ਇਹ ਆ ਵੀ ਚਲੋ ਮਾਇਨਾ ਵੀ ਇੱਕ ਗੱਲ ਚੰਗੀ ਹੋ ਗਈ ਪੀ ਇਹੋ ਜੀ ਵੀਡੀਓ ਬਾਹਰ ਆ ਗਈ ਨਹੀਂ ਤੇ ਉਹ ਅਗਲਾ ਬੰਦਾ ਕਿੰਨੇ ਦੁਖਤ ਕਲੀਫ ਸੀ ਕੱਲ ਨੂੰ ਕੋ ਰੱਬ ਨਾ ਕਰੇ ਉਹੋ ਜਿਹਾ ਸਟੈਪ ਚੱਕ ਲਿਆ ਪਹਿਲ ਤੋਂ ਪਹਿਲਾਂ ਦੋ ਤਿੰਨ ਚਾਰ ਇਹੋ ਜੇ ਸਿੰਗਰਾਂ ਬਾਰੇ ਗੱਲ ਸੁਣੀ ਵੀ ਆ ਪੀ ਉਹ ਆਰਥਿਕ ਤੰਗੀ ਪਰੇਸ਼ਾਨੀ ਜਾਂ ਹੋਰ ਮੁਸ਼ਕਲਾਂ ਦਾ ਕਰਕੇ ਉਹ ਬੰਦਾ ਜਿਹੜਾ ਦੁਨੀਆ ਤੋਂ ਚਲੇ ਗਿਆ ਕੱਲ ਨੂੰ ਉਹੋ ਜੀ ਕੋਈ ਗੱਲ ਸਾਹਮਣੇ ਆ ਜਵੇ ਜਾਂ ਆ ਜਾਂਦੀ ਉਹ ਸਭ ਤੋਂ ਜ਼ਿਆਦਾ ਮਾੜੀ ਸੀਗੀ ਹੁਣ ਪਤਾ ਲੱਗਿਆ ਚੰਗੀ ਗੱਲ ਸੰਧਾਲੀਆ ਸਾਹਿਬ ਜਿੰਨੇ ਕਲਾਕਾਰ ਹਿੱਟ ਨੇ ਥੋੜਾ ਸਾਲ ਦਾ ਇੱਕ ਇੱਕ ਪ੍ਰੋਗਰਾਮ ਉਹਦੇ ਪੈਸੇ ਫੰਡ ਦੇ ਰੂਪ ਚ ਇਕੱਠੇ ਕਰੋ ਕਿਉਂਕਿ ਇੰਦਰਜੀਤ ਨਿੱਕੂ ਤਾਂ ਸਾਹਮਣੇ ਪਤਾ ਨਹੀਂ ਕਿੰਨੇ ਚੰਗੇ ਕਲਾਕਾਰ ਹੋਣਗੇ ਉਹਨਾਂ ਤੇ ਲਾਓ ਜੇ ਸਾ 31 ਦਸੰਬਰ ਨੂੰ ਵੱਜ ਜਾਂਦੇ ਪੈਸੇ ਨਵੇਂ ਉੱਪਰ ਦੇ ਕਲਾਕਾਰਾਂ ਨੂੰ ਉਹਨਾਂ ਨੂੰ ਪ੍ਰਮੋਟ ਕਰੋ ਤੁਸੀਂ ਕਿਤੇ ਸਾਰੀ ਉਮਰ ਬੈਠੇ ਰਹਿਣਾ ਨਵਿਆਂ ਨੂੰ ਵੀ ਮੌਕਾ ਦੇਣਾ ਥੋੜੇ ਬੱਚੇ ਕਲਾਕਾਰ ਬਣ ਜਾਣਗੇ ਤਾਂ ਜਿਹਦੇ ਕੋਲੇ ਚਾਰ ਛਿਲੜ ਹੈ ਨਹੀਂ ਉਹਨਾਂ ਦੇ ਬੱਚੇ ਕਿੱਥੋਂ ਕਲਾਕਾਰ ਬਣਨਗੇ ਮਾੜਾ ਮੋਟਾ ਆਪ ਵੀ ਹੱਥ-ਕੁੱਤ ਲੈਣਾ ਚਾਹੀਦਾ ਕਦੀ ਪੂਣੀ ਨਹੀਂ ਚਾਹੀਦਾ ਬਿਲਕੁਲ ਬਾਕੀ ਹੁਣ ਆਪਣੇ ਜਾਣ ਦਾ ਵੇਲਾ ਹੋ ਗਿਆ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ ਦੇਖਦੇ